ਗਰਕਾਮਲਾ ਪੱਟੀਆਂ ਵਾਲਾ ਸੈਂਟਰ ਚਿੱਤਰ, ਦੂਜੀ ਸਾਈਡ ਤੇ ਜੱਸੂ ਨੱਥੂ ਵਾਲਾ ਗਰਬੀ ਉਧਰ। ਨੈਕਸਟ ਮੈਚ ਵੀ ਕਾਲੀ ਵਾਲਾ ਤੇ ਕੱਟਿਆਂ ਵਾਲੀ, ਅਗਲਾ ਮੈਚ ਉੱਡਣਗੇ ਡੋਰਗੇ। ਵਾਹ ਮੁੰਡਿਆ, ਪਟਾਕੇ ਹੀ ਪੈਣੇ ਆ। ਨੈਣੇ ਵਾਲੀਆ ਤਾਂ ਨੈਣੇ ਵਾਲੀਆ ਹੀ ਆ ਸਿਰਾ ਯਾਰ, ਨੈਣੇ ਵਾਲੀਏ ਦਾ ਮੁੱਲ ਕੋਈ ਨੀ। ਉਹ ਯਾਰੀ ਢੱਲੋ ਨਾਲ ਤੋੜ ਗਿਆ ਕਹਿੰਦੇ ਸਿਰਾ। ਮੁਕੇਸ਼ ਜੱਗਾ ਬਾਬਾ ਧੰਨਵਾਦ ਜੀ, ਇੱਥੇ ਰੱਖ। ਧੰਨਵਾਦ ਧੰਨਵਾਦ, ਕਰੀ ਆਵਰੇ ਖਿੱਚ ਕੇ ਸ਼ੇਰ ਮੁੰਡਿਓ। ਕਰੀਓ ਕਰੀਓ ਸ਼ੇਰ ਖਿੱਚ ਕੇ ਮੁੰਡਿਓ। ਵਾਹ ਮੁੰਡਿਓ, ਆਏ ਹਾਏ ਹਾਏ, ਸਹੀ ਗੱਲ ਹੈ। ਆ ਕਿਹਦਾ ਯਾਰ, ਬੰਦ ਕਰੀ ਮੁੰਡਾ ਯਾਰ, ਸਾਈਲੈਂਟ ਕਰ ਦੇ ਭਰਾ ਹੁਣ। ਨੋਨੀ ਬਰਾੜ, ਮੁਕੇਸ਼ ਜੱਗਾ, ਰੋਸ਼ਨ ਮਾਨ ਵੱਲੋਂ ਧੰਨਵਾਦ ਧੰਨਵਾਦ ਨੋਨੀ ਬਾਈ, ਸ਼ੁਕਰੀਆ। ਕਰੀ ਆਓ ਸ਼ੇਰ ਮੇਰੇ ਭਰਾ। ਵਾਹ ਮਾਨਾ, ਮਾਨਾ ਵਾਲੇ ਵੀ ਆਏ ਆ, ਇੱਥੇ ਰੱਖ। ਨੱਪੀ ਆਉਂਦੇ ਕਿੱਲੀ, ਉਹ ਲਾਈਟ ਭੱਜ ਗਈ, ਲਾਈਟ ਭੱਜ ਗਈ, ਆ ਜਾਂਦੀ ਹੈ ਕੋਈ ਨੀ। ਨਾਮਿਆਂ ਬੰਬੇ ਦੀਆਂ ਤਿਆਰੀਆਂ ਕਰ ਲਾ। ਉਹ ਸੁਖਦੀਪ ਲੈ ਆ ਟਿਕਟਾਂ, ਬਰਾੜ ਲੈ ਆ ਟਿਕਟਾਂ, ਇੱਧਰ ਕਰ ਮੇਲ ਮਾੜਾ ਜਿਹਾ ਕਰਾਂ, ਆ ਖੜਾ ਇੱਧਰ, ਹਾਂ ਮਿਲ ਲਾ ਫਿਰ। ਹਾਂਜੀ ਹਾਂਜੀ, ਬਹੁਤ ਧੰਨਵਾਦ, ਥੈਂਕ ਯੂ ਬਹੁਤ ਯਾਰ। ਸਿਰਾ ਬੰਦੇ ਕਬਰ ਪੱਛੇ ਵਾਲੇ ਵੀ ਐਂਡ ਨਾਮੇ ਨੂੰ ਖਵਾ ਬੜਾ ਪਾਓ ਸੁੱਖੇ। ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ ਵੀਰੇ। ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਜੀ, ਕਿਆ ਬਾਤ ਆ। ਟਾਈਗਰ ਪੱਟੀਆਂ ਵੀ ਆਇਆ, ਟਾਈਗਰ ਪੱਟੀਆਂ। ਬਹਿਜੋ 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 ਬਹਿਜੋ, ਕੋਈ ਗੱਲ ਨਹੀਂ, ਲੈ ਲਓ ਚਿਹਰਾ। ਬੰਦੇ ਤੁਹਾਨੂੰ ਦੱਸਦੇ ਜੀ, ਸਾਰੇ ਬੰਦੇ ਦੱਸਦੇ। ਇੱਧਰ ਇੱਧਰ ਆ ਗੋਪਾ ਮਾਨ ਖੜਾ, ਗੋਪਾ ਮਾਨ ਪਾਲੀ ਸਾਈਡ, ਹਾਂ ਗੋਪਾ ਬਾਈ ਇਹ ਪੱਟੀਆਂ ਵਾਲੇ ਮੁੰਡੇ, ਨੈੱਟ ਤੇ ਕਾਲੀ ਵਾਲੇ ਵਾਲਾ ਮੁੰਡਾ ਆਸ਼ੂ ਹੈ, ਚਾਰ ਮੁੰਡੇ ਪੱਟੀਆਂ ਦੇ ਆ। ਆਹ ਆਸ਼ੂ ਹੈ ਕਾਲੀ ਵਾਲੇ ਵਾਲਾ ਮੁੰਡਾ ਨੈੱਟਮੈਨ, ਹਾਂ ਸਿਰਾ ਸਿਰਾ ਸਿਰਾ। ਉੱਧਰ ਸੈਂਟਰ 'ਚ ਨੱਥੂ ਵਾਲਾ ਗਰਬੀ ਵਾਲਾ ਜੱਸੂ ਹੈ, ਹਾਂ ਇਧਰਲੇ ਪਾਸੇ ਕਿੰਗ ਬਰਾੜ ਹੈ, ਉਦੋਂ ਕਿੰਗ ਦੇ ਅਗਲੇ ਪਾਸੇ ਡਾਕਟਰ ਹੈ ਗੈਰੀ ਬੁੱਟਰ ਵਾਲਾ, ਨੈੱਟ ਤੇ ਉੱਧਰਲੇ ਪਾਸੇ ਵੀ ਕਾਲੀ ਵਾਲੇ ਵਾਲਾ ਹਰਮਨ ਹੈ, ਇੱਧਰ ਪਿਛਲੇ ਪਾਸੇ ਨੀਲੀ ਜਰਸੀ ਵਾਲਾ ਪਰਲੀ ਸਾਈਡ, ਉਹ ਤਲਵੰਡੀ ਸਾਬੋ ਵਾਲਾ ਗੋਸ਼ ਹੈ, ਇੱਧਰ ਹਰੀ ਟੀ ਸ਼ਰਟ ਵਾਲਾ ਟੋਪੀ ਵਾਲਾ ਗੋਪੀ ਹੈ ਬੰਗੀ ਵਾਲਾ, ਲਵਦੀਪ ਬਰਾੜ। ਹਾਂਜੀ ਹਾਂਜੀ ਧੰਨਵਾਦ ਜੀ, ਸ਼ੁਕਰੀਆ ਸ਼ੁਕਰੀਆ ਵੀਰੇ। ਕਰੀ ਆਓ ਸ਼ੇਰ ਮੇਰੇ ਭਰਾ, ਖਿੱਚ ਕੇ ਖਿੱਚ ਕੇ, ਉੱਡਣਗੇ ਡੋਰਗੇ। ਬਹੁਤ ਤਗੜਾ ਮੈਚ ਲੱਗਣਾ, ਇਹਦਾ ਸ਼ੁਰੂਆਤਾਂ ਭੈਣੀ ਵਾਲਾ ਸੋਨੀ ਰੈਫਰੀ ਆ, ਸੋਨੀ ਦਾ ਕਿੰਗ ਆ ਖੇਡਦਾ, ਸੋਨੀ ਭੈਣੀ ਬਾਈ ਆ ਸਿਰਾ। ਕਿੰਨੇ ਹੋ ਗਏ ਪੁਆਇੰਟ ਸੋਨੀ? ਇੱਕ ਇੱਕ, ਇੱਕ ਇੱਕ ਪੁਆਇੰਟ ਆ ਵੀਰੇ, ਦੋਵੇਂ ਟੀਮਾਂ ਇੱਕ ਇੱਕ ਪੁਆਇੰਟ ਆ ਜੀ।
ਲਵਦੀਪ ਬਰਾੜ ਉਹ ਵੀ ਕਰਾਂਗੇ ਵੀਰੇ ਸਿੱਟ ਦਾ ਅਪਡੇਟ ਆਪਾਂ, ਡੋਂਟ ਵਰੀ। ਡੁੱਡੀ ਅਰੇ ਆ, ਡੁੱਡੀ ਅਰੇ ਉਹ ਸਿੱਟ ਦੇ ਵਿੱਚ ਡੁੱਡੀ ਰਾਜਸਥਾਨ ਦੀ ਟੀਮ ਆ ਸਾਰੀ। ਲਵਦੀਪ ਬਰਾੜ ਉਹ ਬੱਲੇ, ਜੱਸੂ ਜੱਸੂ ਕਰਦਾ ਸੋਹਣੀਆਂ ਡਰਾਈਆਂ। ਬਜਰੰਗੀ ਰਾਏ ਬਹੁਤ ਬਹੁਤ ਧੰਨਵਾਦ ਜੀ। ਬਜਰੰਗੀ ਰਾਏ ਕੀ ਪੁੱਛੇ, ਪਨੈਰੀ ਨਹੀਂ ਆਈ ਵੀਰੇ? ਆ ਸੋਰੀ 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 ਸੋਰੀ, ਆਈ ਹੈ ਵੀਰੇ, ਆਈ ਹੈ ਪਨੈਰੀ, ਆਈ ਹੈ ਬਾਈ, ਆਈ ਹੈ, ਆਈ ਹੈ ਵੀਰ, ਆਈ ਹੈ ਪਨੈਰੀ। ਮੁਕੇਸ਼ ਜੱਗਾ ਆਈ ਆਈ, ਮੁਕੇਸ਼ ਪਨੈਰੀ ਆਈ ਹੈ ਵੀਰੇ, ਖਿੱਚੀ ਆਓ ਮੁਕੇਸ਼ ਕੰਮ ਨੂੰ, ਜੱਗੇ ਖਿੱਚ ਕੇ ਕਰੀਓ ਸ਼ੇਅਰ। ਮੈਚ ਬੜਾ ਤਕੜਾ ਹੈ, ਨਜਾਇਜ਼ ਹੀ ਤਕੜਾ, ਲੈਟ ਆਉਂਦੀ ਹੈਗੀ ਬਸ, ਫਿਰ ਕਰਦੇ ਕਮੈਂਟਰੀ ਮੁੰਡੇ। ਬਜਰੰਗੀ ਰਾਏ ਛੋਟੇ ਵੀਰੇ ਖਿੱਚ ਕੇ ਕਰ ਸ਼ੇਅਰ ਮੇਰਾ ਭਰਾ, ਪੰਜ ਸੱਤ ਗਰੁੱਪਾਂ 'ਚ, ਵੱਡਿਆਂ ਵੱਡਿਆਂ 'ਚ। ਓਏ ਇੱਧਰ ਗਿਆ ਸਿੰਮੀ, ਸਿੰਮੀ ਇੱਥੇ ਮੈਂ ਮਾੜਾ ਜਿਹਾ ਸੁਦੀਪ ਦੀ ਗੱਲ ਸੁਣਨੀ ਆ ਯਾਰ, ਉਨਾ ਟਾਈਮ ਲੈਟ ਆਉਂਦੀ ਹੈ ਨਾ, ਖੜੀ ਮਾੜਾ ਨਾ ਮੈਂ ਟਾਈਗਰ, ਤੂੰ ਆ ਨਾ ਮੇਰੇ ਖੜ੍ਹ ਦੇ, ਮੈਂ ਨਾ ਮੇਰੇ ਵਾਲ ਵਜਾ ਦੇਣੀ, ਇਹਦਾ ਧਿਆਨ ਨਹੀਂ ਰਿਹਾ, ਸੌ ਜਾਂਦਾ ਯਾਰ, ਨਹੀਂ ਆ ਜਾ ਖੜ੍ਹ ਜੇ, ਸਿੰਮੀ ਖੜ੍ਹ ਜੂਗਾ, ਸਿੰਮੀ ਖੜੀ ਮਾੜਾ ਜਾ, ਜਿੰਨਾ ਟਾਈਮ ਲੈਟ ਆਉਂਦੀ ਹੈ ਕਮੈਂਟਰੀ ਚੱਲਦੀ ਹੈ ਫਿਰ ਆਪਾਂ ਕਰਦੇ ਕਮੈਂਟਰੀ, ਇੱਥੇ ਖੜ੍ਹ ਜਾ ਚਲਾਈ, ਓਕੇ। ਮੈਂ ਸੁੱਖੇ ਦੀ ਗੱਲ ਸੁਣਾਉਣਾ ਚਾਹਾਂ ਸੰਦੀਪ ਜੀ, ਇਹਨੂੰ ਐਂ ਚੱਲੀ ਜਾਣ ਦੀ, ਬਸ ਇੱਕ ਮਿੰਟ 'ਚ ਆ ਗਿਆ ਵੀਰੇ ਮੈਚ, ਬੜਾ ਤਕੜਾ, ਇੱਕ ਮਿੰਟ। ਮੀਕਾ ਕੈਨੇਡਾ ਬਾਈ ਸਾਡਾ ਆਇਆ ਹੋਇਆ ਚੇਤੇ ਤੌਰ 'ਤੇ, ਗੱਬਰ ਬੱਚੇ ਵਾਲਾ ਮੀਕਾ ਵੀ ਬਹਿ ਗਿਆ ਲੱਤ 'ਤੇ, ਲੱਤ ਧਾਰ ਕੇ ਯਾਰ ਚਿੱਟਾ ਕੁੜਤਾ ਪਜਾਮਾ ਪਾ ਕੇ ਆ ਗਿਆ, ਇੱਕੋ ਮਿੰਟ ਯਾਰ। ਗੋਡਾ ਗੋਡਾ ਗੋਡਾ, ਲੱਖਾ ਇੱਥੇ ਹੀ ਫਿਰਦਾ ਯਾਰ, ਡਰ ਹੀ ਹੋ ਗਿਆ ਲਾ ਦੇ ਜੀ ਇਹਨਾਂ ਨੂੰ।
ਥੋੜੀ ਲਾਈਟ ਘੱਟ ਆਉਂਦੀ ਸਾਊਂਡ ਵਾਲੇ ਵੀਰ ਕੋਲ, ਥੋੜੀ ਰੇਸ ਕਰਦੇ ਮੇਰਾ ਵੀਰ ਲਾਵੀ, ਨੰਬਰ ਜ਼ਰੂਰ ਸਾਂਝੇ ਕਰ ਲਓ, ਕਿੰਨੇ ਕਿੰਨੇ ਹੋ ਗਏ ਵੀਰੇ। ਦੋ ਨੰਬਰ ਗਰਾਊਂਡ ਤੇ ਮੈਚ ਬੜਾ ਚੋਟੀ ਦਾ ਸ਼ੁਰੂ ਹੋ ਚੁੱਕਿਆ, ਤਰਸੇਮ ਦੱਸਦੀ ਆਵਾਜ਼ ਨਾ ਜ਼ਿਆਦਾ ਆਉਂਦੀ ਹੋਵੇ, ਬਕਸਾ ਸਿੱਧਾ ਲੱਗਿਆ ਹੋਇਆ ਤੇਰੇ ਗਰਾਊਂਡ ਵਾਲੇ ਪਾਸੇ, ਬਹੁਤ ਚੋਟੀ ਦਾ ਮੈਚ ਹੈ, ਵਧੀਆ ਮੈਚ ਜਿਹੜਾ ਗਰਾਊਂਡ ਨੰਬਰ 2 ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ ਹੈ, ਔਰ ਇੱਕ ਨੰਬਰ ਗਰਾਊਂਡ ਦੇ ਵਿੱਚ ਵੀ ਗੰਗਾਨਗਰ ਤਰਸੇਮ ਦੀ ਟੀਮ ਆ ਗਈ ਹੈ। ਔਕਾ ਦੇ ਦੁਨੀਆਂ ਦਾ ਵੱਡਾ ਮੱਲ ਗੰਗਾਨਗਰ ਵਾਲਾ ਤਰਸੇਮ ਪੁੱਜ ਗਿਆ, ਦੁਨੀਆਂ ਖੇਡ ਵਾਲੀਬਾਲ ਦਾ ਜਹਾਜ਼ ਖੇਡੀ ਹੈ ਅੱਜ, ਕਹਿੰਦੇ 10 ਤੱਕ ਰਾਜਸਥਾਨ ਵਾਲੇ ਮੁੰਡਿਆਂ ਨੂੰ ਨਾਲ ਲੈ ਕੇ ਮੁੰਡੇ ਨੇ ਕਹਿੰਦੇ ਟੌਪ ਦਾ ਸਿੱਧ ਤਿਆਰ ਕੀਤਾ ਹੋਇਆ। ਔਕਾ ਦੇ ਦੂਜੇ ਪਾਸੇ ਚੋਟੀਆਂ ਵਾਲਾ ਭਾਊ ਹੈ, ਕਹਿ ਕਹਿ ਕੇ ਪਾਲਾ ਲਾਉਣ ਦਾ ਜਿਗਰਾ ਰੱਖਦਾ, ਪਰ ਲੋਕੋ 2 ਨੰਬਰ ਗਰਾਊਂਡ ਚ ਪੱਲੋ ਵਾਲਾ ਆਓ ਸਾਹਮਣੇ ਕਮਾਲ ਕਰਦਾ ਖੇਡ ਦੇ ਮੈਦਾਨ ਚ, ਪਰ ਬਾਲ ਆਊਗਾ। ਮੈਂ ਵੀ 10 ਭੈਣੀ ਬਾਈਏ ਵਾਲੇ ਆ, ਨੰਬਰ ਕਿੰਨੇ ਨੇ, 1 ਤੇ 5 ਲਾਓ ਸਾਹਮਣੇ, 1 ਤੇ 5 ਦੀ ਟੱਕਰ ਗਰਾਊਂਡ ਨੰਬਰ 2 ਦੇ ਵਿੱਚ ਨੌਜਵਾਨਾਂ, ਦੁਨੀਆਂ ਦੇ ਵੱਡੇ ਸਟਾਰ ਖੇਡ ਰਹੇ ਆ ਮੇਰੇ ਮਿੱਤਰੋ, ਔਰ ਚਰਤੇ ਕਹਿੰਦੇ ਵੱਡੇ ਆ ਨੌਜਵਾਨਾਂ, ਫੱਲੋ ਵਾਲਾ ਕਹਿੰਦੇ ਗੁੱਪਾ, ਔਰ ਦੱਸੂ ਭਰਾ ਸਾਡਾ ਨੱਥੋ ਵਾਲੀ ਆ ਤੇ ਸਾਂਝੀ ਕਰਿਓ ਗੱਲ, ਬਹੁਤ ਸੋਹਣਾ ਮੈਚ ਇੱਧਰ ਗੰਗਾਨਗਰੀਆ ਤਰਸੇਮ ਬਿਰਕਾ ਅੱਜ, ਕਹਿੰਦੇ ਵੱਡੇ ਪੱਧਰ ਤੇ ਮੁੰਡੇ ਦਾ ਮਾਣ ਕੀਤਾ ਜਾਣਾ, ਮੁੰਡੇ ਫੈਨ ਹੈ ਕਹਿੰਦੇ ਖੇਡ ਦੇ ਗੰਗਾਨਗਰੀਏ ਤਰਸੇਮ ਦੇ, ਨਾਲ ਵਧਾਈਆਂ ਦੇ ਭਾਊ ਦੇ ਵੱਡੇ ਮਾਣ ਹੋਣਗੇ, ਕਾਲੀ ਵਾਲੇ ਕਰਨ ਦੇ ਵੱਡੇ ਮਾਣ ਤੇ ਦੁਨੀਆਂ ਦਾ ਵੱਡਾ ਮੰਨ ਫਰੀਦਕੋਟੀਆ ਰਜੇਸ਼ ਦੇ ਕਹਿੰਦੇ ਵੱਡੇ ਮਾਣ ਹੋਣਗੇ ਅੱਜ, ਇਹਨਾਂ ਸੁਪਰ ਡੁਪਰ ਸਟਾਰਾਂ ਦੇ ਵੱਡੇ ਮਾਣ ਸਨਮਾਨ ਹੋਣਗੇ। ਲੋਕ ਕਾਲੀ ਵਾਲਾ ਪਿੰਡ ਹੈ ਕਹਿੰਦੇ ਆਸੂ ਦਾ, ਇਸ ਮੁੰਡੇ ਨੇ ਹੁਣ ਗਲਤੀ ਕੀਤੀ ਹੈ,
ਨੰਬਰ ਵੀ ਮੈਨੂੰ ਲੱਗਦਾ ਵੀ 2 ਹੋ ਗਏ ਉਧਰਲੀ ਸਾਈਡ। ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ। ਆ ਬੰਗੀ ਹੈ ਕਹਿੰਦੇ ਗੋਪੀ ਹੈ ਬੰਗੀ ਵਾਲਾ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣੀ ਖੇਡ ਹੈ ਮੁੰਡੇ ਦੀ, ਨਾਲ ਡਾਕਟਰ ਗੇਰੀ ਬੁੱਟਰ ਵਾਲਾ, ਨਾਲ ਕਿੰਗ ਬਲਾੜ ਮੇਮੇ ਦਾ, ਨਾਲ ਗੋਸਾ ਤਲਵੰਡੀ ਸਾਬੋ ਵਾਲਾ, ਟੌਪ ਦੀ ਟੀਮ ਮੁੰਡਿਆਂ ਦੀ ਬਣੀ ਹੋਈ ਹੈ। ਤੇ ਨੈਟ ਦੇ ਕਹਿੰਦੇ ਜੰਗੀਰਾ ਖੇਡ ਰਿਹਾ, ਬਹੁਤ ਸੋਹਣੀ ਖੇਡ ਹੈ ਮੁੰਡੇ ਦੀ। ਇੱਧਰ ਭੱਟੀਆਂ ਦੀ ਟੀਮ ਬੜੀ ਮੰਨੀ ਪ੍ਰਵੰਨੀ ਟੀਮ ਹੈ, ਮੀਤੇ ਦਾ ਪਿੰਡ ਹੈ ਕਹਿੰਦੇ, ਪ੍ਰਧਾਨ ਦਾ ਭੱਟੀਆਂ, ਮੁੱਲਾ ਪਰਦਾਖੇ ਦਾ ਇਲਾਕਾ ਹੈ। ਇੱਕ ਟੌਪ ਦੀ ਟੀਮ ਨਿੱਕੇ ਵਰਗੇ ਗਿੱਕੀ ਵਰਗੇ ਖੇਡ ਰਹੇ ਹੈ, ਤੀਜੀ ਵਰਗੇ ਮੁੰਡੇ, ਨਾਲ ਕਹਿੰਦੇ ਗਰੇਵਾਲ ਪਰਿਵਾਰ ਦਾ ਕੋਮਲ ਖੇਡ ਰਿਹਾ, ਨਾਲ ਦੁਨੀਆਂ ਦਾ ਵੱਡਾ ਖਿਡਾਰੀ ਹਰਭਜਨ ਸਿੰਘ ਕਹਿੰਦੇ ਮਾਪਿਆਂ ਨੇ ਨਾਂ ਰੱਖਿਆ ਹੈ। ਤੇ ਵਾਲੀਬਾਲ ਵਾਲਿਆਂ ਦਾ ਗੋਪਾ ਬਣ ਗਿਆ, ਮੱਲੋ ਦੀ ਧਰਤੀ ਜ਼ਿਲ੍ਹਾ ਬਠਿੰਡਾ ਰਾਸ਼ਟਰੀ ਫੂਲ ਦਾ ਇਲਾਕਾ ਹੈ, ਮੱਲੋ ਵਾਲਾ ਕਹਿੰਦੇ ਗੋਪਾ ਖੇਡ ਰਿਹਾ। ਟੌਪ ਦੀ ਟੀਮ ਬਣੀ ਹੋਈ ਹੈ ਖੇਡ ਮੈਦਾਨ ਦੇ ਵਿੱਚ, ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇੱਧਰ ਵੀ ਕਹਿੰਦੇ ਮੈਚ ਬਹੁਤ ਤਕੜਾ ਹੈ। ਇੱਕ ਪਾਸੇ ਮੈਂ ਦੇਖਦਾ ਵੀ ਚੋਟੀਆਂ ਵਾਲਾ ਭਾਊ ਬੜਾ ਤਜਰਬਾ ਹੈ, ਬੜਾ ਪੁਰਾਣਾ ਖਿਡਾਰੀ ਹੈ। ਤੇ ਦੂਜੇ ਪਾਸੇ ਕਹਿੰਦੇ ਗੰਗਾ ਨਗਰੀ ਹੈ ਤਰਸੇਮ ਵਿਰਕ ਖੇਡ ਰਹੇ ਹੈ, ਦਸ ਚੱਕ ਵਾਲਾ ਡੁੱਡੀ ਹੈ, ਯਾਕੜ ਵਰਗੇ ਸੰਦੀਪ ਵਰਗੇ ਮੁੰਡੇ ਖੇਡ ਰਹੇ ਹੈ। ਬਹੁਤ ਵਧੀਆ ਟੀਮ ਗੰਦਰੂਆਂ ਦੀ ਬਣੀ ਹੋਈ ਹੈ, ਸਿਰੇ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ। ਬਹੁਤ ਵਧੀਆ ਮੁਕਾਬਲੇ ਲੈ ਵੀ ਅਗਲੇ ਮੈਚ ਵੀ ਇੱਕ ਵਾਰੀ ਜ਼ਰੂਰ ਦਰਸਾਦ ਬੋਲਦੀ, ਚਾਰੇ ਗਰਾਊਂਡਾਂ ਦੀ ਟੀਮਾਂ ਨੇੜੇ ਆ ਜਾਣਗੀਆਂ। ਹੈਲੋ, ਆਪਾਂ ਮੈਚ ਸਾਰੇ ਸਾਂਝੇ ਕਰਦੇ ਹਾਂ ਜੀ, ਬੇਨਤੀ ਆ ਸਾਥੀ ਬੁਲਾਰੇ ਨੂੰ, ਦਿਲਸ਼ਾਦ ਆਇਆ ਹੋਇਆ ਤਲਵੰਡੀ ਵਾਲਾ, ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਸਾਡੀ ਜ਼ਿੰਦਗੀ ਦਾ। ਹਾਂਜੀ ਦਿਲਸ਼ਾਦ ਜੀ, ਲੈ ਵੀ ਬਹੁਤ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ। ਗਰਾਊਂਡ ਨੰਬਰ 2 ਦੇ ਵਿੱਚ ਦੋਨੋਂ ਟੀਮਾਂ ਕਹਿੰਦੇ ਟੌਪ ਦੀਆਂ ਨੇ, ਔਰ ਉਧਰ 4 ਨੰਬਰ ਗਰਾਊਂਡ ਦੇ ਵਿੱਚ ਵੀਰੇ ਦੱਸੋ ਜੀ ਮੈਚ ਕਿਹੜੀ ਟੀਮ ਦਾ ਚੱਲਦਾ ਵੀਰੇ? 4 ਨੰਬਰ ਗਰਾਊਂਡ ਨੱਥੂ ਵਾਲੇ ਦਾ ਚੱਲਦਾ ਜੀ। ਹਾਂਜੀ ਵੀਰੇ, ਤੁਹਾਡੀ ਬਹੁਤ ਬਹੁਤ ਸੌਰੀ ਬ੍ਰੋ, ਸੌਰੀ ਵੈਰੀ ਸੌਰੀ। ਬਾਦੇ ਗੁਰੀ ਖਿੱਚੋ ਕੰਮ ਨੂੰ, ਵਾਲੀਬਾਲ ਦੇ ਕਹਿੰਦੇ ਆਉਣ ਵਾਲੇ ਸਮੇਂ ਦੇ ਵੱਡੇ ਖਿਡਾਰੀ ਬਣਦੇ ਆ, ਨਾਲ ਦੀਪਾ ਆਇਆ ਤੇ ਨਾਲ ਗੁਰੀ ਪੱਕੇ ਵਾਲਾ, ਸੋਹਣੇ ਸੋਹਣੇ ਬੱਚੇ ਆਏ ਹੈ, ਬੜਾ ਪਿਆਰ ਕਰਦੇ ਹੈ। ਤੇ ਵਾਲੀਬਾਲ ਦੇ ਗਰਾਊਂਡ ਦੇ ਵਿੱਚ ਕਹਿੰਦੇ ਹਰ ਰੋਜ਼ ਵੱਡੀ ਹਾਜ਼ਰੀ ਹੁੰਦੀ ਹੈ, ਮੁੰਡਿਆਂ ਦੀ ਬੜੇ ਸੋਹਣੇ ਲੱਗ ਰਹੇ ਹੈ, ਨੱਪਿਓ ਨੱਪਿਓ ਕੰਮ ਨੂੰ, ਵਧੀਆ ਖਿਡਾਰੀ ਬਣਨੇ ਆ। ਵਾਕਈ ਮਿਹਨਤ ਜਿਹੜੀ ਸਫਲਤਾ ਦੀ ਕੁੰਜੀ ਹੁੰਦੀ ਹੈ, ਤੇ ਫੇਰ ਕਿਵੇਂ ਜਾ ਕੇ ਗੱਲਾਂ ਹੋਣਗੀਆਂ ਭਰਾਵਾਂ ਦੀਆਂ। ਅਗਲਾ ਮੈਚ ਬਾਈ ਜੀ ਲੰਗਿਆਣਾ ਦੇ ਫਰੋਸ਼ਾ ਦੀ ਸੀਟ ਤੇ ਬਣਾਉਂਦਾ 4 ਨੰਬਰ ਗਰਾਊਂਡ ਦੇ ਵਿੱਚ। ਇਹ ਮੁੰਡੇ ਕਿਰਪਾ ਕਰਕੇ ਬਾਈ ਜੀ ਗਰਾਊਂਡ ਨੰਬਰ 4 ਦੇ ਬਿਲਕੁਲ ਨਜ਼ਦੀਕ ਆ ਜਾਣ, ਮੇਰੀ ਬੇਨਤੀ ਹੈ। ਔਰ ਇਧਰਲੇ ਪਾਸੇ ਬਰਾੜਾ ਦਾ ਕਹਿੰਦੇ ਆਇਆ ਹੋਇਆ ਪੁੱਤਰ ਮੇਰੇ ਮਿੱਤਰ, ਔਰ ਜੱਸੂ ਦੀ ਕਹਿੰਦੇ ਦੁਨੀਆ ਦਵਾਦੀ ਪੁਰਾਣੇ ਟੀਮਾਂ ਤੋਂ ਕਹਿੰਦੇ ਵੱਡੀ ਦਹਿਸ਼ਤ ਹੈ, ਬੜੀ ਦਲੇਰੀ ਨਾਲ ਖੇਡਣ ਵਾਲਾ ਖਿਡਾਰੀ ਮੇਰੇ ਮਿੱਤਰੋ, ਅੱਧੀ ਜਿਗਰਾ ਦਲੇਰ ਤੇ ਪੂਰੀ ਬਾਬੇ ਦੀ ਆ ਮਿਹਰ, ਖੀਲੀ ਮਾਥੇ ਦੇ ਥਾਪੀ ਹੈ ਤੇ ਬਾਬੇ ਬਾਈ ਸੌਰੀ ਬਾਈ ਸੁਖੀ ਰਾਜਪਾਲ ਵਧੀਆ ਵਧੀਆ ਵੇ, ਸਾਬਰ ਖਾਨ ਵਧੀਆ ਵਧੀਆ ਵੇ, ਖਿੱਚੋ ਖਿੱਚੋ ਕੰਮ ਨੂੰ ਜੱਟੋ, ਔਰ ਨੱਪੀ ਆਓ ਹਿੱਟ ਵੀ ਦੇਣ ਵਰਗੀ, ਔਰ ਗੋਪਮਾਨ ਪੱਕੀਆਂ ਗਰਾਰੀਆਂ ਦੇ ਭੋਗ ਦਿੰਦੇ ਹੈ, ਬੰਦੇ ਪੱਕੀਆਂ ਗਰਾਰੀਆਂ ਦੇ ਭੋਗ ਦਿੰਦੇ ਹੈ। ਇੱਕ ਬਹੁਤ ਮਾੜੀ ਗੱਲ ਹੈ ਖਿਡਾਰੀਆਂ ਦੀ, ਜਿਹੜੇ ਚਾਹ ਵਾਲੇ ਗਲਾਸ ਹੈ, ਚਾਹ ਵਾਲੇ ਗਲਾਸ ਉੱਥੋਂ ਚੱਕ ਲਿਆਉਂਦੇ ਹੈ, ਜਦੋਂ ਗਲਾਸ ਮੁੱਕ ਜਾਂਦਾ ਰੱਖ ਦਿੰਦੇ ਹੈ। ਬਹੁਤ ਬਹੁਤ ਧੰਨਵਾਦ ਹਰਨੂਰ ਸਿੱਧੂ, ਥੈਂਕ ਯੂ ਵੀਰੇ, ਮੈਂ ਦੇਖਿਓ ਉਹਨਾਂ ਦੇ ਸ਼ੇਅਰ ਨਹੀਂ ਕਰਦੇ ਮੁੰਡੇ, ਸ਼ੇਅਰ ਕਰੋ ਖਿੱਚ ਕੇ ਯਾਰ, ਸੋਹਣੇ ਭਰਾ, ਪਰ ਫਿਰ ਮਜਬੂਰੀ ਬਣ ਜਾਂਦੀ ਹੈ। ਜੋਬਨ ਸਰਾ ਕਾਲੀ ਵਾਲੇ ਦਾ ਮੈਚ ਅਗਲਾ ਵੀਰੇ, ਬੜਾ ਤਗੜਾ ਲੱਗਣਾ ਘੱਟਾ ਵਾਲੀ ਨਾਲ, ਕਾਲੀ ਵਾਲਾ ਤਾਂ ਘੱਟਾ ਵਾਲੀ, ਦੇਖੋ ਕਿੰਨਾ ਵਧੀਆ ਪ੍ਰਬੰਧ ਲੱਗਾ ਸਾਬਰ ਖਾਨ ਰਾਜਪਾਲ ਇਹ ਆਪਣੇ ਲਈ ਕੀਤਾ ਹੈ, ਸ਼ੁਕਰੀਆ ਵੀਰੇ। ਕਿਤੇ ਹਿੰਮਤ ਆਪਾਂ ਕਰ ਸਕਦੇ ਹਾਂ ਵੀ ਜਿੱਥੋਂ ਚਾਹ ਦਾ ਗਲਾਸ ਲੈ ਕੇ ਆਏ ਹੈ ਉੱਥੇ ਦੇ ਕਮ ਸੇ ਕਮ ਰੱਖ ਦਿਓ ਯਾਰ,
ਕਮਾਲ ਹੈ ਸਾਡੀ ਹੋਈ ਪੁਆਇੰਟ ਪੁਆਇੰਟ ਦੇ ਜਿਹੜੇ ਖਿਡਾਰੀ ਪੁਆਇੰਟ ਗਗਮਲ ਸਪੀਡ ਗਲਾਸ ਲੈ ਕੇ ਆਏ 6-4 ਇੱਥੇ ਚਾਰ ਸਾਡੇ ਵੀ ਰੱਖ ਰਹੇ ਹੈ ਉੱਥੇ ਕਿਰਪਾ ਕਰਕੇ ਗਲਾਸ ਪਾਉਣ ਦੇ ਕਰ ਦਿਓ ਬੜੀ ਮਿਹਰਬਾਨੀ ਹੋਵੇਗੀ 6-4 ਆ ਜੀ 6 ਪੁਆਇੰਟ ਪੱਟੀਆਂ ਦੇ 4 ਪੁਆਇੰਟ ਬਰਾੜ ਮੇਮਾ ਲੈਣੀ ਕਰ ਲਿਓ ਇੱਧਰ 6 ਉੱਧਰ 4 6-4 ਰਾਜਪਾਲ ਧੰਨਵਾਦ ਧੰਨਵਾਦ ਜੀ ਬਹੁਤ ਧੰਨਵਾਦ ਮੇਰੇ ਛੋਟੇ ਵੱਡੇ ਭਰਾ ਜਿੰਨੇ ਵੀ ਲਾਈ ਹੋ ਕਿੰਨੇ ਨੰਬਰ ਹੋ ਗਏ ਬਹੁਤ ਧੰਨਵਾਦ ਬੂਟੇ ਭੈਣੀਆਂ ਦਾ ਦੱਸੋ ਕਿੰਨੇ ਨੰਬਰ ਹੈ ਇੱਧਰ 6 ਉੱਧਰ 4 ਹਲੋ ਵੀਰੇ ਹਰਾਜ ਤੇ ਵਿੱਚ ਜਾਂਦਾ ਨਾ ਬੈਗ ਤਿੰਨ ਤੇ ਓਕੇ ਜੀ ਹਾਂ ਜਸਾ ਹੈ ਕਦੇ ਮਿੱਟੂ ਮਾਨ ਵਾਲਾ ਮੈਂ ਵੀ ਇੱਧਰ ਦਸਤੀ ਨੰਬਰ ਗੁਰਾਰ ਕਿੰਨੇ ਕਿੰਨੇ ਆ ਗਰਾਂ ਨੰਬਰ ਧੰਨਵਾਦ ਧੰਨਵਾਦ 2 ਦੇ 6 ਤੇ 4 6 ਜਿਹੜੇ ਨੰਬਰ ਹੈ ਪੱਟੀਆਂ ਦੇ ਹੈ 4 ਨੰਬਰ ਹੈ ਬਲਾਰ ਬਲਾਰ ਮੇ ਮਿਲੇ ਅੱਜ ਕਿੰਗ ਬਲਾਰ ਮੇ ਮਿਲ ਨੇ ਵਧੀਆ ਟੀਮ ਬਣਾਈ ਹੈ ਯਸੂ ਨੱਥੂ ਵਾਲਾ ਕਰਬੀ ਦਾ ਇਹ ਹੈ ਕਹਿੰਦੇ ਕਰਨ ਸਿੰਘ ਖੇਡ ਮੈਦਾਨ ਦੇ ਵਿੱਚ ਲਾਹੌਰ ਸਿੰਘ ਬਰਾੜ ਦਾ ਪੁੱਤਰ ਹੈ ਬਰਾੜਾਂ ਦਾ ਪੁੱਤਰ ਹੈ 4 6 ਚੇਂਜ ਹੈ ਜੀ ਸਰਵਸ ਗੋਪਾ ਮਾਨ ਗਲਤੀ ਕਰ ਗਿਆ ਰਾਜਪਾਲ ਵਧੀਆ ਵਧੀਆ ਵੀਰੇ ਜੁੜ ਗਈ ਹੈ ਰਾਜਪਾਲ ਔਰ ਕਹਿੰਦੇ ਇੱਕ ਪਾਸੇ ਕੋਲੇ ਬਠਿੰਡੇ ਦੀ ਟੀਮ ਨੱਪਿਓ ਨੱਪਿਓ ਕੰਮੂ ਰਾਜਪਾਲ ਜਿਲ੍ਹਾ ਕਹਿੰਦੇ ਲੁਧਿਆਣਾ ਪੈਂਦਾ ਕਰਿਓ ਕਰਿਓ ਸ਼ੇਰ ਖਿੱਚ ਕੇ ਮੇਰੇ ਭਰਾ ਪਾਸੇ ਕਹਿੰਦੇ ਗਰਾਊਂਡ ਨੰਬਰ 1 ਤੇ ਵੀ ਪੂਰਾ ਵਧੀਆ ਗੰਗਾ ਨਗਰ ਵਾਲਾ ਕਹਿੰਦੇ ਤਰਸੇਮ ਪੁੱਜਿਆ ਹੋਇਆ ਹੈ ਕਰਿਓ ਕਰਿਓ ਸ਼ੇਰ ਮੇਰੇ ਭਰਾ ਕਰਦੇ ਆ ਮੇਰੇ ਮਿੱਤਰੋ ਮੈਚ ਬੜਾ ਤਕੜਾ ਜੋਧਪੁਰ ਦੇ ਤੇ ਗੋਰੀ ਮਰਦੀ ਕੈਨੇਡਾ ਵਿੱਚੋਂ ਪੀਸੀ ਦੀ ਹੈ ਤੇ ਦੌੜ ਤੱਕ ਪਹੁੰਚ ਜਾਂਦੀ ਹੈ ਫੁੱਕ ਹੁੰਦੀ ਆ ਜਿਵੇਂ ਤੇ ਜਿਵੇਂ ਡੀਸੀ ਦੀ ਹੈ ਇੱਕ ਸ਼ੌਂਕੀ ਕਾਲੇ ਮਾਲ ਦਾ ਆਹ ਗੱਡੀ ਹੋਰ ਨਾ ਚਲਾਈ ਬਿਨਾ ਥਾਰ ਤੋਂ ਜੋ ਬਣਿਆ ਸਟਾਰ ਫਿਰਦਾ ਸਾਰਾ ਖਾਰ ਜੀ ਖਾਂਦਾ ਹੈ ਤੇਰੇ ਯਾਰ ਤੋਂ ਜੋ ਬਣਿਆ ਸਟਾਰ ਮੇਜਰ ਕਮੋਲ ਜੀ ਵਧੀਆ ਵਧੀਆ ਵੀਰੇ ਖਾਰ ਜੀ ਖਾਂਦਾ ਏ ਬਾਬਾ ਧੰਨਵਾਦ ਮੇਜਰ ਕਮੋਲ ਬਾਲ ਨਿੱਕੇ ਸੀਆਂ ਵਾਲਾ ਨਿੱਕਾ ਨੱਪੀ ਆਉਂਦਾ ਪਰਿਵਾਰ ਦਾ ਕਰਦਾ ਕੋਸ਼ਿਸ਼ ਏ ਬੱਲੇ 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 ਸਵਾਦ ਵੱਖਰਾ ਲਵੀ ਦਾਰੇ ਕਾਰਗਰ ਮੁਕਾਬਲਾ ਚੋਟੀ ਇਹ ਕਹਿੰਦੇ ਸਵਾਦ ਵਧਿਆ ਪਿਆ ਕਬਰ ਵਸੇ ਦਾ ਮੇਲਾ ਹੈ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਆ ਦਿਨ ਦੀ ਇੰਤਜ਼ਾਰ ਦੀਆਂ ਧੜੀਆਂ ਕਹਿੰਦੇ ਖਤਮ ਹੋਈਆਂ ਵਾਲੀਬਾਲ ਦਾ ਖੇਡਿਆ ਹੋਇਆ ਗੁਲਾਬ ਆਪਾਂ ਤੱਕ ਰਹੇ ਹੈ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਖੇਡ ਰਿਹਾ ਹੈ ਦੂਜੇ ਪਾਸੇ ਕਹਿੰਦੇ ਜ਼ਿਲ੍ਹਾ ਬਠਿੰਡਾ ਹੈ ਬਹੁਤ ਸੋਹਣੀ ਟੱਕਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਸਭ ਤੋਂ ਵੱਧ ਵਾਪਰੇ ਜ਼ਿਲ੍ਹੇ ਲੁਧਿਆਣੇ ਦੀ ਆਊਟ ਬਾਲ ਆਊਟ ਬਾਲ ਜੰਗੀਰਾ ਹੈ ਪੱਕਾ ਵਸਨੀ ਕਹਿੰਦੀ ਹੈ ਕਲੋਜ਼ ਫਿਟਰ ਦਾ ਨੈਕਸਟ ਮੈਚ ਹੈ ਬਈ ਜੱਸੂ ਦਾ ਕਹਿੰਦੇ ਜੰਦੀ ਦਾ ਯਾਰ ਹੈ ਨੈਕਸਟ ਮੈਚ ਕਲੋਜ਼ ਫਿਟਰ ਦਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਸਫਲਤਾ ਫਿਰ ਜੁੜ ਗਈ ਹੈ ਬਹੁਤ ਸੋਹਣਾ ਮੈਚ ਵੱਖੋ ਵੱਖ ਪੇਜਾਂ ਵਾਲੇ ਭਰਾ ਪੁੱਜੇ ਹੋਏ ਹੈ ਸਾਰੇ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ ਇੱਕ ਨੰਬਰ ਤੇ ਦਰਖਾਨ ਵਾਲੇ ਦਾ ਮੰਨਾ ਵਾਲੀਬਾਲ ਸ਼ੂਟਿੰਗ ਪੰਜਾਬ ਦੀਆਂ ਗੱਲਾਂ ਦੋ ਨੰਬਰ ਤੇ ਵਾਲੀਬਾਲ ਸ਼ੂਟਿੰਗ ਔਰ ਫੈਰ ਤੇ ਪਵਸਾਹ ਪੇਜ ਰਾਜਿਆ ਦੇਸੀ ਆਇਆ ਹੋਇਆ ਹੈ ਤੇ 3 ਨੰਬਰ ਤੇ ਕੱਟੀਆਂ ਵਾਲੀ ਵਾਲਾ ਚੂਚੀ ਹੈ ਕਰਿਓ ਕਰਿਓ ਸ਼ੇਅਰ ਖਿੱਚ ਕੇ ਪਰਮਟ ਹੈ ਤੇ 4 ਨੰਬਰ ਤੇ ਧੰਨਵਾਦ ਧੰਨਵਾਦ ਜੀ ਸਰਪੰਚ ਡੂਨੇ ਤੇ ਲਾਈਵ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਪਰ 2 ਨੰਬਰ ਗਰਾਊਂਡ ਦੇ ਨਾਲ ਸੰਗਤ ਕਹਿੰਦਾ ਵੱਡੇ ਪੱਧਰ ਤੇ ਲਾਈਵ ਜੁੜੀ ਹੋਈ ਆ ਮੇਰੇ ਮਿੱਤਰੋ ਬਹੁਤ ਧੰਨਵਾਦ ਜੀ ਟੌਪ ਦੇ ਖਿਡਾਰੀ ਖੇਡ ਰਹੇ ਆ ਖੇਡ ਗਰਾਊਂਡ ਦੇ ਅੰਦਰ ਵੇਖ ਲਓ ਜਾਂਦਾ ਵੀ ਤੂੰ ਸਾਡੀ ਨਹੀਂ ਹੋਣਾ ਤੇ ਬਿੱਲੋ ਕੋ ਆ ਜਾਂਦੇ ਕਿਸੇ ਹੋਰ ਦੀ ਹੋਈ ਤੇ ਵਜਿੰਦਰ ਬੜਾ ਧੰਨਵਾਦ ਧੰਨਵਾਦ ਕਬਜੇ ਦੀ ਪੈਲੀ ਵਾਂਗੂ ਆਓ ਡਾਂਗ ਖੜਕੋ ਵਾਕੇ ਡਾਂਗ ਅੱਜ ਕਦੇ ਕੰਬਰ ਵਸੇ ਦੇ ਵਿੱਚ ਖੜਕ ਰਹੀ ਹੈ ਮਦਕੀ ਦਾ ਇਲਾਕਾ ਹੈ ਦੁਨੀਆ ਦੇ ਵੱਡੇ ਵੱਡੇ ਸੁਪਰ ਸਟਾਰਾਂ ਨੂੰ ਜਨਮ ਦੇਣ ਵਾਲਾ ਇਲਾਕਾ ਹੈ ਬਹੁਤ ਸੋਹਣੇ ਮੁਕਾਬਲੇ ਆਪਾਂ ਦੇਖ ਰਹੇ ਹਾਂ ਖੇਡ ਮੈਦਾਨ ਦੇ ਵਿੱਚ ਤਕੜੀ ਖੇਡ ਖੇਡੀ ਜਾ ਰਹੀ ਹੈ ਲਓ ਚਿੱਟੀ ਵਾਸੀਆਂ ਦਾ ਵਾਹ ਸੋਹਣਿਆ ਹੈ
ਯਸੂ ਦਾ ਤਜਰਬਾ ਕਹਿੰਦੇ ਸਿਰ ਚੜ ਕੇ ਬੋਲਦਾ, ਸਾਨੂੰ ਬੋਲਣੇ ਦੀ ਲੋੜ ਕੋਈ ਨਾ। ਸਾਡੇ ਬੱਲਿਆ ਰਿਕਾਰਡ ਬੋਲਦੇ ਬਾਈ ਜੀ, ਇੱਕ ਨੰਬਰ ਗਰਾਊਂਡ ਦੇ ਵਿੱਚ ਅਗਲਾ ਮੈਚ ਖੇਡਣ ਲਈ ਟੀਮਾਂ ਮੇਰੇ ਆ ਜਾਣ। ਅਗਲਾ ਮੈਚ ਖੇਡਿਆ ਜਾਊਗਾ ਨੂਰਪੁਰਾ ਫਾਜ਼ਿਲਕਾ ਦੇ ਜੱਸੀ ਬੋਡੇ। ਇਹ ਮੈਚ ਇੱਕ ਨੰਬਰ ਗਰਾਊਂਡ, ਦੋ ਨੰਬਰ ਗਰਾਊਂਡ ਦੇ ਵਿੱਚ ਢੱਟਿਆਂ ਵਾਲੀ ਦੇ ਗੁਰੀ ਕਾਲੀਏ ਵਾਲਾ, ਨੰਬਰ ਗਰਾਊਂਡ ਦੇ ਵਿੱਚ ਚੁੱਕਿਆਂ ਦੀ ਟੀਮ ਦਾ ਮੈਚ ਕਾਲੀ ਵਾਲਾ ਫਿਰੋਜ਼ਪੁਰ ਦੀ ਟੀਮ ਦੇ ਨਾਲ, ਔਰ ਚਾਰ ਨੰਬਰ ਗਰਾਊਂਡ ਦੇ ਵਿੱਚ ਲੁਧਿਆਣਾ ਟੀਮ ਦਾ ਮੁਕਾਬਲਾ ਜਿਹੜਾ ਖੇਡਿਆ ਜਾਊਗਾ। ਟੱਕਰ ਕਹਿੰਦੇ ਸਿਰੇ ਦੀ ਆ ਗੈਰੀ ਵਾਲਾ ਮਿਹਨਤ ਬੜੀ ਹੈ, ਜ਼ਰੂਰੀ ਹੁੰਦੀ ਹੈ, ਤੇ ਮੋਮਬੱਤੀ ਤੇ ਕਦੇ ਚੁਰਾਹੇ ਰਿੱਝਦੇ ਨਹੀਂ ਹੁੰਦੇ ਹੈ ਬਈ, ਸੂਰਜ ਕਦੇ ਨੀ ਤਰੀਆਂ ਦੇ ਵਿੱਚ ਭੇਜਦੇ ਨਹੀਂ ਹੁੰਦੇ। ਨਾਮਾ ਜੀ ਆਸ਼ੂ ਆਸ਼ੂ ਨੈਟ ਤੇ ਬੇਨਤੀ ਹੈ ਵੀਰ ਲਾਓ, ਇੱਧਰ ਮੈਚ ਬਾਅਦ ਚੋਟੀ ਦਾ ਖੇਡਿਆ ਜਾ ਰਿਹਾ, ਇੱਧਰ ਸਾਡਾ ਵੀਰ ਆ ਤਰਸੇਮ ਪ੍ਰਧਾਨ ਨੱਥੂ ਵਾਲੀ ਆ, ਬਾਬਾ ਧੰਨਵਾਦ ਜੀ, ਕਰਿਓ ਕਰਿਓ ਸ਼ੇਅਰ ਕਰਕੇ ਸਾਡਾ ਪ੍ਰਧਾਨ ਹੋਣੀ ਆਈ ਤੇ ਉਦੋਂ ਦੇ ਐ ਲੱਗਦਾ ਖਿਡਾਰੀਆਂ ਨੂੰ ਜਿਵੇਂ ਸੱਜੇ ਗੁੱਟ ਨਾਲ ਡਿਊਟੀ ਲੱਗੀ ਹੁੰਦੀ ਹੈ, ਔਰ ਕਿਸੇ ਪਾਸੇ ਜਾਣ ਦੀ ਲੋੜ ਨੀ ਪੈਂਦੀ। ਇੱਕ ਨੰਬਰ ਗਰਾਊਂਡ ਦੇ ਵਿੱਚ ਸਾਹਮਣੇ ਤੋਂ ਬਾਹਰ ਲੱਗਦੀ ਹੈ ਤੇ ਫਿਰ ਚਾਰ ਨੰਬਰ ਜਾਂਦਾ ਗੁਰੂ ਦਾ ਸਿੱਖਾ, ਕਿਸੇ ਤੋਂ ਕੁਝ ਮੰਗਣਾ ਨੀ ਵੀ ਮੈਂ ਜਾਣ ਮੈਂ ਬੇਨਤੀ ਕਰਦਾ ਮੇਰੇ ਸਾਰੇ ਭਰਾਵਾਂ ਨੂੰ, ਸਾਰੇ ਤੁਸੀਂ ਵੱਡੇ ਛੋਟੇ ਭਰਾ ਹੋ, ਅੱਜ ਦੇ ਸਖੇ ਟੂਰਨਾਮੈਂਟ ਦੇ ਵੀਰ ਜਲ ਪਾਣੀ ਦੀ ਸੇਵਾ ਕਰ ਰਿਹਾ, ਤੁਰ ਫਿਰ ਕੇ ਕੱਲੇ ਕੱਲੇ ਦਰਸ਼ਕ ਨੂੰ ਪਾਣੀ ਪਿਆ ਕੇ ਜਾਂਦਾ, ਔਰ 25-30 ਕਿਲੋ ਢੋਲੀ ਦਾ ਭਾਰ ਆ ਤੁਰ ਹੀ ਫਿਰਦਾ ਤੜਕੇ ਦਾ, ਜਿੰਨੀ ਵੀ ਸੰਗਤ ਆ ਰਹੀ ਹੈ 10-20-50 ਦੇ ਨਾਲ ਕੋਈ ਫਰਕ ਨੀ ਪੈਂਦਾ ਹੁੰਦਾ ਮੇਰਾ ਵੀਰ ਬਣ ਕੇ, ਇਹ ਭਰਾ ਦਾ ਮਾਣ ਸਨਮਾਨ ਜ਼ਰੂਰ ਕਰਦੇ ਮੇਰਾ ਬਾਈ ਬਣ ਕੇ, ਬਹੁਤ ਬਹੁਤ ਧੰਨਵਾਦ ਹੋਵੇਗਾ। ਇਹ ਭਰਾ ਦੇ ਘਰ ਦਾ ਗੁਜ਼ਾਰਾ ਚੱਲਦਾ ਇਹਨਾਂ ਖੇਡਦੇ ਗਰਾਊਂਡਾਂ ਤੋਂ, ਆਪਾਂ ਨੂੰ 10-20-50 ਨਾਲ ਕੋਈ ਫਰਕ ਨੀ ਪੈਣਾ, ਘਰ ਦੀ ਚੱਲ ਜਾ ਰਹੀ ਹੈ। ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਗੁਰਸਿੱਖ ਪਾਣੀ ਦੀ ਸੇਵਾ ਕਰ ਰਿਹਾ ਇਹਦਾ ਮਾਣ ਸਨਮਾਨ ਜ਼ਰੂਰ ਕਰਦੇ, ਕਿਸੇ ਦੀ ਨਾ ਮੰਨਣੀ ਹੈ ਤੇ ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ ਹੈ, ਆਹ ਕੰਮ ਮੂਰਖਾਂ ਦਾ ਗੱਲ ਗੱਲ ਤੇ ਹੱਸਣਾ, ਤੇ ਮਰਦ ਗੁਲਾਮ ਕਦੇ ਬਣਦੇ ਨੀ ਮਾਰਦੇ, ਹੱਥੀ ਲਾਈਆ ਕਿਸੇ ਦੀ ਪੁੱਜਦੀ ਨਾ ਸੁਖੀ ਲੋਕੋ, ਪਰ ਕੇ ਭਾਫੜ ਪੈਂਦੀ ਮੱਚ ਲੋਕੋ ਵਾਲਿਆ, ਤੇ ਮਿਹਨਤ ਨਾ ਗੁੱਜੀ ਰਹਿੰਦੀ ਬੋਲਦੀ ਗਰਾਊਂਡਾਂ ਚ, ਕਦੇ ਨਾ ਲੁਕਾਇਆ ਲੁਕੇ ਲੋਕੇ, ਮਾਸਟਰ ਕਹਿੰਦੇ ਗੱਲਾਂ ਲਿਖਦਾ ਤੇ ਤਨਕਾਹ ਤਨਕਾਹ ਕੇ ਲਿਖਦਾ, ਸਮਝ ਵਾਲੇ ਨਾ ਮੈਂ ਸਮਝ ਜਾਂਦੇ ਆ ਸਮਝਦਾਰ ਬੰਦੇ।
ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ। ਇੱਕ ਦੋ ਨੰਬਰਾਂ ਦਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ। ਇੱਧਰ ਕਹਿੰਦੇ ਗੋਪੀ ਬੜੀ ਕਮਾਲ ਦੀ ਖੇਡ ਹੈ ਮੁੰਡੇ ਦੀ, ਬਹੁਤ ਸੋਹਣਾ ਖੇਡ ਰਹੇ ਆ। ਬਠਿੰਡੇ ਵਾਲਾ ਤਲਵੰਡੀ ਸਾਬੋ ਦਾ ਇਲਾਕਾ ਹੈ। ਬਾਕੀ ਦਮਦਮਾ ਸਾਹਿਬ ਨਹੀਂ ਆਈ, ਬਾਕੀ ਆਏ ਮੁੰਡੇ ਸਾਰੇ ਬੱਚਾ ਬੱਚਾ ਜਾਣਦਾ ਹੈ, ਬੱਚਾ ਬੱਚਾ ਜਾਣਦਾ ਨੀ, ਇਹਨੇ ਜਾਨਣ ਲਾਇਆ ਹੈ। ਔਰ ਸਾਹਮਣੇ ਮੈਚ ਕਹਿੰਦੇ ਬਹੁਤ ਤਕੜਾ ਹੈ। ਨਾ ਮੈਂ ਬਹਿ ਜਾ, ਨਾ ਮੈਂ ਬਹਿ ਜਾ, ਉਧਰ ਕਾਲੀ ਵਾਲਾ ਬਲਦੇਵ ਬਹੁਤ ਪਿਆਰਾ ਵੀਰ ਹੈ ਸਾਡਾ, ਵੱਡੇ ਮਾਨ ਕਦੇ ਇਹਨਾਂ ਬੁਲਾਰਿਆਂ ਦੇ, ਕਦੇ ਲਹਿ ਵਾਲੇ ਵੀਰਾਂ ਦੇ, ਕਦੇ ਖਿਡਾਰੀਆਂ ਦੇ ਕੀਤੇ ਹੈ। ਜੁੜੀ ਬੈਠਾ ਇੱਕ ਨੰਬਰ ਦਾ ਜਾਊਗਾ, ਪਰ ਬਾਈ ਜੇ ਆਰ ਦੋ ਨੰਬਰ ਗਰਾਊਂਡ ਦੀਆਂ ਦੋਨੋਂ ਟੀਮਾਂ ਦਾ ਪ੍ਰਦਰਸ਼ਨ ਵਧੀਆ ਲੱਗ ਰਿਹਾ, ਦੋ ਨੰਬਰ ਗਰਾਊਂਡ ਦਾ ਬਰਾੜਾ ਦੇ ਮੁੰਡੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ। ਇਹ ਹੈ ਲਾਹੌਰ ਸਿੰਘ ਬਰਾੜ ਦਾ ਬੇਟਾ, ਇੱਕ ਕਮਾਲ ਦਾ ਨੰਬਰ ਜੋੜ ਕੇ ਹੈ। ਪਾਣੀ ਮੰਗਦੇ ਤੇਰੇ ਪਿੰਡ ਵਾਲੇ ਮੁੰਡੇ। ਧੰਨਵਾਦ ਧੰਨਵਾਦ ਮਨਵੀਰ ਆਸਟ੍ਰੇਲੀਆ ਜਰੂਰ ਜਰੂਰ ਵੀਰੇ ਹੁੰਦੀ ਮਨਵੀਰ ਆਸਟ੍ਰੇਲੀਆ ਨਵੀਂ ਜੱਟਵਾਲ ਰਵਿੰਦਰ ਨੀ ਆਇਆ ਨਵੀਂ ਖਿਡਾਰੀ ਦੇ ਵੀ ਨੌਜਵਾਨ ਲੰਬੇ ਸਮੇਂ ਤੋਂ ਇਹਨਾਂ ਗਰਾਊਂਡਾਂ ਦੇ ਨਾਲ ਖੇਡਿਆ ਔਰ ਜੁੜਿਆ ਹੋਇਆ ਖਿਡਾਰੀ ਆ। ਉਹ ਬੱਲੇ 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 ਮਨਵੀਰ ਆਸਟ੍ਰੇਲੀਆ ਭਰਾ ਸਾਡਾ ਕਹਿੰਦਾ ਵੀ ਜਿਹੜਾ ਮਰਜ਼ੀ ਖਿਡਾਰੀ ਲਾਲ ਮੇਮੇ ਵਾਲਾ ਪੰਜ ਵਾਲਾ ਕ੍ਰੋਸ ਕਰਦੇ ਚਾਰ ਵਾਲ ਤੇ ਚਾਰ ਵਾਲਾ ਕ੍ਰੋਸ ਕਰਦੇ 500 ਦੇ ਨਾਲ ਆਪਾਂ ਮਾਰ ਕਰ ਦਿਆਂਗੇ। ਇੱਧਰ ਮੁੰਡੇ ਕਹਿੰਦੇ ਟਾਈਮ ਆਊਟ ਹੈ ਬਾਬਾ ਦਰਵਾਜੀ ਭੈਣੀ ਬਾਈ ਵਾਲਿਆ ਛੇ ਛੇ ਵਾਹ ਜੀ ਵਾਹ ਛੇ ਛੇ ਦੀ ਬਰਾਬਰੀ ਹੈ ਵੀਰੇ ਨੰਬਰ ਬਿਲਕੁਲ ਬਰਾਬਰੀ ਤੇ ਹੋ ਗਿਆ। ਅੱਜ ਦੇ ਦਿਨ ਦਾ ਬੈਸਟ ਮੈਚ ਖੇਡਿਆ ਜਾ ਰਿਹਾ ਹੈ। ਇੱਧਰ ਕਹਿੰਦੇ ਯੱਜ ਦਾ ਚੰਡਿਆ ਹੋਇਆ ਪੱਠਾ ਬਿੱਟੀ ਭੁੱਟੀ ਵਾਲੀਆ ਛੇਤੀ ਨੀ ਦੱਬਦਾ ਗੱਭਰੂ, ਇਹ ਹੈ ਬਿੱਟੀ ਭੁੱਟੀ ਵਾਲੀਆ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ। ਲੋਕਾਂ ਨੂੰ ਦੱਸਣਾ ਪੈਣਾ।
ਹਰਵਾਲ ਕਹਿੰਦੇ ਜਿਹੜੇ ਨੰਬਰ ਹੋ ਗਏ ਹੈ ਉਹ ਬਲਾਰ ਮੇਮੇ ਵਾਲੇ ਮੁੰਡਿਆਂ ਦੇ ਹੈ, ਛੇ ਪੁਆਇੰਟ ਛੇ ਜਿਹੜੇ ਨੰਬਰ ਭੱਟੀਆਂ ਉਹ ਭੱਟੀਆਂ ਢਾਹਾਂ ਦੀ ਟੀਮ ਦੇ ਹੈ। ਸੱਤ ਦੇ ਛੇ ਦੀ ਟੱਕਰ ਮੈਚ ਸਮਾਪਤ ਹੈ ਜੀ। ਕਿਹੜੀ ਜਿੱਤ ਗਈ? ਹਰਾਜ ਵਾਲੇ ਮੁੰਡੇ ਜਿੱਤ ਗਏ ਜੀ। ਲੈ ਵੀ ਠੀਕ ਹੈ ਜੀ, ਇੱਕ ਦਿਨ ਮੈਚ ਕਰਾ ਦਿਓ ਬਾਈ। ਲੈ ਹਰਾਜ ਵਾਲੇ ਆ ਜਾਏ ਇੱਧਰ ਨੂੰ। ਚੁੱਗੇ ਦੇ ਕਾਲੀ ਵਾਲਾ ਫਰੋਜ਼, ਚੁੱਗੇ ਦੇ ਕਾਲੀ ਵਾਲਾ ਫਰੋਜ਼, ਛੇ ਸੱਤ ਵਾਹ ਜੀ ਵਾਹ। ਮੈਂ ਚਾਹ ਚੁੱਗੇ ਤੇ ਕਾਲੀ ਵਾਲਾ ਮੁੰਡੇ ਕਹਿੰਦਾ ਜੀ ਆ ਜਾਓ ਜਲਦੀ ਦੇ ਨਾਲ, ਛੇਵੇਂ ਆ ਜਾਓ ਜਲਦੀ ਦੇ ਨਾਲ। ਬਨਹਿਰੀ ਆਈ ਹੈ ਜੀ, ਆਈ ਹੈ ਰਾਜਸਥਾਨ ਵਾਲੇ ਜਗਦੀਪ ਢਿੱਲ ਆਸਟ੍ਰੇਲੀਆ। ਢਿੱਲੋ ਸਾਹਿਬ ਥੈਂਕ ਯੂ ਸੋ ਮਚ। ਕਹਿੰਦੇ ਚੰਗੇ ਉਸਤਾਦ ਵਾਲਾ ਚੱਡਿਆ ਹੋਇਆ ਹੈ, ਪਰ ਗਲਤੀ ਵੱਡੀ ਕਰ ਦਿੱਤੀ ਹੈ ਮੁੰਡੇ ਨੇ। ਬਾਕੀ ਮੈਚ ਬੜਾ ਟੌਪ ਦਾ ਖੇਡਿਆ ਜਾ ਰਿਹਾ ਹੈ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ, ਔਰ ਚਰਚੇ ਕਿਉਂਦੇ ਵੱਡੇ ਅੱਜ ਦੇ ਵੱਡੇ ਕੰਮ ਦੇ ਸਾਰੇ ਕੰਮੇ ਸਮੇਂ ਤੇ, ਔਰ ਰੋਟੀ ਸੜਦੀ ਹੁੰਦੀ ਹੈ ਤੇ ਤੁਰਕਾ ਤੁਰਕਾ ਕਰਕੇ ਗੁੱਡੀ ਚੜ੍ਹਦੀ ਗੁੱਡੀ ਚੜ੍ਹਦੀ ਹੁੰਦੀ ਹੈ। ਉਧਰ ਸਾਡਾ ਬਹੁਤ ਪਿਆਰਾ ਵੀਰ ਹੈ, ਦੁੱਖ ਸੁੱਖ ਦਾ ਸਾਥੀ ਥੰਮਣ ਵਾਲੀ ਹੈ, ਕਹਿੰਦੇ ਜਗਦੀਪ ਢਿੱਲੋਂ ਰਹਿੰਦਾ ਆਸਟ੍ਰੇਲੀਆ। ਗੱਲਾਂ ਕਹਿੰਦੇ ਵੱਡੀਆਂ ਹੈ, ਜੱਟ ਦਾ ਨਾਂ ਥੰਮਣ ਵਾਲੇ ਤੋਂ ਲੈ ਕੇ ਆਸਟ੍ਰੇਲੀਆ ਦੀ ਵਾਲੀਬਾਲ ਦੇ ਵਿੱਚ ਵੀ ਸਿੱਕਾ ਚੱਲਦਾ ਹੈ, ਉਹ ਭਰਾ ਵੀ ਕਹਿੰਦੇ ਜੁੜਿਆ ਹੋਇਆ ਹੈ। ਲੈ ਮੈਚਾਂ ਦਾ ਆਨੰਦ ਮਾਣ ਰਹੇ ਹੈ, ਪਤਾ ਧੰਨਵਾਦ ਕਰਾਂਗੇ। ਜਗਦੀਪ ਢਿੱਲੋਂ ਸੁਣਿਆ ਕਮਾਲ ਕਰ ਦਿੱਤੀ ਹੈ। ਉਧਰ ਗੁਆਢੀ ਵਾਲੇ ਭਰਾ ਵੀ ਪੁੱਜੇ, ਬਹੁਤ ਸੋਹਣਾ ਐਸੇ ਗਰਾਊਂਡ ਦੇ ਵਿੱਚ, ਐਸੇ ਧਰਤੀ ਦੇ ਵਿੱਚ ਕੱਲ ਨੂੰ ਗੁਆਢੀ ਦਾ ਖੇਡਿਆ ਜਾਣਾ ਹੈ। ਸੱਤ ਸੱਤ ਦੀ ਬਰਾਬਰੀ ਹੈ, ਉੱਚੀ ਸਾਡੀ ਗੁਆਢੀ ਜੋ ਵੀ ਆ ਗਈ ਹੈ। ਜੋਤ ਕਮੋਸ਼ ਵੈਲਕਮ ਜੀ ਆਇਆ ਹਰ ਸਾਲ ਦੀ ਅਗਲਾ ਮੈਚ ਸਿੱਧੂ ਸਰੇਖਿਆ ਮਾਰ ਅਤੇ ਕਲੋਜ਼ ਫਾਈਟਰ ਨੇ ਖੇਡਣਾ ਕਟਾਣੀ ਚ, ਇਸ ਗਰਾਊਂਡ ਦੇ ਵਿੱਚ ਖੇਡਦੇ ਆ ਕਾਲੀ ਵਾਲੇ ਨਾਲ ਮੈਚ ਹੈ ਉਹਨਾਂ ਦਾ ਸਾਡੇ ਦਰਮਿਆਨ ਬੜਾ ਆਪਾਂ ਮੈਚ ਲੱਗਣਾ। ਉਹਨਾਂ ਵੀਰਾਂ ਦਾ ਵੀ ਹਾਰਦਿਕ ਸਵਾਗਤ ਆਪਾਂ ਕਰਾਂਗੇ ਬਾਈ। ਚੁੱਕਿਆ ਵਾਲੇ ਮੁੰਡੇ ਜਲਦੀ ਦੇ ਨਾਲ ਆ ਜਾਓ ਕਿਰਪਾ ਕਰਕੇ, ਚੁੱਕਿਆਂ ਦੀ ਟੀਮ ਲੈ ਵੀ ਚੁੱਕੀ ਇਕੱਠੇ ਆ ਚੁੱਕਿਆਂ ਲਈ ਕਰਿਓ ਸ਼ੇਰ ਖਿੱਚ ਕੇ, ਇੱਕ ਮਿੰਟ ਚ ਆਉਣਗੇ। ਧੰਨਵਾਦ ਧੰਨਵਾਦ ਜੀ। ਬਰਾਬਰੀ ਤੇ ਮੈਚ ਚੱਲਦਾ, ਸੱਤ ਸੱਤ ਆ ਵੀਰੇ, ਸੈਵਨ ਇੰਚ ਸੱਤ ਸੱਤ ਦੀ ਬਰਾਬਰੀ। ਸਰਵਿਸ ਪੱਟੀਆਂ ਢਾਹਾਂ ਦੀ, ਇਧਰੋਂ ਪੱਟੀਆਂ ਵਾਲਿਆਂ ਦੀ ਸਰਵਿਸ ਹੈ, ਸੱਤ ਸੱਤ ਦੀ ਬਰਾਬਰੀ। ਵਾਹ ਮਾਨਾ ਬੱਲੋ ਵਾਲਾ ਗੋਪਾ ਮਾਨ ਫੈਟਾ ਪੂਰਾ
ਸਹਿਬਰੀਤ ਨਵਜੋਤ ਕੰਬੋਜ ਬਾਬਾ ਧੰਨਵਾਦ ਨਵਜੋਤ ਸਿੱਧੂ ਦੇ ਮੈਚ ਵੀਰੇ ਕਰਾਂਗੇ ਟੀਮਾਂ ਆ ਗਈਆਂ ਦੋਨੋਂ ਮੈਚ ਚਲਾ ਲਈਏ ਜਲਦੀ ਦੇ ਨਾਲ ਨੈਕਸਟ ਮੈਚ ਕਾਲੀ ਵਾਲਾ ਵੀ ਆ ਗਈ ਹੈ ਤੇ ਚੁੰਗੇ ਵਾਲੇ ਮੁੰਡੇ ਵੀ ਆ ਗਏ ਹੈ ਨਵਜੋਤ ਓਕੇ 15 11 ਦੀ ਖੇਡ 17 ਤੇ ਆਪਾਂ ਐਂਡ ਮੈਚ ਹੈ ਇੱਕ ਨੰਬਰ ਗਰਾਊਂਡ ਦੇ ਵਿੱਚ 15 ਤੇ 11 ਦੀ ਟੱਕਰ ਹੈ ਜੀ ਅਗਲਾ ਮੈਚ ਵੀ ਆਪਾਂ ਜ਼ਰੂਰ ਬੋਲਾਂਗੇ ਮੇਰੀ ਬੇਨਤੀ ਹੈ 15 10 ਤੇ ਕਿਹੜੀ ਟੀਮ ਦੇ ਪਗਰੀ ਤੇ ਰਾਜਸਥਾਨ ਵਾਲੇ ਮੁੰਡਿਆਂ ਦੇ 15 ਨੰਬਰ ਹੈ ਜੀ ਔਰ ਦੂਸਰੀ ਸਾਈਡ ਜਿਹੜੀ ਚੋਟੀਆਂ ਦੀ ਟੀਮ ਆ ਉਹਨਾਂ ਦੇ 11 ਨੰਬਰ ਹੈ ਇਧਰ ਬਹੁਤ ਟਾਪ ਦਾ ਮੈਚ ਖੇਡਿਆ ਜਾ ਰਿਹਾ ਹੈ ਔਰ ਨਾਲ ਹੋਈ ਪਈ ਹੈ ਤੇ ਸਰਾਈ ਹੋਇਆ ਪਿਆ ਹੈ ਦਾ ਔਰ ਫਰੋਣੀ ਪਈ ਹੈ ਬੱਲੇ ਸਾਹਮਣੇ ਕਹਿੰਦੇ ਕਮਾਲ ਦੇ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਸਾਰੇ ਦੇ ਸਾਰੇ ਗਰਾਊਂਡਾਂ ਦੇ ਇੱਧਰ ਸਾਈਡਾਂ ਵੀ ਚੇਂਜ ਹੋਈਆਂ ਲਵੀ ਬੱਲੋ ਵਾਲਾ ਔਰ ਤੂੰ ਵੀ ਖੱਬੀ ਖਾਨ ਖਵਾਉਣਾ ਆਪਣੇ ਆਪ ਨੂੰ ਇੱਕ ਕੱਬੀ ਬਾਲ ਜੇ ਫਲਾਰ ਵਾਲੇ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਤੇ ਲੋਹੇ ਨਾਲ ਮੱਥਾ ਮਾਰਦੇ ਮਲੋਟਦੇ ਹੈ ਔਰ ਮਾਨਸਾ ਦੇ ਜੱਟ ਸੁਲਝਾਉਣ ਮਸਲਾ ਤੇ ਲੁਧਿਆਣੇ ਆਟੋ ਚੰਡੀਗੜ੍ਹ ਆਸ਼ਕੀ ਹੈ ਤੇ ਮੁੱਕਣਾ ਨੀ ਮਸਲਾ ਬਹੁਤ ਸੋਹਣਾ ਮੈਚ ਖੇਡਿਆ ਜਾਣਾ ਬਹੁਤ ਧੰਨਵਾਦ ਕਰਿਓ ਸ਼ੇਰ ਵੱਡੇ ਵੱਡੇ ਇੱਕ ਦੇ ਵਿੱਚ ਮੁੰਡੇ ਰਾਜਸਥਾਨ ਵਾਲੇ ਜਿੱਤ ਗਏ ਆ ਇੱਕੋ ਮਿੰਟ ਦਿਓ ਜੀ ਗੁਰਲਾਲ ਜੀ ਲੰਗਿਆਣਾ ਦੇ ਫਰੋਸ਼ਾਂ ਦੀ ਸੀ ਟੀਮ ਪਹੁੰਚੇ ਵੀਰੇ ਚਾਰ ਨੰਬਰ ਗਰਾਊਂਡ ਦੇ ਵਿੱਚ ਆ ਜਾਓ ਵੀਰੇ ਲੰਗਿਆਣਾ ਦੇ ਫਰੋਸ਼ਾਂ ਦੀ ਸੀ ਟੀਮ ਪਈ ਇੱਕ ਨੰਬਰ ਗਰਾਊਂਡ ਦੇ ਵਿੱਚ ਨੂਰਪੁਰਾ ਫਾਜ਼ਿਲਕਾ ਦੇ ਜੱਸੀ ਬੌਂਡੇ ਵਾਹ ਜੀ ਵਾਹ ਬਾਬਾ ਧੰਨਵਾਦ ਜੀ ਲੈ ਵੀ ਜੰਦਬਾਜ਼ੀ ਵਾਲਾ ਬਿਨਾਂ ਰੈਫਰੀ ਕਰਨ ਦੇ ਲਈ ਓਏ ਜੰਦਬਾਜ਼ੀ ਵਾਲੇ ਮੁੰਡੇ ਜੱਸੂ ਬਾਲ ਮਾਰ ਗਿਆ 8-7 ਹੋ ਗਏ ਵੀਰੇ 8-7 ਹੋ ਗਿਆ ਤੇ 8 ਪੁਆਇੰਟ ਹੈ ਵਿੱਲਾ ਵੀ ਇਸ ਇਲਾਕੇ ਦਾ ਬਲਾਡ ਮੇਵੇ ਦੇ 8 ਹੋ ਗਏ ਜੱਸੂਰਾਂ ਦੇ ਇੱਧਰ 7 ਪੁਆਇੰਟ ਪੱਟਿਆ ਦੇ 8-7 ਦੇ ਨਾਲ ਲੰਗੇ ਵਾਲਾ ਟਿੱਕੇ ਦਾ ਪਿੰਡ ਹੈ ਦੁਨੀਆ ਦੇ ਸੁਪਰ ਸਟਾਰ ਉੱਧਰ 8-7 ਲੰਗਿਆ ਨੀ ਟਿੱਕਾ 1 ਪੁਆਇੰਟ ਦੀ ਲੀਡ ਤੇ ਜਲਦੀ ਦੇ ਨਾਲ ਆ ਜੇ ਬਲਾਡ ਮੇਵੇ ਦੇ ਪ੍ਰੋਸੈਸ ਸੀ ਵਾਲੇ ਮੁੰਡੇ
ਚਾਰ ਨੰਬਰ ਚ ਇੱਕ ਮਿੰਟ ਦਾ ਇੰਤਜ਼ਾਰ ਹੈ ਦੋਨੋਂ ਟੀਮਾਂ ਨੂੰ। ਬੇਨਤੀ ਵੀ ਪਹਿਲੇ ਆਇਆ ਕਰੋ ਜਦੋਂ ਮੈਚ ਬੋਲਦੇ ਆਪਾਂ। ਲੰਗੇ ਵਾਲੀਆਂ ਮੁੰਡੇ ਆ ਗਏ ਆ ਗਰਾਊਂਡ ਚ, ਰੋਸਾ ਸੀ ਦੀ ਟੀਮ ਨਹੀਂ ਦਿਸ ਰਹੀ। ਲਾਸਟ ਇੱਕ ਮਿੰਟ ਸੋਨੂ ਨਹੀਂ ਬੰਨੇ ਰੈਫਰੀ ਲਾ ਤੇ ਚਲਾਈਏ ਮੈਚ ਸੋਹਣੇ ਆਪਾਂ। ਬਾਬਾ ਧੰਨਵਾਦ ਜੀ। ਚਾਰ ਨੰਬਰ ਗਰਾਊਂਡ ਚ ਨੂਰਪੁਰੇ ਵਾਲੇ ਮੁੰਡੇ ਆ ਗਏ ਆ ਜੀ। ਨੂਰਪੁਰਾ ਜਲਦੀ ਦੇ ਨਾਲ ਜੱਸੀ ਬੋਡੇ ਤੇ ਨੂਰਪੁਰੇ ਦੀਆਂ ਟੀਮਾਂ ਆ ਜਾਓ ਕਿਰਪਾ ਕਰਕੇ। ਪੁਆਇੰਟ ਲੱਗਿਆ ਬਣੇ ਰਹੋ ਲਾਈਵ ਵਾਲਾ। ਇਹ ਮੈਚ ਤੋਂ ਬਾਅਦ ਆਪਾਂ ਸਾਈਡ ਚੇਂਜ ਕਰਾਂਗੇ, ਉਧਰਲੇ ਪਾਸੇ ਲੈ ਕੇ ਜਾਵਾਂਗੇ ਲਾਈਵ। ਇਹ ਮੈਚ ਤੋਂ ਬਾਅਦ ਲਾਈਵ ਉਧਰ ਲੈ ਕੇ ਜਾਵਾਂਗੇ। ਦੁਨੀਆ ਦੇ ਟਾਪ ਦੇ ਖਿਡਾਰੀ ਜਿਹੜੇ ਆਉ ਖੇਡ ਰਹੇ ਆ, ਲਓ ਸਾਹਮਣੇ ਮੇਰੇ ਮਿੱਤਰੋ ਬੰਗੀ ਵਾਲਾ ਕਹਿੰਦਾ ਟੋਪੀ ਦੁਨੀਆ ਦਾ ਇੱਕ ਵੱਡਾ ਮੱਲ ਹੈ ਤਲਵੰਡੀ ਸਾਬੋ ਦੇ। ਫੇਰ ਚੇਂਜ ਖਿਡਾਰੀ, ਫੇਰ ਸਾਈਬਰ, ਫੇਰ ਚੇਂਜ ਕਰਦੇ ਕਹਿੰਦੇ ਵੱਡੇ ਆ ਸਾਡੇ ਵੱਡੇ ਵੀਰ ਦੇ। ਪਵਨ ਫਰੀਦਕੋਟ ਜੀ ਮੈਚ ਗੁਰਪ੍ਰੀਤ ਬਰਾੜ, ਵਧੀਆ ਵਧੀਆ ਬਰਾੜਾ, ਕੀ ਹਾਲ ਚਾਲ ਹੈ ਗੁਰਪ੍ਰੀਤ ਬਰਾੜ, ਨਵੀ ਯੂਕੇ। ਬਾਬਾ ਧੰਨਵਾਦ, ਟੀਮਾਂ ਆ ਗਈ ਹੈ, ਲਵੀ ਡਾਕਟਰ ਰੋਸਾ ਸੀ ਵੀ ਆ ਗਈ ਤੇ ਲੰਗਿਆਣਾ ਵੀ ਆ ਗਈ। ਆਪਾਂ ਮੈਚ ਚਲਾ ਦਈਏ ਜਲਦੀ ਦੇ ਨਾਲ, ਬੇਨਤੀ ਹੈ ਜੀ ਮੇਰੀ। ਜੱਸੀ ਬੌਂਡੇ ਦੀ ਟੀਮ ਵੀ ਆ ਗਈ, ਬੌਂਡਾ ਨਾਲ ਜੱਸੀ ਵੀ ਪਹੁੰਚ ਗਿਆ। ਬਹੁਤ ਵਧੀਆ ਮੈਚ ਖੇਡਿਆ ਜਾਊਗਾ ਗਰਾਊਂਡ ਨੰਬਰ ਇੱਕ ਦੇ ਵਿੱਚ ਵੀ। ਧੰਨਵਾਦ ਧੰਨਵਾਦ, ਜਿਹੜੇ ਰਹਿੰਦੇ ਆ ਖਿਡਾਰੀ ਉਹ ਵੀ ਪਹੁੰਚ ਜਾਣਗੇ। ਔਰ ਇੱਧਰੋਂ ਪਹਿਲਾਂ ਜਿੱਤ ਕੇ ਗਏ ਮੁੰਡੇ ਗੰਗਾ ਨਗਰ ਵਾਲੇ, ਜਾਖਰ ਆ ਗਏ ਵੱਡਾ ਖਿਡਾਰੀ ਹੈ, ਸਾਡੇ ਖੇਡ ਦਾ ਮਾਣ ਹੈ, ਵੱਡੇ ਭਰਾ ਤੇ ਸਾਨੂੰ ਸਾਨ ਹੈ, ਸਾਡੇ ਇਲਾਕੇ ਦੀ ਜ਼ਿਲ੍ਹੇ ਬਰਨਾਲੇ ਦਾ ਮਾਣ ਹੈ। ਮੈਂ ਵੀ ਜਾਖੜ ਚਲਾ ਲਿਆ ਮੁੰਡੇ ਬਰਾਬਰੀ ਤੇ ਅੱਠ ਅੱਠ ਬਰਾਬਰ ਦੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਜਲਦੀ ਤੋਂ ਪਹਿਲਾਂ ਮੈਚ ਦੀ ਜਿਹੜੀ ਸ਼ੁਰੂਆਤ ਕਰ ਦਿਆਂਗੇ ਗਰਾਊਂਡ ਨੰਬਰ ਇੱਕ ਦੇ ਵਿੱਚ। ਪਰ ਲੋਕਾਂ ਦੀ ਇਕੱਲੀ ਇਕੱਲੀ ਅੱਖ ਜਿਹੜੀ
ਉਹ ਖਾਂ ਨੰਬਰ 2 ਦੇ ਉੱਤੇ ਟਿੱਕੀ ਹੋਈ ਆ ਨਜ਼ਰਾਨਾ 2 ਨੰਬਰ ਦਾ ਧੱਡਾ ਮਾਰਾ ਬਾਬਾ ਦਰਵਾਜ਼ੇ ਕਰਿਓ ਕਰਿਓ ਸ਼ੇਰ ਪਹਾੜੋਂ ਨਿਕਿਆ ਪਰ ਬੱਲੋੜਾ ਮੁੰਡਿਆ ਗੱਭਰੂ ਨੇ ਕਮਾਲ ਜਿਹੜੀ ਕਰੀ ਪਈ ਹੈ ਮੈਚ ਬਹੁਤ ਚੋਟੀ ਦਾ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੱਧਰ ਗੱਲਾਂ ਬਾਤਾਂ ਵੱਡੀਆਂ ਨੇ ਲੈ ਟਿੱਕਿਆ ਉਹ ਬੱਲੇ ਅਗਰ ਕਮਲਾ ਸਿਰਾ ਸਿਰਾ ਅਗਰ ਕਮਲਾ ਜਿੰਨਾ ਅਗਲੇ ਰਾਊਂਡ ਦੇ ਵਿੱਚ ਜਾਣਾ ਤੇ ਲਾੜ ਮੇ ਮੇਲੇ ਨੂੰ ਘਰ ਦਾ ਰਸਤਾ ਜਿਹੜਾ ਦਿਖਾਉਣਾ ਪੈਣਾ ਬੜਾ ਸਿਰਾ ਮੈਚ ਹੈ ਯਾਰ ਲੋਕਾਂ ਨੇ ਕੰਨਾਂ ਦੇ ਪੁੱਛਣੇ ਆ ਵੀ ਆਹ ਮੁੰਡਾ ਬਹੁਤ ਤਗੜਾ ਹੈ ਕਿਹੜਾ ਪਿੰਡ ਹੈ ਓ ਮਨਾ ਐਂਡੋ ਮਨਾ ਐਂਡੋ ਫੇਰ ਅਸਰਦਾ ਤੇ ਚਰਤੇ ਵੱਡੇ ਆ ਵੀ ਮਰ ਜਾਣਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ ਬਾਗਾ ਵਾਲੇ ਸ਼ਹਿਰ ਬਈ ਅਗਲਾ ਮੈਚ ਹੈ ਵੀਰੇ ਅਗਲਾ ਮੈਚ ਹੈ ਇੱਥੇ ਗੁਰੀ ਦਾ ਪਟਿਆਲੇ ਜਿੰਦਾ ਦਾਸੀ ਹੈ ਲੈ ਵੀ ਮਾਨਾ ਆ ਮੁੰਡਿਆਂ ਨੇ ਤੈਨੂੰ ਮਾਣ ਕਰਕੇ ਸੱਦਿਆ ਤੇ ਜੇ ਮਾਣ ਕਰਦੇ ਓ ਭਾਰ ਮੁੰਡਿਆ ਗਿਰ ਕਮਲ ਓ ਬੱਲੇ ਤੇ ਨਾਲ ਬੱਲ ਵਾਲਾ ਓ ਬੱਲ ਵੱਡੀ ਹੈ ਜੀ ਬਈ ਮੈਚ ਨਹੀਂ ਚੱਲਿਆ 4 ਨੰਬਰ ਚ ਵੇਲੇ ਬਹੁਤ ਮਾੜੀ ਗੱਲ ਹੈ ਲੱਡੂ ਬਾਅਦ ਖਾਲੀ ਕੋਈ ਗੱਲ ਨੀ ਤੇਰੀ ਯਾਨ ਨੂੰ ਲੱਡੂਆਂ ਦਾ ਘਾਟਾ ਨੀ ਮੈਂ ਚਲਾ ਦੇ ਸੋਮਿਆ ਕਿਰਾਂ ਜਲਦੀ ਹਾਂਜੀ ਦਿਲਸਾ ਜੀ ਲਾਵੀ ਲਾਓ ਮੇਰਾ ਵੀਰ ਨਾਲ ਗੱਗੂ ਗਿੱਲ ਵੀ ਆਇਆ ਹੋਇਆ ਸਰਾਂ ਵੀ ਪੈਂਦਾ ਕਹਿੰਦੇ ਗੱਗੂ ਗਿੱਲ ਦਾ ਹਰ ਕਹਿੰਦੇ ਚਰਚੇ ਆ ਦੂਰ ਦੁਰਾਡੇ ਬਹੁਤ ਵੱਡਾ ਧੰਨਵਾਦ ਜ਼ਿੰਦਗੀ ਦਾ ਬੜਾ ਸਤਿਕਾਰ ਜੋ ਕੀਤਾ ਹੈ ਲਵੀ ਨੰਬਰ ਇੱਕ ਵਾਰੀ ਜ਼ਰੂਰ ਦੱਸ ਦੀ ਮੁੰਦਰਾ ਵਾਲਿਆਂ ਕਿੰਨੇ ਕਿੰਨੇ ਹੋ ਗਿਆ ਗੱਗੂ ਆ ਗਿਆ ਸਰਾਂ ਵਾਲੀ ਵਾਲਾ ਇੱਕ ਲੋਹਾ ਕਹਿੰਦੇ ਚੀਲਾ ਹੈ ਇਹ ਵੀ ਪੱਕੀਆਂ ਕੰਧਾਂ ਚ ਗਿੱਲ ਲਾਉਂਦਾ ਅੱਜ ਕੱਲ ਬਹੁਤ ਸੋਹਣਾ ਮੈਚ ਉੱਧਰ ਇੱਕ ਦਾ ਵੀ ਮੈਚ ਕਹਿੰਦੇ ਬੜਾ ਤਕੜਾ ਹੈ ਲੱਡੂ ਖੇਡ ਰਹੇ ਆ ਖੇਡ ਮੈਦਾਨ ਦੇ ਵਿੱਚ ਗਿਆਨੀ ਵਰਗੇ ਬਹੁਤ ਵਧੀਆ ਟੀਮ ਹੈ ਨਾਲ ਕਹਿੰਦੇ ਪੈਮਲ ਖੇਡ ਰਿਹਾ ਬਹੁਤ ਸੋਹਣੀ ਟੀਮ ਮੁੰਡਿਆਂ ਦੀ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਦੂਜੇ ਪਾਸੇ ਕਹਿੰਦੇ ਜੱਜ ਦਾ ਚੰਡਿਆ ਹੋਇਆ ਪੱਠਾ ਹੈ ਬਹੁਤ ਸਾਹਮਣੇ ਵਿੱਕੀ ਖੇਡ ਰਿਹਾ ਹੈ ਨਾਲ ਸੋਹਣਾ ਲੰਬਾ ਗੁਈਆਂ ਵਾਲੇ ਦਾ ਤੇ ਨਾਲ ਕਹਿੰਦੇ ਤਲਵੰਡੀ ਵਾਲਾ ਗੀਤ ਹੈ ਤੇ ਰੌਣਕ ਦੀਆਂ ਤੇ ਗੱਲਾਂ ਬਾਤਾਂ ਵੱਖਰੀਆਂ ਅੱਜ ਬੜੇ ਲੰਬੇ ਸਮੇਂ ਬਾਅਦ ਰੌਣਕ ਫਿਰ ਕਹਿੰਦੇ ਵਾਢਾ ਵਾਲੀ ਜੱਸੀ ਦੀ ਟੀਮ ਦੇ ਲਈ ਨਾਮਾ ਖੇਡ ਰਿਹਾ ਹੈ ਨਾਮਾ ਜਾਣਦਾ ਰੌਣਕ ਬਾਰੇ ਬਾਲਾ ਦੱਸਣ ਦੀ ਲੋੜ ਨੀ ਭਾਈ ਫੋਨ ਆ ਗਿਆ ਯਾਰ ਵਿੱਚ ਫੋਨ ਆ ਗਿਆ ਵਿੱਚ 80 ਨੰਬਰ ਇੱਧਰ ਕਿੰਨੇ ਕਿੰਨੇ ਐ ਨਾਲ ਸਮਾਂ ਆ ਗਿਆ ਕਹਿੰਦੇ ਬੜਾ ਟੌਪ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਔਰ ਚਰਚੇ ਵੱਡੇ ਉਧਰ ਗੱਗੂ ਫੋਨ ਆ ਗਿਆ ਵਿੱਚ ਵੀਰੇ ਫੋਨ ਸਰਾਲੀ ਪਿੰਡ ਇਸ ਤੋਂ ਲੱਗ ਪਹਿਲੀ ਵਾਰੀ ਫੋਨ ਆਇਆ ਪਰ ਉਹ ਜੰਗ ਕਾਲ ਆਈ ਆ ਕੋਈ ਦਵਾਮਾ ਨੇ ਸਾਡੇ ਵੱਡੇ ਵੀਰ ਦੇ ਲਈ ਪਹਿਲੀ ਵਾਰੀ ਵੱਡੇ ਛੋਟੇ ਘਰ ਦੇ ਟੂਰਨਾਮੈਂਟ ਤੇ ਮਿਲੇ ਸੀ ਭਰਾਵਾਂ ਨੂੰ ਧੰਨਵਾਦ ਬਾਅਦ ਵਿੱਚ ਮੁਲਾਕਾਤ ਹੋਈ ਸ਼ੇਰ ਗੱਲ ਕੇ ਔਰ ਗੁਜ਼ਾਰਸ਼ਾ ਵੀ ਜ਼ਰੂਰ ਵੀਰੇ ਗਰਾਊਂਡਾਂ ਵੱਲ ਹੁਣ ਆਇਆ ਕਰੋ ਉਧਰ ਵੀ ਸਿੱਧੂ ਦਾ ਲੈਕ ਮੈਚ ਹੈ ਲੈਕ ਮੈਚ ਪਤਾ ਵੀ ਮੇਲੇ ਖਿਡਾਰੀ ਮੇਰੇ ਮਿੱਤਰੋ ਜਦੋਂ ਜਦੋਂ ਲੋਕਾਂ ਨੇ ਆਨੰਦ ਮਾਣਿਆ ਆਹ ਮੁੰਡਿਆਂ ਦੀ ਖੇਡ ਦਾ ਉਧਰ ਕਿੰਨਾ ਵੀ ਆਇਆ ਭਰਾ ਸਾਡਾ ਕੈਨੇਡਾ ਵਾਲਾ ਸ਼ਹਿਰ ਦਾ ਵੀਰ ਉਹਦਾ ਵੀ ਵੱਡਾ ਧੰਨਵਾਦ ਕਰ ਰਿਹਾ ਅੱਜ ਦੇ ਵੱਡੇ ਕੱਪ ਦੇ ਉੱਤੇ ਪੁੱਜਿਆ ਹੋਇਆ ਚੋਟੀ ਦਾ ਮੈਚ ਖੇਡਦੇ ਗਰਾਊਂਡ ਦੇ ਅੰਦਰ ਵੀ ਮਿਰਗਾ ਤੇਰੇ ਅੰਦਰ ਹੀ ਉਹ ਕਸਤੂਰੀ ਹੁੰਦੀ ਹੈ ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬੱਤੀਆਂ ਤੇ ਕਦੇ ਕਰਾਹੇ ਰਿੱਝਦੇ ਨਹੀਂ ਹੁੰਦੇ
ਔਰ ਸੂਰਤ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਆ, ਜਿਹੜੀ ਮਿਹਨਤ ਕੀਤੀ ਹੁੰਦੀ ਹੈ ਤੇ ਫਿਰ ਇੱਕ ਨਾ ਇੱਕ ਦਿਨ ਉਹ ਰੌਲਾ ਜ਼ਰੂਰ ਪਾਉਂਦੀ ਹੈ। ਮੇਰੇ ਬਾਬੂ ਜੀ ਬਾਬਾ ਧੰਨਵਾਦ, ਮੁੰਡਿਆਂ ਨੇ ਮਿਹਨਤ ਕੀਤੀ ਹੈ, ਬਾਬੂ ਜੀ ਰਾਜ ਵਾਲਾ ਪਿੰਡਾਂ ਜਿਹੜੇ ਖਿਡਾਰੀ ਦੀ ਚੋਣ ਪੌਦਿਆਂ ਨੇ ਦੱਸੀ ਨੇ ਕੀਤੀ ਹੋਈ ਹੈ, ਨਾਲ ਤਲਵੰਡੀ ਵਾਲਾ ਜੀਤ ਖੇਡਦਾ ਔਰ ਕੱਲ ਦੇ ਕਹਿੰਦੇ ਖੇਡ ਮੇਰੇ ਦੇ ਹੈ, ਤਲਵੰਡੀ ਦੀ ਟੀਮ ਕਹਿੰਦੇ ਤੀਜੇ ਨੰਬਰ ਤੇ ਰਹੀ ਹੈ, ਅੱਜ ਕਹਿੰਦੇ ਜੀਤ ਆਇਆ ਹੋਇਆ, ਨਾਲ ਕਹਿੰਦੇ ਕੁੱਟੀ ਵਾਲਾ ਪਿੰਡ ਆ ਮੇਰੇ ਮਿੱਤਰੋਂ ਵਿੱਕੀ ਦਾ ਔਰ ਨਾਲ ਰੌਣਕਾ, ਦੇਖਾਂਗੇ ਨੰਬਰ ਹੁਣ ਕੌਣ ਜੋੜੂਗਾ। ਜਾਣ ਅਣਖਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨੀ ਹੁੰਦੇ ਹੈ, ਲਵੀ ਔਰ ਭੱਟੀਆਂ ਵਾਲਿਆ ਔਰ ਮੈਚ ਠੰਡਾ ਜਿਹਾ ਹੋ ਗਿਆ, ਕਹਿ ਪੱਲੋ ਵਾਲੇ ਕੋਪੇ ਨੂੰ ਵੀ ਬਾਲਾਂ ਦੇ ਲਗਾਤਾਰ ਲਾਉਣੀਆਂ ਪੈਣਗੀਆਂ, ਤੇ ਜਾਂ ਵਾਸੀਆਂ ਪੇਟ ਪਿੰਡ ਦੇ ਨਿੱਕੇ ਨੂੰ ਕਹਿ ਜਿਹਦੇ ਦਿਲਰਾਜ ਬੰਦ ਹੋਣੀ ਮਾਰ ਕਰਦੇ ਹੈ, ਔਰ ਮੁੰਡੇ ਦਾ ਮਾਰ ਕਹਿੰਦੇ ਤੁਗ ਤੁਗ ਨਾਲ ਹੋਊਗਾ, ਪੱਲੋ ਵਾਲਿਆ ਔਰ ਪਾਣੀ ਮੈਨੂੰ ਸਿਰ ਤੋਂ ਲੱਗਦਾ ਲੱਗਦਾ ਸੋਨਿਆਂ ਦੀ ਰਾਤ, ਫਰਦਾ ਪਿਆਰੀ ਹੈ ਤੂੰ ਵੀ ਆੜੇ ਹੋਏ ਮੈਚ ਪੱਟੇ ਹੋਏ ਆ, ਪਰ ਜੇ ਆ ਮੈਂ ਕਿਤੇ ਗੱਲ ਫੇਰ ਬਣੂਗੀ ਹੈ, ਸਵਾਦ ਤੇ ਤਾੜੀ ਤੂੜੀ ਕਿਉਂ ਨੀ ਮਾਰਦੇ, ਤਾੜੀ ਮਾਰਦੇ ਜ਼ੋਰਦਾਰ ਮੁੰਡਿਆਂ ਦੇ ਲਈ, ਕਦੇ ਬੱਜਾ ਪਿਆ ਅੱਜ ਸਵਾਦ ਬੱਜਿਆ ਪਿਆ, ਦੂਰ ਵੱਡਾ ਕੱਪ ਦੇਖਣ ਦੇ ਲਈ ਹੈ, ਤੇ ਸਾਊਂਡ ਵਾਲੇ ਭਰਾ ਨੇ ਵੀ ਹੈ ਅੱਜ ਕਹਿੰਦੇ ਤਾਈ ਤੋੜੀ ਪਈ ਹੈ, ਕਦੇ ਚੱਕਦੀਆਂ ਗੱਲਾਂ ਪਰ ਅੱਜ ਕਹਿੰਦੇ ਮੇਰੇ ਮਿੱਤਰੋ ਪਿੰਡ ਵਾਲੇ ਮੁੰਡੇ ਨੇ ਉਹ ਕਹਿੰਦੇ ਕਮਾਲ ਕਰੀ ਪਈ ਹੈ ਮੇਰੇ ਮਿੱਤਰੋ, ਬੜੀ ਪਿਆਰੀ ਹੈ ਤੇ ਬੜੀ ਬੁਲੰਦ ਆਵਾਜ਼ ਇਹਨਾਂ ਗਰਾਊਂਡ ਨੂੰ ਦੱਸਦੀ ਹੈ, ਆਲੇ ਦੁਆਲੇ ਪਾਸੋਂ ਕੀਤੀ ਹੈ, ਜੱਗੂ ਜਿਹੜਾ ਦਾ ਧੰਨਵਾਦ ਹੈ, ਆਓ ਸਾਹਮਣੇ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ, ਔਰ ਜਿੰਨੇ ਵੀ ਭਰਾ ਆਏ ਹੈ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ, ਇਧਰ ਮੈਚ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਹੈ, ਆਓ ਫੱਟੇ ਮੱਲ ਮੇਰੇ ਮਿੱਤਰ ਪੁੱਜੇ ਹੋਏ ਹੈ, ਮੁੜਕੋ ਮੁੜਕੀ ਹੋ ਗਿਆ ਲੱਗਿਆ ਜੋਰ ਚੁੱਪਰਾ ਦਾ, ਕੰਡਾ ਵੀ ਨਹੀਂ ਚੁੱਪਦਾ, ਆਓ ਜਸਵੰਤ ਠੋਰ ਚੁੱਪਰਾ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਵੱਜਦੇ ਗੋਪਾ ਮਾਨ ਅੜ ਜਾ ਪਾਸੇ ਬੱਲੋੜ ਆ ਗਿਆ, ਗੋਪੇ ਨੂੰ ਪਿਆਰ ਕਰਦੇ ਇੱਕ ਵਾਰੀ ਬੱਲੋ ਵਾਲੇ ਗੋਪੇ ਲਈ ਤਾੜੀ ਮਾਰਦੇ ਯਾਰ ਜ਼ੋਰਦਾਰ, ਕਿਲੇ ਬਠਿੰਡੇ ਦਾ ਕਹਿੰਦੇ ਵੱਡਾ ਮਾਲਾ ਹੈ, ਖੇਡ ਵਾਲੀਬਾਲ ਦਾ ਮਾਣ ਹੈ, ਔਰ ਦੁਨੀਆਂ ਦੇ ਮਹਾਨ ਖਿਡਾਰੀਆਂ ਚ ਕਹਿੰਦੇ ਬੱਲੋ ਵਾਲੇ ਗੋਪੇ ਦੀ ਗਿਣਤੀ ਹੁੰਦੀ ਹੈ ਮੇਰੇ ਮਿੱਤਰੋ, ਨਾਲ ਕਹਿੰਦੇ ਆਹ ਮੁੰਡੇ ਨਵੀਂ ਉਮਰ ਦੇ ਬੁਲਾਂਡਾ ਕਹਿੰਦੇ ਵੱਡੀਆਂ ਪੁੱਟਦੇ ਜਾ ਰਹੇ ਹੈ, ਇਧਰਲੇ ਪਾਸੇ ਪਾਸੀਆਂ ਵਾਲਿਆ ਮੈਨੂੰ ਐ ਲੱਗਦਾ ਵੀ ਗੁਰੂ ਘਰੇ ਅੱਜ ਮੱਠਾ, ਇਧਰ ਬੱਲੋ ਵਾਲੇ ਗੋਪੇ ਨੇ ਕੋਸ਼ਿਸ਼ ਕੀਤੀ ਹੈ ਪਰ ਬਾਲ ਆਊਟ ਤੇ ਸਫਲਤਾ ਜਿਹੜੀ ਹੈ ਬਲਾੜ ਬਹਿੰਦੇ ਦੀ ਟੀਮ ਦੇ ਖਾਤੇ ਵਿੱਚ ਮੇਰੇ ਮਿੱਤਰੋਂ ਜਾ ਜੁੜ ਗਈ ਹੈ, ਜ਼ਰੂਰ ਨੰਬਰ ਆਪਾਂ ਸਾਂਝੇ ਕਰਾਂਗੇ, ਗਰਾਊਂਡ ਨੰਬਰ ਦੋ ਦੇ ਸੋਨੀ ਸਕੋਰ ਕੀ ਆ, ਨੌ 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 ਨਾਈਨ ਇੰਚ ਸੱਤ ਸੱਤ ਬਰਾਬਰੀ ਤੇ ਨਾਈਨ ਇੰਚ ਅੱਛਾ ਨੌ ਨੌ ਹੈ, ਓਕੇ ਜੀ ਨੌ ਬਰਾਬਰੀ ਬਰਾਬਰੀ ਹੈ ਜੀ, ਸੋਨੀ ਆਇਆ ਭਰਾ ਸਾਡਾ ਸੋਨੀ ਲਿੰਬਾ ਨਾਈਨ ਇੰਚ ਹੈ, ਨਾਈਨ ਇੰਚ ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਮੇਰੇ ਮਿੱਤਰੋ, ਦੁਨੀਆਂ ਦੇ ਵਿੱਚ
ਵੀਰ ਨੇ ਬਹੁਤ ਵੱਡਾ ਨਾਮ ਬਣਾਇਆ, ਬਹੁਤ ਵੱਡੀ ਮਿਹਨਤ ਕੀਤੀ ਹੈ ਦਿਵਾਪਾ ਨੇ ਸਾਡੇ ਵੱਡੇ ਵੀਰ ਦੇ ਲਈ, ਇੰਟਰਵਿਊ ਵੀ ਔਰ ਚਰਚੇ ਜਿਹੜੇ ਤੁਸੀਂ ਕਰਵਾਏ ਆਪਣੇ ਸਮਿਆਂ ਦੇ ਵਿੱਚ, ਮੈਂ ਕਹਿੰਦਾ ਹੁੰਦਾ ਵੀ ਅਸੀਂ ਨਵੇਂ ਹਾਂ ਤੇ ਸਾਨੂੰ ਤੇ ਵੀਰ ਪੱਕੀਆਂ ਪਤੰਗਾਂ ਮਿਲੀਆਂ ਹੋਈਆਂ ਤੇ ਅਸੀਂ ਪੱਕੀਆਂ ਪਤੰਗਾਂ ਖਾਧੀਆਂ ਔਰ ਵੱਡੀ ਮਿਹਨਤ ਕੀਤੀ ਹੈ ਬਾਈ ਬੂਟੇ ਵਰਗਿਆਂ ਨੇ, ਦਿਲਸ਼ਾਦ ਵਰਗਿਆਂ ਨੇ ਔਰ ਮੇਰੇ ਮਿੱਤਰ ਢਿੱਲੋਂ ਵਰਗਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ, ਆ ਖੇਡ ਉੱਥੋਂ ਤੱਕ ਲੈ ਕੇ ਆਏ ਨੇ ਔਰ ਸਾਡੇ ਵੀਰਾਂ ਦੇ ਲਈ ਹੀਰ ਖਾਨੀ ਕਰਨੀ ਚਾਹੀਦੀ, ਬਾਕੀ ਗੁਰਲਾਲ ਜੜਾਂ ਨਾਲ ਜੁੜ ਰਹੀ ਹੈ ਸਫਲਤਾ ਜਿਹੜੀ ਉਹ ਯਕੀਨੀ ਮਿਲ ਜਾਂਦੀ ਹੈ, ਸਾਈਡਾਂ ਚੇਂਜ ਹੋ ਗਈਆਂ ਨੇ ਲੀਡ ਤੇ ਆ ਮੁੰਡੇ, ਫਲਾੜ ਮੇ ਮੇਲੇ ਲੀਡ ਤੇ ਆ, ਇਧਰ ਦਸ ਉਧਰ ਨੌ, ਪੱਟੀਆਂ ਦੇ ਨੌ, ਦਾਪਣ ਨਾ ਤੋੜਾ ਕਰ ਵੀ ਪਊਗਾ, ਰਾਜੇਸ਼ ਫਰੀਦਕੋਟ ਦੇ ਭੈਣੀ ਵਾਲੇ ਮੁੰਡੇ ਇੱਕ ਨੰਬਰ ਗਰਾਊਂਡ ਦੇ ਵਿੱਚ ਆ ਜਾਓ, ਤੋਂ ਬਾਅਦ ਉਧਰ ਭਿੰਡਾ ਕਹਿੰਦਾ ਅੱਜ ਮੈਚ ਵੇਖਣਾ ਵੀ ਸਾਡੇ ਵਾਲਾ ਕੀ ਕਰਦਾ, ਭਿੰਡੇ ਨੇ ਸਪੈਸ਼ਲ ਮੈਸੇਜ ਕਰਕੇ ਕਿਹਾ ਵੀ ਅੱਜ ਥੋੜੀ ਵੇਲ ਆ ਵੇਖਾਂਗੇ ਕੀ ਕਰਦੇ ਸਾਡੇ ਵਾਲੇ, ਔਰ ਕਹਿੰਦੇ ਕਮਾਲ ਜਿਹੜੀ ਹੋਈ ਪਈ ਹੈ, ਸਰਕਾਰੀ ਨੱਡਾ ਸਸਿਆ ਜੀ ਤਲਵੰਡੀ ਵਾਲੇ ਭਿੰਡਾ ਦੇ ਬਹੁਤ ਸਮੇਂ ਦਾ ਦੇਖੀ ਜਾਂਦਾ ਉਹ ਪੰਗੀ ਵਾਲਾ ਭਿੰਡਾ ਤੇ ਗਿਆ ਨੂੰ ਹੈ ਬਹੁਤ ਨੇੜੇ ਤੋਂ, ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ, ਉਧਰ ਵੀ ਮੈਚ ਤਕੜਾ ਹੈ, ਬੰਦੇ ਵਾਲੇ ਮੁੰਡੇ ਕਹਿੰਦੇ ਬੜਾ ਸੋਹਣਾ ਖੇਡ ਰਹੇ ਹੈ, ਪਰ ਜਿਸ ਕਾਰਨ ਫਿੱਟ ਹੈ ਜੱਸੂ ਫਿੱਟ ਹੈ, ਅੱਜ ਕਹਿੰਦੇ ਆਈਫੋਨ 14 ਪ੍ਰੋ ਦੇ ਨਾਲ ਬੰਦਾ ਮਾਣ ਕੀਤਾ ਜਾਣਾ ਹੈ, ਦੱਸ ਨੂੰ ਆ ਜੀ ਸ਼ਿਕਾਰੀ ਨੱਡਾ, ਹਾਂਜੀ ਹਾਂਜੀ ਧੰਨਵਾਦ ਧੰਨਵਾਦ, ਸ਼ੁਕਰੀਆ ਸ਼ੁਕਰੀਆ, ਕਰੀ ਆਓ ਮੁੰਡਾ ਸ਼ੇਅਰ ਖਿੱਚ ਕੇ ਨੱਪੀ ਆਓ, ਕਿ ਕੀ ਹੋ ਗਿਆ ਮੈਨੂੰ ਪੈ ਜਾਣਾ ਸੀਗਾ ਤੈਨੂੰ ਦੱਸਦਾ, ਪੰਜ ਕੇ ਕਿੰਨੇ ਕਿਲੋਮੀਟਰ, ਪੰਜ ਪੰਜ ਜਾਣ ਤੇ ਪੰਜ ਆਉਣ, ਦਸ ਪੈਣਾ ਸੀ ਤੇ ਦਸ ਸੀ ਵੀ ਧੁੰਦ, ਜਦੋਂ ਮੈਂ ਤੈਨੂੰ ਲਾਇਆ ਉਦੋਂ ਮੈਂ ਸ਼ਰਾਬ ਤੋਂ ਬੜਾ ਟੱਪ ਗਿਆ, ਇਹ ਵੇਖ ਲੈ ਲਾਟਰੀ ਨਿਕਲ ਗਈ, ਨਹੀਂ ਸਭ ਮੌਕੇ ਤੇ ਨਾ ਜਮਾਂ ਮੌਕੇ ਤੇ, ਵਾਕਈ ਬੁੱਤੇ ਜਾਣ ਪੈ ਗਈ ਲੱਗੇ ਰਾਤ ਤਾਂ, ਗਾਹ ਧੋਂਦਾ ਆ ਗਈ ਇੱਕਦਮ ਸਲਾਬ ਤੋਂ ਪੂਰਾ ਟੱਪਿਆ, ਧੋਂਦ ਇੱਕਦਮ ਪੂਰੀ ਜ਼ਰੂਰ ਜ਼ਰੂਰ ਜ਼ਰੂਰ, ਮਨਵੀਰ ਆਸਟ੍ਰੇਲੀਆ ਸ਼ਿਕਾਰੀ ਨੱਡਾ ਨੋਨੀ ਬਹੁਤ ਧੰਨਵਾਦ ਸਾਰਿਆਂ ਦਾ, ਬਹੁਤ ਧੰਨਵਾਦ ਜੀ, ਕਰਿਓ ਸ਼ੇਅਰ ਕਰਿਓ ਮੇਰੇ ਬਾਈ ਸਾਰੇ ਭਰਾ, ਇੱਥੇ ਰੱਖ ਕਿਉਂ, ਬਹੁਤ ਬਹੁਤ ਧੰਨਵਾਦ ਜੀ, ਕਰਿਓ ਕਰਿਓ ਖਿੱਚ ਕੇ ਸ਼ੇਅਰ,
ਵਾਹ ਜੀ ਵਾਹ, ਕਿਆ ਬਾਤਾਂ। ਪੁਆਇੰਟ ਲੱਗ ਗਿਆ ਵੀਰੇ ਇੱਧਰ। ਹੈਲੋ ਬਾਈ, 12-9 ਆ ਜੀ, 12 ਪੁਆਇੰਟ ਹੋ ਗਏ ਬਲਾੜ ਮੇਮੇ ਦੇ। ਉਧਰ 9 ਪੁਆਇੰਟ, 10 13-9 ਬਲਾੜ ਮੇਮੇ ਵਾਲੇ ਮੁੰਡੇ ਵਾਲੀ ਯਾਰ ਤਾੜੀ ਮਾਰ ਦੋ। 13-9 ਖਿੰਦੇ ਵਾਲੇ ਧੁੱਪੀ ਨੰਬਰ ਕਦੇ 13-9 ਜੋੜ ਦਿੱਤਾ ਆਪਣੀ ਟੀਮ ਦੇ ਲਈ। ਇਧਰ ਬਹੁਤ ਆਰਬਿਟ ਲੋ ਕਰਾਂਗਾ ਜੀ ਤੇ ਮੈਚ ਤੇ ਚੱਲ ਜਾਂਦਾ ਵੀਰੇ ਮੁੰਡੇ ਵਾਲੇ ਲਾਈਵ ਤੇ। ਇਹਨਾਂ ਹਸੀਨ ਬਲਾੜ ਨੂੰ ਆਪਣੀ ਟੀਮ ਦੇ ਲਈ ਅੱਜ ਦੇ ਮੁੰਡੇ ਵਾਲੇ ਲਾਈਵ ਤੇ ਬੜੀ ਤੇ ਬੁਲੰਦ ਬਾਦ ਭਰਾਵਾਂ ਨੇ ਬਖਸ਼ੀ ਹੈ ਸੱਚੇ ਪਾਤਸ਼ਾਹ ਪਰਮਾਤਮਾ ਬਖਸ਼ੇ ਹਰਪੀ ਸੰਧੂ ਬਹੁਤ ਧੰਨਵਾਦ ਜੀ। ਹਰਪੀ ਸੰਧੂ ਥੈਂਕ ਯੂ ਵੀਰੇ, ਬੰਦਾ ਮੀਲਾ ਪਿੰਡ ਕਰਵਾਇਆ ਹੈ। ਤਲਵੰਡੀ ਪ੍ਰਧਾਨ ਜੁੜਿਆ ਹੋਇਆ ਤੇ ਜੀਤ ਦਾ ਮੈਚ ਚੱਲ ਰਿਹਾ ਹੈ। ਨੱਪਿਓ ਕਿੱਲੇ ਮੁਕਾਬਲਾ ਵਾਲੀਬਾਲ ਸ਼ੂਟਿੰਗ ਪੰਜਾਬ ਪੇਜ ਤੇ ਚੱਲਦਾ ਬਾਬਾ ਧੰਨਵਾਦ। ਚਾਰ ਦਾ ਵੀ ਇੱਕ ਦੋ ਨੰਬਰ ਹੀ ਬਾਕੀ ਹੈ। ਬੋਲੀ ਕਿਹੜਾ ਮੈਚ ਹੈ? ਚਾਰ ਨੰਬਰ ਗਰਾਊਂਡ ਤੇ ਮੈਚ ਜੀ 10-13 ਉਧਰ ਪਰਮਜੀਤ ਜੀ ਖਾਲਸਾ ਹੈ। ਬਹੁਤ ਪਿਆਰੀ ਸ਼ਖਸੀਅਤ ਰਾਜਦੀਪ ਆਇਆ ਤੇ ਵੀਰ ਗੁਈਆਲੇ ਦਾ ਰਾਜਦੀਪ ਆਇਆ ਤੇ ਵੀਰ ਗਰਾਊਂਡ ਦੇ ਉੱਤੇ ਕੱਪੜ ਬੱਚਾ ਇਧਰ 13 ਉਧਰ 10 ਇਸ ਤੋਂ ਬਾਅਦ ਭਾਗਸਲੇ ਦੀ ਬੀ ਟੀਮ ਦੇ ਨਾਲ ਹੈ ਜੀ। ਕਾਲਗਲੇ ਦਾ ਅਗਲਾ ਮੈਚ ਹੈ ਭੋਲਾ ਤਗੜਾ ਘਟਾਲੀ ਨਾਲ ਅਗਲਾ ਮੈਚ 2 ਨੰਬਰ ਗਰਾਊਂਡ ਦੇ ਵਿੱਚ ਹਰਪੀ ਸੰਧੂ ਤੇਜਰ ਗੁਰੀ ਕਾਲਗੇ ਵਾਲਾ 1 ਨੰਬਰ ਗਰਾਊਂਡ ਦੇ ਵਿੱਚ ਰਾਜੇਸ਼ ਫਰੀਦਕੋਟ ਦਾ ਮੈਚ ਜਿਹੜਾ ਭੈਣੀ ਬਾਈਏ ਦੀ ਟੀਮ ਦੇ ਨਾਲ ਖੇਡਿਆ ਜਾ ਰਿਹਾ ਹੈ। ਔਰ ਜਿਹੜੇ ਪਿੰਡ ਦੇ ਗੋਰੇ ਦੀ ਚਰਚਾ ਕਬੱਡੀ ਸਾਰੇ ਐਂਡ ਪਿੰਡ ਦੇ ਕਦੇ ਕਮਲ ਨੂੰ ਖੇਡ ਵਾਲੀਬਾਲ ਦਾ ਦੁਨੀਆ ਸ਼ਹਿਨਸ਼ਾਹ ਕਹਿੰਦੀ ਹੈ। ਔਰ ਜਿਹੜੇ ਪਿੰਡ ਦੇ ਕਦੇ 13-10 ਕਦੇ ਹੈਡ ਨਾ ਬਲੌਕ ਕਰਦੀ ਸੀਗੀ ਉਹ ਕਦੇ ਗੱਲਬਾਤ ਵੱਡੀ ਹੈ ਮੇਰੇ ਮਿੱਤਰੋ। ਰਿਕਾਰਡ ਬੋਲ ਦੇ ਭੈਣੀ ਬਾਈਏ ਪਿੰਡ ਦੇ ਵੀ ਔਰ ਕਦੇ ਕਦੇ ਸ਼ੁਰੂਆਤਾਂ ਹੋਈਆਂ ਭੈਣੀ ਬਾਈਏ ਪਿੰਡ ਤੋਂ। ਪਰ ਆਹ ਮੈਚ ਬੜਾ ਤਗੜਾ ਕਰ ਰਹੇ ਬਾਈ ਫਿਰੋਜ਼ਾਂ ਦੀ ਟੀਮ ਜੇਤੂ ਕਰੋ ਜੀ ਨੂ ਵੀ ਮੋਟੇ ਕਰੈਟਰੀ ਆ ਜਾਓ ਰੋਸ ਵਾਲੀ ਨਹੀਂ ਫਰੀਦਕੋਟ ਜਾਂ ਲਾ ਲਈ ਰੈਫਰੀ ਨਾਲ ਹੀ ਫੜ ਕੇ ਇਹਨਾਂ ਦਾ ਰੋਸਾ ਸੀ ਨੀ ਮਾਲੇ ਵਾਲੇ ਮੋਟੇ ਇੱਕ ਰੈਫਰੀ ਆਓ ਭਰਾ ਕੇਂਦਰੇ ਵਾਲੇ ਮੁੰਡੇ ਆਓ ਜੀ ਸਹਿਜ ਨੱਥੂ ਵਾਲਾ ਤੇ ਕੇਂਦਰਾ 4 ਨੰਬਰ ਗਰਾਊਂਡ ਖਾਲੀ ਹੋ ਗਿਆ ਹੈ। ਗੁਰਜਿੰਦਰ ਕੇਂਦਰਾ ਯੂਰੇ ਵਰਗੇ ਟੈਂਕੇ ਵਰਗੇ ਭੇਜੇ ਸਟਾਫ ਦਾ ਪਿੰਡ ਹੈ। ਜਲਦੀ ਦੇ ਨਾਲ ਆ ਜਾਓ ਬੇਨਤੀ ਹੈ ਮੇਰੀ ਕੇਂਦਰੇ ਦੀ ਟੀਮ ਵੀ ਆ ਗਈ ਹੈ। ਸਹਿਜ ਨੱਥੂ ਵਾਲਾ ਦੇ ਖਿਡਾਰੀ ਆਉਣਗੇ ਜੀ ਜਲਦੀ ਦੇ ਨਾਲ ਗਰਾਊਂਡ ਖਾਲੀ ਹੋ ਚੁੱਕਿਆ ਹੈ। ਭਾਈ ਜੀ 1 ਨੰਬਰ ਗਰਾਊਂਡ ਜਸੀ ਕੀ ਗੱਲ ਦਾ ਰੌਲਾ ਪੈ ਗਿਆ ਵੀਰ? ਲਵਦੀਪ ਨਹੀਂ ਆਇਆ ਵੀਰੇ, ਨਹੀਂ ਆਇਆ ਭਨਿਆਰੀ ਨਹੀਂ ਆਈ ਵੀਰੇ। ਉਹ ਪੇੜ ਆ ਇਹ ਬਿਨਾਂ ਪੇੜ ਕਿਹੜਾ ਹੈਗਾ? ਉਹ ਕੈਮਰਾ
ਕੈਮਰਾ ਫਾਈਵ ਹੈ ਨਾ ਨੋਨੀ ਲਿੰਬਾ ਹੈਰੀ ਢਿੱਲੋਂ ਉਹ ਵਾਲੀਬਾਲ ਸ਼ੂਟਿੰਗ ਪੰਜਾਬ ਆ ਬਾਈ ਹਰਵੀ ਢਿੱਲੋਂ ਕੋਈ ਨੀ ਕੋਈ ਨੀ ਅਸੀਂ ਕੋਈ ਗੱਲ ਨਹੀਂ ਲੱਗ ਗਿਆ ਜੀ ਖੜਾ ਜਾਂਦਾ ਰੈਫਰੀ ਕੋਈ ਰੱਬ ਨਹੀਂ ਹੁੰਦਾ ਖੇਡੋ ਕੋਈ ਗੱਲ ਨਹੀਂ ਪੁਆਇੰਟ ਲੱਗਿਆ ਵੀਰੇ ਖੇਡੋ ਮੈਚ ਕੋਈ ਗੱਲ ਨਹੀਂ ਕੀ ਹੋ ਗਿਆ ਕੋਈ ਗੱਲ ਨਹੀਂ 14-10 ਹੋ ਗਏ ਇੱਧਰ ਵੀ ਮੁੰਡੇ ਓ 14-10 ਹੋ ਗਏ ਬਲਾੜ ਮੇਮੇ ਦੇ ਉਧਰ 10 ਪੁਆਇੰਟ ਪੱਟੀਆਂ ਵਾਲੇ ਮੁੰਡੇ ਗੋਪੇ ਹੋਰਾਂ ਦੇ 10 ਉਧਰ ਇੱਧਰ 14 ਜੱਸੂ ਹੋਰਾਂ ਦੇ ਕੈਮਰਾ ਫਾਈ ਤੇ ਕਰਦਾ ਸੱਤ ਹੈ ਨਾ ਸਹੀ ਹੈ ਨਾ ਪੇੜ ਕੋਈ ਚੱਕਰ ਨਹੀਂ ਗਾ ਪੇੜ ਹੋਣਾ ਚਾਹੀਦਾ ਸਹੀ ਸੁੱਖਾ ਰੋਡੇ ਬਾਬਾ ਧੰਨਵਾਦ ਸੁੱਖੇ ਬਾਈ ਆਇਆ ਨਾ ਜਿਹੜਾ ਪੇੜ ਹੋਊਗਾ ਉਹ ਤੇ ਤੇਰਾ ਮਰਦੀ ਨੀ ਕੁਆਲਿਟੀ ਜਾਂ ਉਹ ਜਮਾਂ ਹੀ ਨੀ ਮਰਦੀ ਉਹ ਨਾ ਤੈਨੂੰ ਪੇੜ ਦਾ ਡਰ ਹੋਊਗਾ ਕੋਈ ਅੱਡ ਫੋਨ ਤੋਂ ਦੋ ਫੋਨ ਚਾਹੀਦੇ ਹੈਗੇ ਕੋਈ ਗੱਲ ਨੀ ਵੀਰੇ ਖੇਡੋ ਯਾਰ ਭਰਾ ਬਣ ਕੇ ਲੈ ਸੁੱਖ ਵੀਰ ਬਣ ਕੇ ਓਕੇ ਨਹੀਂ ਕੋਈ ਨਾ ਕੋਈ ਨਾ ਕੋਈ ਗੱਲ ਨੀ ਵੀਰ ਹਾਲੇ ਮੈਚ ਇੱਧਰ ਵੀ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਮੈਚ ਇੱਧਰ ਵੀ ਬਰਾਬਰੀ ਦਾ ਦੋਨੋਂ ਟੀਮਾਂ ਬਰਾਬਰੀ ਦੀਆਂ ਨੇ ਕਰ ਵੀਰੇ ਸਰਵ ਸੋਹਣੇ ਵੀਰ ਇੱਕ ਮਿੰਟ ਬਾਲ ਬਾਲ ਕਰਿਓ ਕਰਿਓ ਮੁੰਡਾ ਜੀ ਕਹਿ ਕੇ ਸ਼ੇਰ ਗਰਾਂ ਪਟਾਕੇ ਹੀ ਪਈ ਜਾਂਦੇ ਆ ਮੈਚ ਬੜਾ ਤਕੜਾ ਫਾਈਟਰ ਆਇਆ ਆਇਆ ਰਵਿੰਦਰ ਕੰਬੋਜ ਘੱਟਾਂ ਵਾਲੀ 'ਚ ਦੱਸਦੇ ਫਾਈਟਰ ਨੇ ਖੇਡਣਾ ਅੱਜ ਰਵਿੰਦਰ ਕੰਬੋਜ ਪਿਛਲੇ 3-4 ਟੂਰਨਾਮੈਂਟ ਘੱਟਾਂ ਵਾਲੀ 'ਚ ਖੇਡਿਆ ਸਿੱਧੂ ਅੱਜ ਵੀ ਘੱਟਾਂ ਵਾਲੀ ਦਾ ਸੈੱਟ ਬਣਿਆ ਮੈਨੂੰ ਲੱਗਦਾ 100% ਜੰਡਾਲੀਆ ਕੰਬੋਜ ਨੋਨੀ ਬਾਬਾ ਧੰਨਵਾਦ ਜੀ ਉਹ ਬੱਲੇ ਬੰਗੀ ਵਾਲਾ ਵਾਹ ਓਏ ਬੰਗੀ ਵਾਲੇ ਆ ਪੁਆਇੰਟ ਬੋਲੀ ਵੀਰੇ 15-10 ਪੰਦਰਵਾਂ ਨੰਬਰ ਜੋੜਤਾ ਮੁੰਡਿਆਂ ਨੇ ਫਿੱਟ ਹੋ ਜਾਓ ਮੁੰਡਿਓ ਪੱਟੀਆਂ ਵਾਲਿਓ ਇੱਧਰ 5 ਪੁਆਇੰਟਾਂ ਦੀ ਲੀਡ 'ਤੇ ਬਲਾੜ ਮੇਮਾ ਟੀਮ ਸੋਨੇ ਵੀਰ ਕਰ ਸਰਵਿਸ ਬਾਈ ਖੜੋ ਖੜੋ ਵੀਰੇ ਖੜੋ ਖੜੋ ਮੱਲੋ ਸਾਡਾ ਪੱਪੜੀਏ ਕਰੀਏ ਮੈਚ ਦੀ ਸ਼ੁਰੂਆਤ ਆਪਾਂ ਬਰਾੜ ਸਿੰਘਾ ਪਰ ਇੱਕ ਮਿੰਟ ਵੀਰੇ ਛੁੱਟੀ ਛੁੱਟੀ ਗੱਲਾਂ 10 15-10 ਸਾਹਮਣੇ ਓ ਪੰਗੀ ਵਾਲਾ
ਪਰ ਇੱਧਰ ਇੱਕ ਨੰਬਰ ਗਰਾਊਂਡ ਦੇ ਵਿੱਚ ਵੀ ਲਾਗਦਾਰ ਟੀਮਾਂ ਦੀ ਕਿਵੇਂ ਬੱਦੀ ਹੈ ਮੇਰੇ ਮਿੱਤਰੋ। ਧੰਨਵਾਦ ਵੀ ਚੰਗੀਆਂ ਨੇ। ਖੜਕੇ ਦੜਕੇ ਵਾਲਾ ਮੈਚ ਹੈ, ਬਹੁਤ ਸੋਹਣਾ ਮੈਚ ਹੈ ਜੀ। ਜੀਤ ਤਲਵੰਡੀ ਵਾਲੇ ਇੱਧਰ ਲੱਡੂ ਨੇ ਲੱਡੂ ਦੇ ਰਹੇ ਨੇ, ਚਾਹ ਨਾਲ ਜਿਹੜੇ ਹਿਸਾਬ ਨਾਲ ਹਾਲਾਤ ਚੱਲਦੇ ਹੈ। ਇਹ ਹੈ ਨੂਰਪੁਰੀਆ ਲੱਡੂ, ਬੜੀ ਸੋਹਣੀ ਖੇਡ ਹੈ ਮੁੰਡੇ ਦੀ। ਪਰ ਤਲਵੰਡੀ ਵਾਲਾ ਜੀਤ ਕਹਿੰਦੇ ਪੁਰਾਣਾ ਥੰਮ ਹੈ, ਅਸੀਂ ਖੁੰਡ ਹੈ ਪੁਰਾਣੇ ਬੱਲੀਏ, ਸਾਰਾ ਨੇੜਾ ਤੇੜਾ ਜਾਣੇ ਬੱਲੀਏ। ਆਓ ਸਾਹਮਣੇ ਕਹਿੰਦੇ ਮੇਰੇ ਮਿੱਤਰੋ ਦੁਨੀਆਂ ਜਾਣਦੀ ਆ। ਇੱਧਰ ਪ੍ਰਬੰਧਕ ਵੀਰ ਕਹਿੰਦੇ ਆ ਵੀ ਜੇ ਵਸੀਆਂ ਬੇਕੜ ਨਿੱਕਾ ਟੱਪਾ ਪਾਉਂਦਾ ਤੇ ਆਪਾਂ ਪੰਜ ਸਵਾਲ ਅਸੀਂ ਫੂਕਾ ਮਾਰ ਮਾਰ ਖਾਰਾਂਗੇ, ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਨੋਟਾਂ ਤੋਂ ਮਹਿੰਗੀ ਚੀਜ਼ ਮਿਲੇ ਆ, ਜਿੱਤ ਜਾਨ ਤੇਰੇ ਤੋਂ ਮਾਰਾਂਗੇ। ਮਾਝਾ ਮਾਰੀਏ ਭਰਾ, ਚੁੱਗੇ ਵਾਲੇ ਰੈਫਰੀ ਇੱਕ ਜਣਾ ਭੱਜ ਗਈ। ਇਹ ਕਰਨ ਹੈ ਕਹਿੰਦੇ ਮਦਰਸੇ ਵਾਲਾ ਜੀ ਨੇ ਪ੍ਰਬੰਧਕ ਵੀਰ ਕਹਿੰਦਾ ਜੇ ਪੱਲੋ ਵਾਲਾ ਗੋਪਾ ਟੱਪਾ ਪਾਉਂਦਾ ਤੇ ਆਪਾਂ 500 ਦੇ ਦਿਆਂਗੇ। ਆਓ ਮੇਰੇ ਮਿੱਤਰ ਵੱਡੇ ਮਾਣ ਹੋਣਗੇ ਖਿਡਾਰੀਆਂ ਬਰਾੜ ਸਿੰਘਾਪੁਰ ਜਿਹੜੀ ਖੇਡੀ ਜਾ ਰਹੀ ਹੈ। ਆਓ ਧੰਨ ਧੰਨ ਕਰਵਾਈ ਆਉਂਦੇ ਆ ਨੌਜਵਾਨ। ਆਓ ਸਾਹਮਣੇ ਜੀਤ ਬਾਲ ਨਾ ਵੱਜੀ ਗੱਲ ਨਹੀਂ ਬਣਨੀ। 15-11 ਚੇਂਜ, 7-4 ਦੀ ਟੱਕਰ ਹੈ ਜੀ, 7-4 ਦੀ ਟੱਕਰ ਹੈ। 7 ਨੰਬਰ ਹੈ ਨੂਰਪੁਰੇ ਵਾਲੇ ਮੁੰਡਿਆਂ ਦੇ ਤੇ 4 ਪੌਦਿਆਂ ਦੀ ਟੀਮ ਦੇ ਹੈ। 7-4 ਮੈਚ ਇੱਧਰ ਵੀ ਤਕੜਾ ਨਾਮਿਆਂ ਦੇ ਇੱਧਰ ਵੀ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਨੂਰਪੁਰੀਏ ਮੋੜੀ ਆਉਂਦੇ ਇੱਧਰੋਂ ਬਲੌਟ ਮੇ ਮਿਲੇ ਰਹੀ ਹੈ ਸਰਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਪਰ 2 ਨੰਬਰ ਦਾ ਵੀ ਮੈਚ ਕਹਿੰਦੇ ਬੜਾ ਤਕੜਾ, ਅਗਲਾ ਮੈਚ ਹੈ ਜੀ ਮਿੰਦਰਪਾਲ ਜੀ ਨੈਕਸਟ ਮੈਚ। ਗੋਪੇ ਤੇ ਜੱਸੂ ਦੀ ਜੋੜੀ ਕਹਿੰਦੇ ਬੜਾ ਲੰਮਾ ਸਮਾਂ ਹਿੱਟ ਰਹੀ ਇਹਨਾਂ ਮੈਦਾਨਾਂ ਦੇ ਵਿੱਚ। ਮੈਚ ਕੱਟਣ ਵਾਲੀ ਤੇ ਕਾਲਗੇ ਵਾਲਾ ਸਾਹਮਣੇ ਉੱਡਣਗੇ ਟੋਰਗੇ ਅਗਲੇ ਮੈਚ, ਬੜਾ ਤਕੜਾ ਮੈਚ ਲੱਗਣਾ ਅਗਲਾ ਵੀ ਵੀਰੇ ਜੀ। ਟੀਮਾਂ ਆਈਆਂ ਕਿ ਨਹੀਂ ਆਈਆਂ? ਆਓ ਵੀਰੇ ਯਾਰ ਗਰਾਊਂਡ ਨੰਬਰ 3 ਦੀ ਟੀਮ ਆ ਜਾਣ, ਮੇਰੀ ਬੇਨਤੀ ਆ ਭਰਾ ਸਾਡਿਆਂ ਨੂੰ।
ਸਰਵਿਸ ਬਲਾਡ ਮੇ ਮੇਲਾ ਦੀ ਉਧਰ 11 ਇਧਰ 15 15 ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਬਲਾਡ ਮੇ ਵਾਲੇ ਮੁੰਡੇ ਦੇ ਨੰਬਰ ਜਿਹੜੇ ਉਹ ਮੇਰੇ ਮਿੱਤਰੋ 11 15 ਦੂਸਰੀ ਸਾਈਡ ਨੰਬਰ ਜਿਹੜੇ ਹੈਲੋ 15 ਦਰਸਾਲ ਕੀ ਦਾ ਮੈਚ ਹੈ ਤਿੰਨ ਤਿੰਨ 15 ਹੈ ਬਾਈ ਦੀ ਭਾਗਥਲੇ ਦੀ ਬੀ ਟੀਮ ਦਾ ਮੈਚ ਹੈ ਉੱਥੇ ਉਧਰ 11 ਭਾਗਥਲੇ ਦੀ ਬੀ ਟੀਮ ਅਗਰੇ ਔਰ ਕਬਰਵਸ਼ਾ ਪੀਪੇ ਦੀ ਟੀਮ ਦਾ ਮੈਚ ਵਾਹ ਜੀ ਵਾਹ ਪੀਪਾ ਕਬਰਵਸ਼ਾ ਨਾਲ ਦੀ ਹੀ ਚੜਾਈ ਕਹਿੰਦੇ ਅੱਜ ਕੱਲ ਨੈਣਾ ਦੇਵੀ ਜਿੰਨੀ ਹੈ ਉਧਰ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਉਹ ਬੱਲੇ ਬਾਲ ਮੁੰਡਿਆ ਸਰਪੰਚ ਸਾਹਿਬ 11 15 11 15 ਉਧਰ ਗੋਪਾ ਮਾਰ ਖੇਡਦਾ ਪੱਟੀਆਂ ਚ ਪੱਟੀਆਂ ਵਾਲੇ ਪਾਲੀ ਸਾਈਡ ਇਧਰ ਧੰਨਵਾਦ ਕਰਾਂਗਾ ਸਾਡੇ ਬਹੁਤ ਸਰਪੰਚ ਮੇਮਿਆਣੇ ਇਧਰ 15 ਸਰਪੰਚ ਉਧਰੋਂ ਗੋਪੇ ਰਹਿੰਦੀ ਹੈ 11 15 ਧੰਨਵਾਦ ਇਧਰ ਰਾਜਦੀਪ ਹੈ ਕੈਨੇਡਾ ਸਾਡਾ ਓ ਬੱਲੇ ਦੇ ਸਾਲ ਓ ਬੱਲੇ ਸਹਿਯੋਗ ਹੈ ਤੇ ਅਗਲੇ ਸਾਲ ਜੋ ਪ੍ਰਬੰਧਕ ਵੀਰ ਮੋਹ ਜੋ ਬਾਜ ਕੱਢਣਗੇ 25,000 ਅਗਲੇ ਸਾਲ ਆਖ ਦਿੱਤਾ ਕਹਿੰਦਾ ਜੇ ਕੋਈ ਹੋਰ ਘਾਟ ਬਾਦ ਰਹੇਗੀ ਨੈਣੇ ਵਾਲੀ ਆ ਉਹ ਵੀ ਆਪਾਂ ਪੂਰੀ ਕਰ ਦਿਆਂਗੇ ਸਰਪੰਚ ਸਾਹਿਬ ਸੱਚੀ ਪੰਚਾਇਤ ਦੂਜਾ ਰਾਊਂਡ ਵੀਰਾਂ ਦੇ ਸਹਿਯੋਗ ਦੇ ਨਾਲ ਬਈ ਮੈਚ ਨੂੰ ਲਿੰਮਾ ਲੱਗ ਗਿਆ ਕਾਲੀ ਵਾਲਾ 12 15 ਪਾਸੇ ਪੀਤ ਸਰਾ ਜੀ 12 15 ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਨਾਲ ਤਾਰਾ ਆਸਟ੍ਰੇਲੀਆ 12 15 ਤਾਰਾ ਸਰਦਾਰ ਚੰਦਰ ਸਿੰਘ ਜੀ ਉਹ ਐਲਾਨ ਕਰਵਾਉਂਦੇ ਵੀ ਆਉਂਦੇ ਸਾਲ ਦੂਜਾ ਪ੍ਰਾਈਜ਼ ਜਿੰਨਾ ਵੀ ਦੇਣਗੇ 12 15 ਵੀਰ 12 15 ਦੂਜਾ ਪ੍ਰਾਈਜ਼ ਜਿੰਨਾ ਵੀ ਹੋਵੇਗਾ ਤੇ ਇਹਨਾਂ ਤਿੰਨਾਂ ਭਰਾਵਾਂ ਵੱਲੋਂ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਵਾਕਈ ਵੱਡੇ ਮਾਣ ਵਾਲੀ ਗੱਲ ਹੈ ਵੱਡੇ ਦਿਲ ਹੈ ਕਹਿੰਦੇ ਕਬਰ ਵਸੇ ਵਾਲਿਆਂ ਦੇ ਖੁੱਲਾ ਪਹਿਰਾ ਲਾਉਂਦੇ ਆ ਖੇਡਾਂ ਦੇ ਯੱਟ ਕਬਰ ਵਸੇ ਦੇ ਮੁੰਡੇ ਹੈ ਦਸਾਂ ਨਹਾ ਮੁੰਡਾ ਕੰਨਨ ਹੈੜੀ ਖੇਡਾਂ ਉੱਤੇ ਲਾਉਂਦੇ ਆ ਗੇਮ ਯਾਰ ਉੱਤੇ ਦੇ ਪਰਖ ਇਹਨਾਂ ਨੂੰ ਮੇਰੇ ਗੱਲ ਦਰਸ਼ਨ ਕਰਕੇ ਰਾਜੇ ਖੇਲੇ ਸੱਚੇ ਮਿੱਤਰ 100 ਰੱਬ ਦੀ ਮਿਲਦੇ ਹੀ ਅਸੀਂ ਪਾ ਕੇ ਅੱਜ ਕਹਿੰਦੇ ਯਾਰਾਂ ਦਾ ਮੇਲਾ ਹੈ ਆਸਟ੍ਰੇਲੀਆ ਦੇ ਗਰਾਊਂਡਾਂ ਦੇ ਵਿੱਚ ਕਹਿੰਦੇ ਬਹੁਤ ਧੰਨਵਾਦ ਹੋਈ ਪਈ ਹੈ ਆ ਦੂਜਾ ਲੱਭਾ ਕਹਿੰਦੀ ਦੁਨੀਆ ਆਏ ਉਹ ਕਰੀ ਹੋਈ ਹੈ ਕਿ ਕਿਸੇ ਸ਼ੇਅਰ ਨਹੀਂ ਕਰਦੇ ਵੀਰ ਬਾਲ ਕੰਨੇ ਆ ਨੱਪੀ ਆਓ ਦਿੱਲੀ ਬੌਡਿਆਂ ਨਾਲ ਸਮਝਾ ਮੈਂ ਤੋਂ ਬਾਅਦ ਆਪਾਂ ਸਾਈਡ ਚੇਂਜ ਕਰਾਂਗੇ ਮੈਂ ਤੋਂ ਬਾਅਦ ਉਧਰਲੀ ਸਾਈਡ ਤੇ ਲਾਵਾਂਗੇ ਫਲਾ ਆਪਣੇ ਗੰਭਰੂਤ ਨੂਰ ਮੁਖੀਆ ਕਹਿੰਦੇ ਕਮਾਲ ਕਰ ਗਿਆ ਹੈ 12 15 ਸੋਹਣਾ ਮੈਚ ਹੈ 15 ਨੰਬਰ ਮੇਰੇ ਖਿਆਲ ਦੇ ਵਿੱਚ ਇੱਧਰ ਬਲਾਡ ਮਹਿਮੇ ਦੇ ਸੁਣੀ ਉਧਰ 12 12 12 12 12 ਉਧਰ ਪੌਰਾ ਫਰੋਸ਼ਾ ਦਾ ਸਨਮਾਨ ਕੱਪ ਦੇ ਨਾਲ ਉਧਰ 12 ਇੱਧਰ 15 ਫਰੋਸ਼ਾ ਦਾ ਸਨਮਾਨ ਜਿਹੜਾ ਬਾਹਰ ਪੇਪਰ ਦੇ ਨਾਲ ਸਾਡਾ ਭਰਾ ਗੋਰਾ ਹੈ ਬੱਧਣੀ ਵਾਲਾ ਨਾਲ ਗੁਰਜੀਤ ਫਰੋਸ਼ਾ ਔਰ ਨਾਲ ਗੁਰਪਕਾਰ ਇਹ ਸਾਡੇ ਭਰਾਵਾਂ ਵੱਲੋਂ ਕੀਤੇ ਜਾਣਗੇ ਬਹੁਤ ਬਹੁਤ ਮੁਬਾਰਕਾਂ ਨੇ 12 15 ਇੱਥੇ ਰੱਖ 13 15 ਉਹ 13ਵਾਂ ਨੰਬਰ ਜੋੜ ਕੇ ਪੱਟੀਆਂ ਵਾਲੇ ਮੁੰਡੇ ਵੀ 13 15 15 ਬਲਾਡ ਮੇ ਮੇਲੇ ਟੱਕਰ ਟੌਪ ਦੀ 13-15 ਕੈਮਰਾ ਫਾਇਦੇ ਚ ਲਾਈਏ ਹੈ ਬੈਠ
ਨੇ ਬਹਿ ਗਿਆ। 13-15 ਮੁੰਡਿਓ ਉਧਰ 13 ਪੰਡ ਹੈ ਭੱਟੀਆਂ ਦੇ, ਇਧਰ 15 ਪੰਡ ਹੈ ਵੀਰਾਂ ਦੇ ਵੱਲੋਂ। ਪਹਿਲਾ ਪ੍ਰਾਈਜ਼ ਦਿੱਤਾ ਜਾਵੇਗਾ ਅੱਜ ਦੇ ਸਿੱਖ ਟੂਰਨਾਮੈਂਟ ਦਾ ਪਹਿਲਾ ਪ੍ਰਾਈਜ਼ ਆਉਂਦੇ ਸਾਲ, ਅੱਛਾ ਆਉਂਦੇ ਸਾਲ ਜਦੋਂ ਮੇਲਾ ਹੋਊਗਾ ਤੇ ਜਿਹੜਾ ਖੇਡ ਬਾਲੀਵਾਲ ਦਾ ਪਹਿਲਾ ਪ੍ਰਾਈਜ਼ ਜਿੰਨਾ ਵੀ ਕਹਿਣਗੇ ਪ੍ਰਬੰਧਕ ਵੀਰ ਇਹਨਾਂ ਭਰਾਵਾਂ ਦੇ ਵੱਲੋਂ ਦਿੱਤਾ ਜਾਣਾ ਹੈ। ਵੱਡੇ ਕਹਿੰਦੇ ਦਿਲਾਂ ਭਰਾਵਾਂ ਦੇ ਔਰ ਕਹਿੰਦੇ ਆਪ ਤੇ ਆਉਂਦੇ ਸਾਲ 15-13 ਖੇਡੀ ਹੈ ਜੀ ਪਹਿਲੇ ਡੋਗੇ ਸੁਣਿਆ ਮੇਰੇ ਖਿਆਲ ਚ ਯਾਰ ਖੇਡੀਏ ਵੀਰ ਬੰਦੇ ਨੰਬਰ ਦੇ ਮੈਚ ਨੂੰ ਖੇਡ ਦੇਖਣਾ ਯਾਰ ਇਹ ਪੀਤਾ ਕਿਦੋਂ ਖੇਡੋ ਤੇ ਖੇਡੀਏ ਆਪਾਂ ਜਲਦੀ ਦੇ ਨਾਲ ਸੋਹਣਾ ਮੈਚ ਨਵਸਾਹ ਜੀ ਕਰਿਓ ਗੱਲ ਹਜੇ ਪਤਾ ਨੀ ਵੀਰੇ ਕਿਹਨੇ ਜਿੱਤਣਾ, ਜਿਹਦੇ ਕਰਮਾ ਜਿੱਤ ਲਿਖੀ ਉਹਨੇ ਜਿੱਤ ਜਾਣਾ, ਦੋਵੇਂ ਟੀਮਾਂ ਆਪਣੀਆਂ ਆਪਦੀਆਂ ਟੀਮਾਂ ਸਿਰਾ ਮੈਚ ਆ ਜਾਵਾਂ। ਇੱਧਰ ਬਲਾੜ ਮੇਮਾ ਟੀਮਾਂ ਜੱਸੂ ਹੋਰੀ ਗੋਪੀ ਹੋਰੀ ਡਾਕਟਰ ਹੋਰੀ ਕਿੰਗ ਤੇ ਨਾਲ ਗੋਸ਼ਾ ਤੇ ਨਾਲ ਹਰਮਨ, ਦੂਜੀ ਸਾਈਡ ਭੱਟੀਆਂ ਢਾਹਾਂ ਗੋਪਾ ਮਾਨ ਖੇਡਦਾ ਪੱਟੀਆਂ ਦੇ ਨਿੱਕੇ ਹੋਰੀ ਕਮਲਾ ਹੋਰੀ ਆਸ਼ੂ ਹੋਰੀ ਇੱਧਰ 15 ਉੱਧਰ 12 ਸਤਿਕਾਰ ਦੇ ਯੋਗ ਨੇ ਵੀਰ ਉਲੂਟੋ ਔਰ ਓਸ਼ਨ ਵਰਲਡ ਵਾਲੇ, ਇਹਨਾਂ ਵੀਰਾਂ ਦੇ ਵੱਲੋਂ ਅੱਜ ਪਿੰਡ ਦੀ ਟੀਮ ਦੇ ਜਿੰਨੇ ਵੀ ਖਿਡਾਰੀ ਵਾਲੀਬਾਲ ਖੇਡਦੇ ਆ ਉਹਨਾਂ ਭਰਾਵਾਂ ਦੇ ਵੀ ਕਹਿੰਦੇ ਜਰਸੀਆਂ ਦਿੱਤੀਆਂ ਜਾ ਰਹੀਆਂ ਨੇ। ਵੱਡੇ ਮਾਨ ਸਨਮਾਨ ਹੈ, ਵੱਡੀ ਸਪੋਰਟ ਆ ਸਾਰੇ ਨਗਰ ਦੀ, ਬੱਚੇ ਬੱਚੇ ਦਾ, ਨਗਰ ਦੇ ਕੱਲੇ ਕੱਲੇ ਬਾਦਸ਼ਿੰਦੇ ਦਾ ਬੜਾ ਵੱਡਾ ਯੋਗਦਾਨ ਅੱਜ ਦੇ ਵੱਡੇ ਕੱਪ ਦੇ ਲਈ ਹੈ ਵੀ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ, ਹਰ ਇੱਕ ਮਾਂ ਦਾ ਪੁੱਤ ਕਮਾਊਆ, ਆਓ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ, ਹਰ ਮਾਂ ਦਾ ਪੁੱਤ ਕਮਾਊਆ। ਇਧਰਲੇ ਪਾਸੇ ਮੁਕਾਬਲਾ ਜਿਹੜਾ 2 ਨੰਬਰ ਗਰਾਊਂਡ ਤੇ ਹੁਣ ਖੇਡਿਆ ਜਾ ਰਿਹਾ ਹੈ ਤੇ ਜਿਹੜੀ ਟੀਮ ਜਿੱਤ ਗਈ ਨਾ ਅੱਜ ਦੇ ਸਿੱਖੇ ਟੂਰਨਾਮੈਂਟ ਦੇ ਵਿੱਚ ਸਫ਼ਰ ਜਿਹੜਾ ਲੰਬਾ ਤੈਅ ਕਰਨਾ ਮੁੰਡਿਆਂ ਨੇ, ਕਿਉਂਕਿ ਦੋਨੋਂ ਟੀਮਾਂ 'ਚ ਦੁਨੀਆਂ ਦੇ ਮਹਾਨ ਖਿਡਾਰੀ ਖੇਡਦੇ ਪਏ ਹੈ। ਜਾਨੀ ਚਾਰੇ ਦੇ ਚਾਰੇ ਮੈਚ ਚੱਲੀਏ ਤੇ ਨਾ ਬਾਰੇ ਜੀ ਚਾਰ ਮੈਚ ਆਪਣੇ ਕੋਲੇ ਬਾਕੀ, ਬਹੁਤ ਸੋਹਣੇ ਮੈਚ, ਚਾਰ ਮੈਚ ਬਾਕੀ ਆ, ਉਹ ਵੀ ਇੱਕ ਵਾਰੀ ਬੋਲਦੇ ਟੀਮਾਂ ਨੇੜੇ ਤੇੜੇ ਹੋ ਜਾਣਗੀਆਂ ਗਰਾਊਂਡਾਂ ਦੇ। ਉਹ ਵਾਹ ਤਲਵੰਡੀ ਵਾਲਿਆ ਉਹ ਬੱਲੇ ਨਮਦਰ ਸਿਆਰੀ ਵੱਡਾ ਖਿਡਾਰੀ ਬਣਨਾ ਆਉਣ ਵਾਲੇ ਸਮੇਂ ਵਿੱਚ, ਅੱਜ ਨੁਰਜੁੱਤੇ ਦੀ ਟੀਮ ਦੇ ਲਈ ਮੁੰਡਾ ਖੇਡ ਰਿਹਾ ਹੈ ਆਹ ਕਰਨ ਮਗਤ ਸਬਿਆਲਾ, ਉਹ ਜੀਤ ਫਿਰ ਟੇਡਾ ਕਰਦਾ ਹੈ ਮੁੰਡੇ ਨੇ, ਵਾਹ ਸੋਹਣੇ ਕਮਾਲ ਕਰਦੀ ਹੈ ਵੀ 10 ਰਾਸਤਾ ਨਾਲ ਹੁਣ ਨੰਬਰ ਕਿੰਨੇ ਕਿੰਨੇ ਹੈ ਨੱਪਿਓ ਕੰਮ ਨੂੰ ਮੁੰਡਿਓ ਕਰਿਓ ਪੌਂਡਿਆਂ ਦੀ ਟੀਮ ਦੇ ਇੱਕ ਵੱਡੀ ਟੀਮ ਨੂੰ ਮੁੰਡਿਆਂ ਨੇ ਵੱਡਾ ਪਾ ਦਿੱਤਾ। 16-13 ਨਾ ਚੱਲਦਾ ਲਾਓ ਸਾਹਮਣੇ ਦੁਨੀਆ ਦੇ ਟਾਪ ਦੇ ਖਿਡਾਰੀ ਖੇਡ ਰਹੇ ਆ ਮੇਰੇ ਮਿੱਤਰ, ਭਨਿਆਰੀ ਆਈ ਹੈ ਵੀਰੇ ਕਾਲੀ ਵਾਲਾ ਤੇ ਕੱਟਿਆ ਲਈ ਜੀ ਵਾਹ
ਤਾਂ ਵੀ ਇੱਕ ਨੰਬਰ ਗਰਾਊਂਡ ਦੇ ਵਿੱਚ ਬਾਈ ਜੀ, ਉਸ ਤੋਂ ਬਾਅਦ ਟੀਮਾਂ ਖੇਡਣ ਦੇ ਲਈ ਟੀਮਾਂ ਦੇ ਖਿਡਾਰੀ ਬਿਲਕੁਲ ਰੈਡੀ ਹੋ ਜਾਣ ਬਾਈ। ਖੜਾ ਕਦੇ ਭੱਟੀਆਂ ਦੀ ਟੀਮ ਦੇ ਲਈ ਹੈ, ਜੋਰ ਕਦੇ ਲੱਗਿਆ ਹੋਇਆ ਹੈ ਵੀ ਭਾਵੇਂ ਲੀਡਰ ਖਿੱਚਦੀਆਂ ਸਿਕੰਦਰ ਨੇ ਤੇ ਆ ਟੱਕਰਾਂ ਜਾਂ ਪੋਸ ਰਾਜ ਹੋਇਆ ਨੀ ਕਿਸੇ ਤੋਂ ਮਹਾਰਾਜੇ ਰਣਜੀਤ ਵਰਗਾ, ਤੇ ਕੱਪੜੇ ਲਾ ਕੇ ਪੱਟਾਂ ਦੇ ਥਾਪੀਆਂ ਤੇ ਬੜਿਆਂ ਨੇ ਮਾਰੀਆਂ, ਰਿੱਦ ਉੱਠਿਆ ਨੀ ਕੀ ਪਾਠੇ ਦੇ ਰਣਜੀਤ ਵਰਗਾ, ਉਹ ਰਿੱਦ ਬੋਲਦਾ ਤਾਂ ਕੇਪੀਆਂ ਦੇ ਨਾਮ ਹੀ ਆ, ਹਜ਼ਾਰ ਮੀਲ ਦੇ ਬੰਦਾ ਸਟਾਰ ਵੱਕ ਪੀ ਕੇ ਪਾਰਦਾ, ਤੇ ਗਰੇਟੇ ਦੀ ਕਸੌਲੀ ਸਰ ਨੂੰ ਬਈ ਟਰਾਲਾ ਪੈਨ ਗਾੜਦਾ, ਅਫਗਾਨੀਆਂ ਹੋਲਦਰ ਨਹੀਂ ਆ ਹਰਿੰਦਰ ਹਰੀ ਹੋਲਦਰ ਨਹੀਂ ਆ ਵੀਰੇ, 16-13 ਚੱਲਦੀ ਹੋਈ ਤਗੜੀ ਟੱਕਰ ਤੇ ਉਧਰ 16 ਫੁੱਟਾ ਕੀ ਬਲਾੜ ਮੇਮੇ ਦੇ ਜਸੂਰਾਂ ਦੇ ਉਧਰ ਗੋਪੇਰਾਂ ਦੇ ਪੱਟੀਆਂ ਵਾਲਿਆਂ ਦੇ 13 ਸਮੀ ਲਿਆ ਕਾਰ ਦਾ, ਤੇ ਕੁਰਤਾ ਪਜਾਮਾ ਫਰੋਸ਼ੀ ਰੂਹ ਨਾ ਸਵਾਲ ਆਈ ਹੈ ਮੇਰੇ ਖਿਆਲ ਚ, ਤੇ ਕਹਿੰਦੇ ਫਰੋਸ਼ੀ ਭੱਜ ਦਾ ਜੀਂਦੀ ਹੈ, ਤੇ ਇੰਡੀਆ ਨੇ ਟਰੈਕਟਰ ਤਾਂ ਬਾਹਰੋਂ ਫੜਿਆ ਗਏ, ਪਰ ਸੱਜੂ ਦਾ ਅਗਲਾ ਮੈਚ ਆ ਰਿਹਾ, ਨੈਕਸਟ ਮੈਚ ਹੈ ਜੀਂਦ ਕੋੜਾਈ ਰੋਜ਼ ਵੈਟਰ ਦਾ ਅਗਲਾ ਮੈਚ ਹੈ, ਤੈਨ ਸਪੀਡ 30 ਸਪੀਡ ਤੇ ਆਟੋ ਦੇ ਬੜੇ ਚਲਾ ਕੇ ਦੇਖ ਲਏ ਹੈ, ਨਜ਼ਾਰਾ ਦਿੱਤਾ ਨੀ ਕਿਸੇ ਨੇ 18 ਦੇ ਗੇਰ ਵਰਗਾ, ਤੇ ਰਫਲਾ ਤੇ ਬੜਿਆ ਬਾਬਿਆਂ ਕੋਲੇ ਆ ਰੰਡਵਾਲੇ ਵਾਲਿਆ, ਪਰ ਤਬਕਾ ਹੈ ਨੀ ਕਿਸੇ ਦਾ, ਪਿੰਡਰਾਂ ਦੇ ਸ਼ੇਰ ਵਰਗਾ, ਲੈ ਵੀ ਬਾਈ ਜਿਹੜੇ ਜਿਹੜੇ ਸਿੱਖੀ ਦੇ ਮਹਾਨ ਜਰਨੈਲ ਦੀ ਕੁਰਬਾਨੀ ਬਾਰੇ ਜਾਣਦੇ ਆ, ਇੱਕ ਆਪਾਂ ਜਕਾਰਾ ਲਾਵਾਂਗੇ, ਤੇ ਜਿਹੜੇ ਜਿਹੜੇ ਜਾਣਦੇ ਆ ਮੇਰੇ ਜਕਾਰੇ ਦਾ ਜਵਾਬ ਜਕਾਰੇ ਚ ਦੇ ਦੇ, ਤੇ ਬਾਕੀ ਚੁੱਪ ਕਰ ਦਿਓ ਮੇਰਾ ਵੀਰ ਬਣ ਕੇ ਚਰਚਾ ਦੇ ਵਿੱਚ ਹੈ, ਸਾਲ ਬੜੇ ਲਵ ਸੰਧੂ ਵਰਗੇ ਬਲ ਵਰਗੇ ਦਲਰਾਜ ਉਹਨਾਂ ਦੀ ਟੀਮ ਖੇਡ ਰਹੀ ਹੈ, ਵੱਡੇ ਪ੍ਰਮੋਟਰਾਂ ਦੀ ਕਦੇ ਵੱਡੀ ਟੀਮ ਹੈ, ਬਹੁਤ ਸੋਹਣਾ ਮੈਚ, ਯੰਗ ਉਮਰ ਦੇ ਮੁੰਡੇ ਓਏ ਕੋਮਲ ਭੱਟੀਆਂ ਵਾਲਾ 13-16 ਚ ਪਿੰਡ ਹੈ ਮੁੰਡੇ ਦਾ 13-16 ਚ ਕਹਿੰਦੀ ਦੁਨੀਆ ਇਹ ਤੇ ਹੁਣ ਵਾਰ 13-16 ਜਿੱਤ ਹਾਰ ਯਾਰ ਆਪੋ ਆਪਣੇ ਕਰਮਾਂ ਦੀ, ਇੱਕ ਟੀਮ ਨੇ ਜਿੱਤ ਜਾਣਾ ਹੈ ਔਰ ਇੱਕ ਟੀਮ ਨੇ ਕੁਝ ਨਾ ਕੁਝ ਸਿੱਖ ਕੇ ਜਾਣਾ, ਵੀਰੇ ਮੈਚ ਬਹੁਤ ਵਧੀਆ, ਪਰ ਬਾਈ ਜੇ ਆ ਰਹਾ ਮੈਚ ਚੰਗਾ ਲੱਗਾ ਨਾ ਦੋਨੋਂ ਟੀਮਾਂ ਵਿੱਚ ਜੇਕਰ ਜ਼ੋਰ ਲਾ ਰਹੀਆਂ ਨੇ, ਤੇ ਇੱਕ ਵਾਰੀ ਯਾਰ ਦੋਨੋਂ ਟੀਮਾਂ ਲਈ ਟੈਵੇ ਜ਼ੋਰ ਦਾ ਮੇਰਾ ਵੀਰ ਬਣ ਕੇ ਬਾਬਾ ਧਰਵਾਲੀਆ ਜ਼ੋਰ ਵਾਹਵਾ ਲੱਗਿਆ ਪਿਆ, ਨੱਥੂ ਵਾਲੀ ਅੰਤਰ ਸੇਮ ਪ੍ਰਧਾਨ ਸਾਡੀ ਜ਼ਿੰਦਗੀ ਦਾ ਮਾਣ, ਮੈਂ ਬੇਨਤੀ ਕਰਾਂਗਾ ਵੀਰ ਨੂੰ ਪਾਣੀ ਜ਼ਰੂਰ ਪਹੁੰਚਦਾ ਕਰਦੇ, ਉਹ ਤਲਵੰਡੀ ਵਾਲਾ ਕਦੇ ਜੀਤ ਆਇਆ ਹੋਇਆ ਹੈ, ਭਨੈਰੀ ਆਈ ਹੈ ਵੀਰੇ, ਆਈ ਹੈ ਬਿਲਕੁਲ ਆਈ ਹੈ ਭਨੈਰੀ,
ਬਹੁਤ ਬਹੁਤ ਧੰਨਵਾਦ ਹੈ। ਨਾਮ ਵੀ ਅੰਦਰ ਸਟੇਜ ਤੇ ਡਰਾਈਵਰ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਧਰ ਸਾਡੇ ਬਹੁਤ ਸਤਿਕਾਰਯੋਗ ਸਿੰਦਰ ਬਾਈ ਸਿੰਦਰ ਸਰਪੰਚ ਜੀ ਗੁਰਦੇਵ ਬੰਦੇ ਮਾਨ ਆਏ ਨਾਲ ਪਾਣੀ ਵਾਲੇ ਭਰਾ ਦੇ ਲਈ ਇੱਕ ਸੌ ਆਇਆ ਜੀ, ਔਰ ਨਾਲ ਬਹੁਤ ਸਤਿਕਾਰ ਦੇ ਯੋਗ ਬਾਈ ਪੀਤਾ ਸਰਾਂ ਜੀ ਡਾਰਾ ਆਸਟ੍ਰੇਲੀਆ। ਇਹ ਵੀਰ ਸਾਡੇ ਤਿੰਨੋਂ ਭਰਾ ਰਲ ਕੇ ਐਲਾਨ ਕਰਵਾਉਂਦੇ ਆ ਵੀ ਆਉਂਦੇ ਸਾਲ ਜਿਹੜਾ ਦੂਜਾ ਪ੍ਰਾਈਜ਼ ਵਾਲੀਵਾਲ ਦਾ ਆਪਣੇ ਵੱਲੋਂ ਦਿੱਤਾ ਜਾਊਗਾ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਾਡੇ ਸਤਿਕਾਰਯੋਗ ਵੀਰ ਹੈ। ਵਧੀਆ ਵਧੀਆ ਜਗਪਾਲ ਭਾਈ, ਕੀ ਹਾਲ ਚਾਲ ਖੰਗੂੜਾ ਸਾਹਿਬ? ਸੁਣੀ ਕਹਿੰਦੇ ਲਾੜਲੀ ਫੌਜ ਬੈਠੀ ਆ ਢਿੱਲੋ ਤੇ ਨਜ਼ਾਰਾ ਕਹਿੰਦੇ ਬੱਝਿਆ ਪਿਆ ਵੀ ਮੈਂ ਕਰਦਾ ਹਾਂ ਇਸ ਮਹਿਫਲ ਵਿੱਚ ਕੁੱਝ ਬੋਲਾਂ ਤੇ ਕੁੱਝ ਨਾ ਬੋਲਾਂ, ਇੱਥੇ ਹਰ ਸ਼ਖਸੀਅਤ ਨਾਮੀਆਂ ਦਾ ਨਾਮ ਬੋਲਾਂ। ਹਾਂਜੀ ਚਲੋ ਸਾਹਿਬ ਜਗਪਾਲ ਉਧਰ ਬਾਈ ਜਗਪਾਲ ਖੰਗੂੜਾ ਯੂਐਸਏ ਸਾਡੀ ਖੇਡ ਵਾਲੀਵਾਲ ਦੇ ਬ੍ਰਾਂਡ ਪ੍ਰਮੋਟਰ ਨੇ, ਉਹ ਵੀ ਅੱਜ ਦੇ ਇਸ ਵੱਡੇ ਕੱਪ ਦੇ ਨਾਲ ਜੁੜੇ ਹੋਏ। ਵੱਡਾ ਧੰਨਵਾਦ ਆ ਪੌਂਦਿਆਂ ਵਾਲਿਆ ਉਧਰ ਬਹੁਤ ਮਾਨ ਤੇ ਸਤਿਕਾਰ ਜੀ ਸਰਦਾਰ ਸਿੰਦਰ ਸਿੰਘ ਜੀ ਬਾਬਾ ਧੰਨਵਾਦ ਜੀ ਇਸ ਇਲਾਕੇ ਦੀ ਆਪ ਜਗਪਾਲ ਖੰਗੂੜਾ ਯੂਐਸਏ ਨੌਜਵਾਨ ਦਿਲ ਬਾਬਾ ਧੰਨਵਾਦ ਜੀ ਗਰੀਬਾਂ ਦੇ ਮਸੀਹਾ ਸਮਾਜ ਸੇਵੀ ਕੰਮਾਂ ਦੇ ਵਿੱਚ ਕਹਿੰਦੇ ਬਹੁਤ ਵੱਡਾ ਨਾਮ ਹੈ, ਇਹਨਾਂ ਖੇਡਾਂ ਦੇ ਲਈ ਬਹੁਤ ਵੱਡੇ ਯੋਗਦਾਨ ਅੱਜ ਵੱਡੀ ਹਾਜ਼ਰੀ ਹੈ ਤੇ ਵੱਡੇ ਮਾਣ ਵੱਡੇ ਪਿਆਰ ਇਹਨਾਂ ਬੋਲਾਂ ਦੇ ਲਈ ਵੀ ਕਰਕੇ ਹੈ। ਸਰਪੰਚ ਵੀ ਦੁਨੀਆ ਕਹਿੰਦੇ ਇੱਕ ਇਮਾਨਦਾਰ ਬੰਦੇ ਨੂੰ ਬਣਾਉਂਦੀ ਹੈ ਜਿੱਥੇ ਸਾਰਾ ਪਿੰਡ ਵਿਸ਼ਵਾਸ ਕਰਦਾ ਹੈ ਤੇ ਮੂਹਰੇ ਸਰਪੰਚ ਦੀਆਂ ਚੋਣਾਂ ਵੀ ਆ ਗਈਆਂ ਤੇ ਪਿੰਡਾਂ ਦੇ ਵਿੱਚ ਕਹਿੰਦੇ ਸਾਹਮਣੇ 14 ਤੇ 16 ਦੀ ਟੱਕਰ ਆਉ 14 ਤੇ 16 ਦੋ ਨੰਬਰਾਂ ਦਾ ਫਰਕ ਹੈ, ਪੈਂਦਾ ਪੈਂਦਾ ਪੈ ਜਾਂਦਾ ਏ ਫਰਕ ਸੋਹਣਿਆ ਵੇ, ਪੈਂਦਾ ਪੈਂਦਾ ਪੈ ਜਾਂਦਾ ਏ ਫਰਕ ਸੋਹਣਿਆ ਵੇ। ਨਵੀ ਡਾਇਰੈਕਟਰ ਗੈਰੀ ਗੁੱਟਰ ਵਾਲਿਆ ਕੋਈ ਨਹੀਂ ਫਿਰ ਕਹਿ ਜੋ ਸੁਣੂ ਆਉ ਮੁੰਡੇ ਦਾ ਕਹਿੰਦੇ ਤਜਰਬਾ ਬੋਲਦਾ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆ ਰਿਹਾ ਆਓ ਸਾਹਮਣੇ ਮੇਰੇ ਮਿੱਤਰੋ ਟੀਮਾਂ ਦੋਨੋਂ ਚੁੱਟੀ ਦੀਆਂ ਆ ਕਹਿੰਦੇ ਮੈਚ ਮੇਰੇ ਮਿੱਤਰ ਫਾਈਨਲ ਮੈਚ ਵੀ ਨਹੀਂ ਲੱਗਦੇ ਭਾਈ ਯਾਰ ਦੇਖੋ ਕਿੰਨਾ ਟਾਈਮ ਹੋ ਗਿਆ ਦੋਨੋਂ ਟੀਮਾਂ ਨੂੰ ਖੇਡਦਿਆਂ ਹੋਇਆ ਜੇ ਹੁਣ ਤੱਕ ਮੈਚ ਦਾ ਸਵਾਲ ਆਇਆ ਇੱਕ ਤਾੜੀ ਨਾਮਾ ਹੋਇਆ ਦੋਨੋਂ ਟੀਮਾਂ ਦੇ ਲਈ ਆਹ ਮੁੰਡੇ ਧਮ ਧਮ ਕਰਵਾਈ ਉਹਨਾਂ ਨੌਜਵਾਨਾਂ 14 ਤੇ 16 ਦੀ ਟੱਕਰ ਜਿਹੜੀ ਉਹ ਗਰਾਊਂਡ ਦੇ ਵਿੱਚ ਫੜਦੇ 2 ਪੁਆਇੰਟਾਂ ਦਾ ਕਰਨੀ ਪਊਗੀ ਨੰਬਰ 15 ਸੇਵਨ ਦੇ ਲਈ ਵੀ ਵਿੱਚ ਗਹਿਰੇ ਢਿੱਲਾਂ ਦੇ ਪੱਪਰ ਸ਼ੇਰ ਨਾ ਰਹਿੰਦੇ ਕੁੱਝੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਵੀ ਪੈਂਦੇ ਕੁੱਝੇ। ਇੱਕ ਗੱਲ ਹੋਰ ਆ ਜੇ 14 ਤੋਂ 15 ਕਰਕੇ ਨਾ ਤੇ 15 ਤੋਂ 16 ਹੁੰਦਿਆਂ ਟਾਈਮ ਨਹੀਂ ਲੱਗਣਾ, ਜੇ 14 ਤੋਂ 15 ਕਰਕੇ ਤੇ 15 ਤੋਂ 16 ਉਹਨਾਂ ਕਰ ਦੇਣੇ ਕਿਉਂਕਿ ਬੱਲੇ ਵਾਲਾ ਕੋਪਾ ਸੱਜਿਆ ਹੋਇਆ ਮੁੰਡਿਆਂ ਨੇ ਵਾਕਈ ਬੱਲੇ ਵਾਲਾ ਸੱਜਿਆ ਹੋਇਆ ਸਾਲ ਹੈ ਜ਼ਿਲ੍ਹੇ ਬਠਿੰਡੇ ਦੀ ਮਾਣ ਹੈ ਕਹਿੰਦੇ ਰਾਪਰੇ ਫੂਲ ਦੇ ਇਲਾਕੇ ਦਾ
ਬਹੁਤ ਸੋਹਣੇ ਖਿਡਾਰੀਆਂ ਦੇ ਵਿੱਚ ਨਾਮ ਹੈ ਫੋਰ ਦੇ ਨਾਲ ਬੰਦੇ ਮਾਨ ਮੇਜਰ ਭਲੂਰ ਗੁਰਦੀਪ ਗਿੱਲ ਸਮੁੱਚੀ ਖੇਡ ਕਲੱਬ ਨੇ ਕੀਤੇ ਹੈ। ਯੱਤ ਦਾ ਪੁੱਤ ਬੜਾ ਕਮਾਲ ਵੀ ਹੁਣ ਤੇਰੇ ਪੀਕਿਆਂ ਨੂੰ ਫੋਰ ਸੁਕਾ ਜਾਊ ਜੱਸੀ ਦਾ ਮਾਨ ਵੀ ਕਹਿੰਦੇ ਜਗਪਾਲ ਜਗਰਾਜ ਖਨੂੜਾ ਤੇ ਚੰਨੀ ਖੇੜਾ ਮਾਸੀ ਦਾ ਮੁੰਡਾ ਹੈ ਫੋਰ ਦੇ ਨਾਲ ਕਰਨਾ ਹੈ। ਮੁੰਡਿਆਂ ਵਾਲਾ ਜੱਸੀ ਵੀ ਆਇਆ ਹੋਇਆ ਹੈ ਜੱਸੀ ਦੇ ਬੂਟੇ ਦਾ ਸਨਮਾਨ ਵੀ ਮੇਰੇ ਮਿੱਤਰੋ ਮੋਟਰਸਾਈਕਲ ਸੋਹਣਾ ਮੁਕਾਬਲਾ ਪਰ ਗਲਤੀ ਮੇਰੇ ਸਬਲ ਦਾ ਫਿਰ ਬਲਾਰ ਮਹਿਮੇ ਦੇ ਖਾਤੇ ਕਿੰਗ ਆਇਆ ਹੋਇਆ ਹੈ। ਇਹ ਸੁਖਮੰਦਰ ਸਿੰਘ ਬਰਾੜ ਦਾ ਪੁੱਤਰ ਪਿਤਾ ਕਹਿੰਦੇ ਬਹੁਤ ਤਕੜਾ ਖੇਡਿਆ ਫਿਰ ਗੱਲਾਂ ਕਹਿੰਦੇ ਡਾਕਟਰ ਦੀਆਂ ਮਾਸਟਰ ਦੀਆਂ ਹੋਈਆਂ ਅੱਜ ਕੱਲ ਸਾਹਮਣੇ ਗੋਨੇ ਵਾਲਾ ਮੰਡੀ ਦਾ ਇਲਾਕਾ ਹੈ ਜਿਹੜਾ ਬਠਿੰਡਾ ਹੈ ਹੁਣ 16-17 ਕੌਣ ਕਰਦਾ ਗੱਲ ਸਮੇਂ ਦੀ ਹੈ। ਭੈਣੀ ਬਾਈ ਵਾਲਾ ਸਿੱਧੂਆਂ ਦਾ ਮੁੰਡਾ ਕਹਿੰਦੇ ਫੈਸਲੇ ਕਰਦਾ ਹੈ ਮੇਜਰ ਸਿੰਘ ਸਰਪੰਚ ਦਾ ਪੁੱਤਰ ਉਹ ਕਹਿੰਦੇ ਵੱਡੇ ਫੈਸਲੇ ਕਰ ਰਹੇ ਹੈ ਆਹ ਨੰਬਰ ਤੇ ਗੱਲ ਖੜੀ ਤਿਆਰੀ ਜਿਹੜੀ ਫੜਨੀ ਪਊਗੀ ਤੇ ਤਿਆਰੀ ਮੇਰੇ ਵਿੱਚ ਅੰਬਾਤੀ ਤੇ ਅਡਾਨੀ ਮੇਰੇ ਸਾਰਿਆਂ ਨੂੰ ਤੇ ਚੀਜ਼ੇ ਨੂੰ ਲਿਜਾਣ ਤਾਰ ਕੇ ਹੋਰਾਂ ਦਿੱਲੀਏ ਪਿਆਰ ਲਾਲਾ ਮਹਿੰਦੀਆਂ ਉਹ ਚਰਾਈ ਤੇਰੇ ਆਗੇ ਬਾਰਦੇ ਹੋਰਾਂ ਦਿੱਲੀਏ ਪਿਆਰ ਲਾਲਾ ਮਹਿੰਦੀਆਂ ਉਹ ਚਰਾਈ ਤੇਰੇ ਆਗੇ ਬਾਰਦੇ ਜੇਤੂ ਟੀਮ ਦਾ ਇੱਕ ਰੈਫਰੀ ਆਊ ਜੀ ਬਾਈ ਜੀ ਗੁਰੂ ਸਰ ਜੀ ਦਾ ਹਰਦੀਪ ਆਊ ਜੀ ਸੋਰੀ ਹਰਦੀਪ ਦੇ ਗੁਰੂ ਸਰ ਯੋਧਾ ਇਹ ਵੀ ਆਜੋ ਮੇਰਾ ਵੀਰ ਬਣ ਕੇ ਵੀ ਲਾਡੋ ਆਓ ਗੁਰੂ ਸਰ ਯੋਧਾ ਵਾਲੇ ਮੁੰਡੇ ਆਜੋ ਜਲਦੀ ਦੇ ਨਾਲ ਉਧਰ ਵੀ ਮੈਂ ਸਮਾਪਤ ਹੈ ਕੇਂਦਰੇ ਵਾਲੇ ਮੁੰਡੇ ਜਿੱਤ ਗਏ ਦਿਲਸਾਦ ਚਾਰ ਚ ਕਰੀ ਨੋਟ ਪ੍ਰਧਾਨ ਜੀ ਇੱਕ ਰੈਫਰੀ ਆ ਜਾਓ ਗੁਰਜਿੰਦਰ ਜੀ ਚਾਰ ਨੰਬਰ ਗਰਾਂਡ ਕੇਂਦਰੇ ਦੀ ਟੀਮ ਅਮਰ ਧਾਲੀਵਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁੱਖੀ ਸਰਾਂ ਗਿੰਦਾ ਬਰਾੜ ਬਹੁਤ ਬਹੁਤ ਧੰਨਵਾਦ ਗਿੰਦੇ ਸ਼ੁਕਰੀਆ ਜੀ ਮੈਚ ਬੜਾ ਤਕੜਾ ਮੈਚ ਬਣ ਗਿਆ ਮੁੰਡਿਓ ਹੈਲੋ ਐਂਡ ਮੈਚ ਐਂਡ
ਲਾਵੀ ਕਿਵੇਂ ਹੋਗੇ ਬੈਂਡ ਦੱਸੋ ਗਰਾਊਂਡ ਨੰਬਰ 1 ਦੇ ਵਿੱਚ ਦੇ ਮਸਲਾ ਮੈਨੂੰ ਵੱਡਾ ਲੱਗਦਾ ਬਾਕੀ ਇੰਦਰ ਵੀ ਮਸਲਾ ਮੇਰੇ ਮਿੱਤਰੋ ਬਹੁਤ ਤੇਰਾ 12 ਤੇ 13 ਹੈ ਆਓ ਬੰਦੀ ਵਾਲਾ ਬੱਲੇ 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 ਪਰ ਲੋਕਾਂ ਦੀ ਕੱਲੀ ਕੱਲੀ ਅੱਖ ਜਿਹੜੀ ਉਹ ਗਰਾਊਂਡ ਨੰਬਰ 2 ਦੇ ਉੱਤੇ ਟਿੱਕੀ ਹੋਈ ਆ ਨਜ਼ਰ ਸਿਰੇ ਦੀ ਟੱਕਰ ਖੇਡੀ ਜਾ ਰਹੀ ਹੈ ਭਾਈ ਭਾਰ ਥੱਲੇ ਵਾਲੇ ਮੁੰਡੇ ਬੀ ਵਾਲੇ ਮੈਚ ਕਰਾ ਦਿਓ ਕਿਰਪਾ ਕਰਕੇ ਆਪਣਾ ਆਪਦਾ ਮੇਲਾ ਵੀਰ ਬਣ ਕੇ ਹਰ ਵਾਰ ਮਜੀਦ ਬਾਬਾ ਦਰਵਾਜੇ ਲੱਗਦੇ ਕਰਿਓ ਕਰਿਓ ਖੇਤੀਆਂ ਮਜੀਦ ਜਿੱਤ ਕੇ ਗਏ ਆਪ ਹੀ ਰੈਫਰੀ ਆ ਜਾਓ ਵੀਰ ਬਣ ਦੇ ਹਲੋ ਮੈਚ ਚਲਾਈਏ ਗੁਰੂ ਸਰਜੋ ਸਾਡੀ ਟੀਮ ਆ ਗਈ ਹੈ ਤਾਂ ਵੀ ਬੇਨਤੀ ਆ ਵੀਰੇ ਭੈਣੀ ਬਾਈ ਆ ਤੇ ਰਜੇਸ਼ ਫਰੀਦਕੋਟ ਜੀ ਤੇ ਬੰਦੇ ਵੀਰੇ 4 ਨੰਬਰ ਗਰਾਊਂਡ ਦੇ ਵਿੱਚ ਆਓ ਜੀ ਸੋਨੀ ਰੈਫਰੀ ਕਰਦਾ ਜੀ ਇੱਧਰ ਜੀ ਕੋਈ ਹੋਰ ਮੈਚ ਹੈ ਤੇ ਠੀਕ ਹੈ ਬੱਬੂ ਨੂੰ ਸਰਾਵ ਦਿਓ ਸਰ 12-14 ਤੇ ਬੰਬੇ ਦੀ ਰੈਫਰੀ ਕਰ ਸਕਦਾ ਪਰ ਇੱਥੋਂ ਵਾਲੀ ਨਹੀਂ ਕਰ ਸਕਦਾ ਪੰਜਾਬ ਦੀ 12-14 ਕਰਾ ਸੋਨੀ ਮੈਚ ਦੀ ਗੱਲਦੀ ਨੰਬਰ ਲਾ ਕੇ 17 ਹੋ ਗਏ 17-14 17 ਹੋ ਗਏ ਜੀ ਲੈ ਵੀ ਦੂਜੇ ਬੰਦੇ ਆ ਜਾਓ ਭੈਣੀਆਂ ਦੇ ਸਿਰੇ ਉਹਨੇ ਫਿੱਟ ਹੋ ਗਏ ਓਕੇ ਓਕੇ ਤੇਜਲ ਰਜੇਸ਼ ਫਰੀਦਕੋਟ ਤੇ ਭੈਣੀ ਬਈਆ ਆਓ ਜੀ 4 ਨੰਬਰ ਗਰਾਊਂਡ ਟੀਮਾਂ ਜਲਦੀ ਦੇ ਨਾਲ 17-14 ਦੂਜੇ ਖਿਡਾਰੀ ਆ ਜਾਓ ਦਾ ਟਾਈਮ ਬੇਨਤੀ ਹੈ ਮੇਰੀ ਕੇਂਦਰੀ ਵਾਲੇ ਮੁੰਡੇ ਕਰੈਫੀ ਆ ਜਾਓ ਜਲਦੀ ਦੇ ਨਾਲ ਲੈ ਭਗਤ ਵਾਲੋ ਮੈਚ ਕਿਉਂ ਨਹੀਂ ਕਰਾਉਂਦੇ ਭਗਤਲਾ ਬੀ ਵਾਲੇ ਮੁੰਡੇ ਥੈਂਕ ਯੂ ਵੀਰੇ ਮੈਚ ਚਲਾ ਦੇ ਜਲਦੀ ਦੇ ਨਾਲ ਬੇਨਤੀ ਹੈ ਮੇਰੀ ਦੋਨੋਂ ਟੀਮਾਂ ਖੜੀਆਂ ਹੈ ਕਿਰਪਾ ਕਰਕੇ ਬਾਬਾ ਧੰਨਵਾਦ ਜੀ ਮੈਚ ਚਲਾ ਦੀ ਧੰਨਵਾਦ ਆਓ ਸਾਹਮਣੇ ਮੈਚ ਬਾਰ ਖੇਡੇ ਜਾ ਰਹੇ ਨੇ ਦੁਨੀਆਂ ਦੇ ਟੌਪ ਦੇ ਖਿਡਾਰੀ ਖੇਡ ਰਹੇ ਆ ਏਦਾਂ ਦੇ ਮੈਚ ਮਿੱਤਰਾਂ ਫਾਈਨਲ ਦੇ ਵਿੱਚ ਲੱਗਦੇ ਆ ਤੇ ਆਪਣੇ ਵਿੱਚ ਹੀ ਭਿੜ ਗਏ ਆ ਆਓ ਸੋਹਣੀ ਖੇਡ ਦੇ ਮਾਲਕ ਆ ਮੁੰਡੇ ਖੇਡ ਮੈਦਾਨ ਦੇ ਵਿੱਚ ਗੱਭਰੂ ਧੱਕ ਧੱਕ ਕਰਵਾ ਰਹੇ ਨੇ ਅਗਲਾ ਮੈਚ ਨਵੀਂ ਤੈਨੂੰ ਦੱਸਿਆ ਮੇਰੇ ਵੀਰ ਸੁਣੇ ਭੈਣੀ ਬਾਈ ਆ ਜਾਓ ਜਲਦੀ ਦੇ ਨਾਲ ਗੁਰਜਿੰਦਰ ਕਿੰਗਰਾ ਜੀ ਆ ਜਾਓ ਰੈਫਰੀ ਕਿੰਗ ਬਰਾੜ ਹਜੇ ਬੇਨਤੀ ਆ ਵੀਰ ਬਣ ਕੇ ਹਟ ਹੋ ਜਾ ਮੁੰਡਿਓ ਗੁਰੂ ਸਰ ਯੋਧਾ ਦੀ ਟੀਮ ਦੇ ਖਿਡਾਰੀ ਜਿਹੜੇ ਆ ਗਏ ਆ ਲਾਡੀ ਵਰਗੇ ਸਾਡੇ ਵੀਰ ਨੇ ਬੜੇ ਪਿਆਰੇ ਮਿੱਤਰ ਹੈ ਜਵਾਬਾਂ ਦੇ ਵੀਰਾਂ ਦੇ ਲਈ ਬੜੇ ਸਤਿਕਾਰਯੋਗ ਭਰਾ ਨੇ ਅੱਜ ਕਬਰ ਵਸੇ ਵੀ ਤਲਵੰਡੀ ਵਾਲਾ 13-13 ਨੰਬਰ ਹੈ ਮੈਚ ਇੱਕ ਦਾ ਵੀ ਬਹੁਤ ਤਕੜਾ ਖੇਡਾ ਜਾ ਰਿਹਾ 13-13 ਨੰਬਰ ਹੈ ਕਹਿੰਦੇ ਬਹੁਤ ਸੋਹਣਾ ਮੈਚ 14-18 ਗੱਲਾਂ ਫਿਰ ਟਿਕਾਣੇ ਲੱਗਣਗੀਆਂ ਮੈਂ ਨੀ ਕਹਿੰਦਾ ਜੱਸੂ ਕਹਿੰਦਾ ਬਾਈ ਮੈਚ ਚਲਾ ਦਈਏ 3 ਨੰਬਰ ਚ 4 ਦੀਆਂ ਟੀਮਾਂ ਵੀ ਆ ਗਈਆਂ ਗੁਰਜਿੰਦਰ ਜੀ ਟਾਸ ਕਰਾ ਦੇ ਤੇਰੇ 1 ਨੰਬਰ ਬਾਕੀ ਹੈ ਸੋਨੀ ਆਉਂਦਾ ਇੰਨਾ ਟਾਈਮ ਟੀਮਾਂ ਸਾਈਡਾਂ ਸੁਡਾ ਲੈ ਰਹਿਣਗੀਆਂ ਟਾਸ ਕਰਾ ਦੇ ਜੀ
ਕਿਹੜੀ ਜਿੱਤੂਗੀ ਡੀਸੀ ਬਾਈ? ਕੋਈ ਪਤਾ ਨਹੀਂ, ਬਾਲ ਗੋਲ ਆ। ਸਹੀ ਗੱਲ ਆ ਨਾ, ਕੋਈ ਪਤਾ ਨਹੀਂ ਕਿਹਨੇ ਜਿੱਤਣਾ। 14-18 ਵੀਰੇ, 14-18 ਐਨ ਐਂਡ ਮੈਚ ਲੱਗਿਆ ਪਿਆ। ਸੋਹਣਾ ਮੈਚ ਹੈ ਜੀ, ਸੋਹਣਾ ਹੋ ਗਏ। ਕਹਾਣੀ ਕਹਿੰਦੇ ਕੁਝ ਹੋਰ ਬਣ ਜਾਣੀ ਹੈ, ਕਹਾਣੀ ਦੇ ਵਿੱਚ ਵੱਡਾ ਮੋੜ ਵੱਡਾ ਅੰਤਰ ਆ ਜਾਣਾ ਹੈ, ਗੱਲਾਂ ਹੋਰ ਹੋ ਜਾਣਗੀਆਂ। ਬਹੁ ਭੱਟੀਆਂ ਵਾਲਾ ਕੋਮਲ ਕਹਿੰਦੇ ਤਿਆਰ ਹੈ, ਸਿੰਮੀ ਮੋਟੇ ਵਰਗੇ ਉਹ ਸਾਹਮਣੇ ਤੀਜੀ ਵਰਗੇ ਮੁੰਡੇ ਖੇਡ ਮੈਦਾਨ ਦੇ ਵਿੱਚ ਚੌਦਾਂ ਤੇ ਪੰਦਰਾਂ ਆਹ ਮਸਲਾ ਵੀ ਵੱਡਾ ਬਣਿਆ ਖੜਾ ਹੈ। ਲੋਕ ਮੁਰਗੇ ਮੁੰਡੇ ਕਮਾਨਾ ਕਰੀ ਹੀ ਤੁਰੇ ਆਉਂਦੇ ਹੈ। 16-18 ਹੋ ਗਏ ਮਨਵੀਰ ਅਜੇਲੀਆ, 14 ਉਧਰ ਗੋਪੇ ਰਹਿੰਦੇ ਪੱਟੀਆਂ ਵਾਲਿਆਂ ਦੇ, 15 ਤੇ 14। ਵਾਹ ਬਾਈ ਵਾਹ, ਮੁਕਾਬਲਾ ਕਹਿੰਦੇ ਵੀ ਚੋਟੀ ਦਾ ਖੇਡ ਹੋ ਗਿਆ 18 ਔਰ ਕਹਿੰਦੇ ਸਿੱਖ ਸਰਦਾਰ ਮੁੰਡਾ ਗੋਪੇ ਰਹਿੰਦੇ 16 ਰਾਜਵਿੰਦਰ ਪੱਲ ਅਗਲਾ ਮੈਚ ਵੀ ਬੜਾ ਤਗੜਾ, ਕਾਲਗੇੜਾ ਤੇ ਕੱਟਿਆਂ ਵਾਲੀ ਕੱਟਿਆਂ ਵਾਲੀ ਚ ਕਾਲਗੇੜਾ ਕੁਲਦੀਪ ਹੋਰੀ
ਨਕਸ਼ਾ ਹੋਣਾ ਸੀ। ਕਾਸ਼ ਕਿਤੇ ਜੇ ਭਿੱਟਰਾਂ ਵਾਲਾ ਜਿਉਂਦਾ ਰਹਿ ਜਾਂਦਾ ਫਿਰ ਨੋਟਾਂ ਉੱਤੇ ਅੰਮ੍ਰਿਤਸਰ ਦਾ ਨਕਸ਼ਾ ਹੋਣਾ ਸੀ। ਉਹ ਕਦੇ ਗੱਲ ਗੜੀਏ ਵੀ ਹੈ ਮੇਰੇ ਮਿੱਤਰੋ ਸੱਚੀ ਦੇ ਪੱਕੀ ਹੈ, ਪਰ ਇਧਰਲੇ ਪਾਸੇ 16 ਤੇ 18 ਨੰਬਰ ਕਹਿੰਦੇ ਦੋਨਾਂ ਫਰਕ ਆ ਮੇਰੇ ਮਿੱਤਰੋ। ਉਹ ਕਦੇ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦੇ ਦਰਮਿਆਨ ਵੀ ਕਰਦੀ ਖਰਾਬ ਗਰਮੀ ਦੇ ਸੀਨੇ ਦੀ ਡਿੱਗ ਪਿਆ ਬਿੱਲਾ ਤੰਦੂਰ, ਡਿੱਗ ਪਿਆ ਬਿੱਲਾ ਤੰਦੂਰ, ਬਿੱਲਾ ਡਿੱਗ ਪਿਆ ਤੰਦੂਰ। 18 ਹੋ ਗਿਆ 18 ਪਿਆਰ ਬਰਾੜ ਪਿਆਰ ਬਰਾੜ ਬਈ ਦੀ ਟੱਕਰ ਹੈ। ਆਓ 17 ਦੇ ਮਿੱਤਰਾਂ 18 ਦੀ ਟੱਕਰ ਪਾਣੀ ਵਾਲਾ ਵੀਰ ਦਿਲਾਂ ਦੀਆਂ ਧੜਕਣਾਂ ਟੱਕ ਟੱਕ ਕਰਦੀਆਂ। ਨੱਥੂ ਵਾਲੀ ਆ ਪ੍ਰਧਾਨ ਸਾਡਾ ਆ ਜੇ 2 ਨੰਬਰ ਗਰਾਊਂਡ ਚ ਕਾਰਵਾਈ ਕਰਨੀ ਹੈ ਤਾਂ ਗੁਰਵਿੰਦਰ ਬਾਠ ਆ ਸਾਡਾ ਵੀ ਓਕੇ ਜੀ। ਯੱਤ ਚੰਦਨ ਵਾਲਾ ਆਇਆ ਹੋਇਆ, ਯੱਤ ਦੀ ਚੜ੍ਹਾਈ ਅੱਜ ਕੱਲ ਸਿਰੇ ਤੇ ਹੈ ਤੇ ਲਾੜ ਵੀ 1 ਘੰਟੇ ਬਾਅਦ ਜੱਟ ਕਹਿੰਦਾ ਵੀ ਅੱਜ ਵੱਡੇ ਨੇਣੇ ਵਾਲੀਆਂ ਕਰਦੇ ਨੇ। ਹੈ ਕੁਲਵਿੰਦਰ ਬਾਠ ਜੀ, ਗੁਰਵਿੰਦਰ ਬਾਠ, ਕੁਲਵਿੰਦਰ ਠੀਕ ਹੈ ਜੀ। ਕੁਲਵਿੰਦਰ ਬਾਠ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਨੇ, ਪੱਟੀਆਂ ਜਿੱਤਾ 5100 ਔਰ ਜੇ ਪੱਟੀਆਂ ਦੀ ਟੀਮ ਆ ਚੱਲਦੇ ਹੋਏ ਮੈਚ ਦੇ ਵਿੱਚ ਜੇਤੂ ਰਹਿੰਦੀ ਤੇ ਰੁਪਈਆ 5100 ਦਿੱਤਾ ਜਾਊਗਾ। 5100 ਦੇ ਨਾਲ ਮਾਣ ਵੱਡੇ ਹੋਣਗੇ। ਧੰਨਵਾਦ ਹੈ ਕੁਲਵਿੰਦਰ ਬਾਠ ਜੀ ਸਾਡੇ USA ਵਾਲੇ, ਉਹ ਕਦੇ ਮਾਣ ਸਨਮਾਨ ਹੈ। ਲੈ ਵੀ ਮੈਚ ਟੋਟਲ ਦਾ ਆਸਟ੍ਰੇਲੀਆ ਬਾਈ ਤੰਦੂਰ ਚ ਡਿੱਗਿਆ 14 ਤੇ 15 14 ਬੌਡਿਆਂ ਦੇ ਰਾਜਦੀਪ ਆਖਰੀ ਤਰੀਕ ਸੀ ਉਹ ਪਾਪ ਸੁੱਤ ਕੇ ਥੋੜੇ ਨਾਲ ਮਾਲੀ ਹੈ ਤੇ ਸੱਜਣਾ ਨੂੰ ਕੈਦ ਬੋਲ ਗਈ ਹੈ। ਉਹ ਚੀਪਾਂ ਆ ਗਈਆਂ ਕਚਹਿਰੀਆਂ ਖਾਲੀ ਹੈ, ਸੱਜਣਾ ਨੂੰ ਕੈਦ ਬੋਲ ਗਈ, ਕਦੇ ਗੱਲਾਂ ਉਹ ਨਾ ਹੋ ਜਾਣ। ਬਹੁਤ ਸੋਹਣਾ ਮੈਚ, ਇੱਕ ਇੱਕ ਨੰਬਰ ਕਹਿੰਦੇ ਬੜਾ ਕੀਮਤੀ ਹੈ। ਹੁਣ ਖਰਾਬ ਹੋ ਗਈ, ਸਿਰ ਫੁੱਟ ਜਾਣਾ ਮੈਚ ਦਾ। ਦੁਨੀਆਂ ਸੋਚਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਹੈ, ਜਿਤਨਾ ਕਿਹਨੇ ਸਕਦੇ ਰਹਿਣੀ ਹੈ। ਟੱਬਰ ਵਸੇ ਦੀ ਧਰਤੀ ਦਾ ਧੱਕ ਤੇ ਪੈਣੀ ਆ
ਬਾਜੀ ਹਾਲ ਪੁੱਠ ਦੇ ਉਹ ਪਈਰ ਮੇਲੇ ਦਾ ਸਵਾਲ ਆ ਰਿਹਾ ਤਾੜੀ ਤਾਂ ਮਾਰੋ ਦੋਨੋਂ ਟੀਮਾਂ ਦੇ ਲਈ ਮਾਰਦੇ ਵੀ ਘੱਟ ਵੀ ਨਾ ਦੇ ਤੇ ਥੱਲੇ ਵਾਲਾ ਸਾਡਾ ਫੋਪਾ ਮਾਰ ਬੱਲੀਏ ਤੇ ਜਦੋਂ ਉੱਡਦਾ ਗਰਾਊਂਡ ਵਿੱਚ ਸੱਤਾ ਲੋਕੀ ਕਹਿੰਦੇ ਆ ਤੂਫਾਨ ਬੱਲੀਏ ਤੇ ਕਿੰਗ ਤੇ ਨੀ ਬਾਲ ਬੂਲ ਲੱਗਦੀ ਹੈ ਅਟੈਕਰ ਦੇ ਸਾਰੇ ਹੱਬ ਗਏ ਮੈਚ ਕਰ ਦਿੰਦਾ ਕੱਲੀ ਇੱਕ ਪਾਸੇ ਜੇ ਪੰਡੋਰੀ ਵਾਲਾ ਕੰਬ ਚੱਲ ਜੇ ਕੁੜੀ ਕਾਲੀਏ ਵਾਲੇ ਚ ਅੰਨਾ ਚੋਰ ਤੇ ਸੁਨੱਖਾ ਰਾਜਪਾਲ ਨਾ ਫਿਰੋ ਸਾਨੂੰ ਖੇਡਾਂ ਦਾ ਤੇਜ ਫਿੱਕਾ ਪੈ ਜੂਗਾ ਦੇਖੇ ਕਦੇ ਬਾਲੀ ਬਾਲ ਨਖਰੋ ਦੁਨੀਆ ਦੇਖ ਰਹੀ ਹੈ ਵੱਗੀ ਕਿਹੜਾ ਮੁੰਡਾ ਕਿਹੜੀ ਗਲਤੀ ਕਰਦਾ ਅੱਜ ਦੇ ਦਿਨ ਦਾ ਸੁਪਰ ਟੁਪਰ ਮੈਚ ਖੇਡਿਆ ਜਾ ਰਿਹਾ ਹੈ ਬੜਾ ਸੋਹਣਾ ਮੈਚ ਹੈ ਕਿ ਨੰਬਰ ਬੜਾ ਕੀਮਤੀ ਹੈ ਮੰਗੀ ਵਾਲਾ ਵੀ ਫਿੱਟ ਹੈ ਨੰਬਰ ਆਉਣਾ ਤੇ ਕਹਿੰਦੇ ਕਿਸੇ ਗੱਲ ਦੇ ਨਾਲ ਹੀ ਆਉਣਾ ਹੈ ਇੰਨਾ ਸੌਖਾ ਹੁਣ ਇੱਕ ਤਾੜੀ ਉਹ ਮਾਰ ਦੋ ਜਿਹੜੇ ਕਹਿੰਦੇ ਬਈ ਤਾਂ ਜੱਸੂ ਵੀ ਪੁਰਾਣਾ ਪਾਪੀ ਆ ਮੁੰਡੇ ਫਲਾਰ ਮਹਿੰਦੇ ਵਾਲੇ ਜਿੱਤਾਂਗੇ ਇੱਕ ਤਾੜੀ ਟੀਪੂ ਜੋਗੀ ਮਣੀ ਫਿਰੋਜ਼ਪੁਰੀਆ ਇੱਕ ਨੰਬਰ ਹੀ ਰਹਿੰਦਾ ਲਓ ਜੀ ਗੇਮ ਬਣਾ ਨੱਥੂਵਾਲਾ ਯਾਰ ਹੈ ਜਾਂ ਇੱਧਰ ਫਿਰ ਬਲਾੜ ਮੇਮੇ ਦਾ ਗੇਮ ਬਣਾ ਮਨਵੀਰ ਦਿਲਸਾਦ ਹਰਮਨ ਸੰਧੂ ਜੱਸੂ ਫਾਈਨਲ ਖੇਡੇ 11 ਯਾਰ ਉਧਰ ਹਰਮਨ ਸੰਧੂ ਸਾਡਾ ਵੀਰ ਕਹਿੰਦਾ ਵੀ ਦੇ ਜੱਸੂ ਫਾਈਨਲ ਖੇਡੇ 11,000 ਦਿੱਤਾ ਜਾਊਗਾ ਜੱਸੂ ਜੇ ਜਿੱਤ ਗਿਆ ਤੇ ਅੱਗੇ ਫਾਈਨਲ ਖੇਡੇ ਤੇ ਰੁਪਈਆ ਭਰਾ ਸਾਡੇ ਕਹਿੰਦੇ ਵੀ ਆਪਾਂ 11,000 ਦੇਵਾਂਗੇ ਇਧਰ ਨੰਬਰ ਲਾਸਟ ਵੀ ਫੈਸਲੇ ਅਧੂਰੇ ਜਿੱਤਦੇ ਨਾ ਰਹਿਣਗੇ ਤਕੜਾ ਮੈਚ ਮਿੱਤਰੋ ਆਹ ਪੜਾਕੇ ਪੂਰੇ ਪੈਣਗੇ ਕਦੇ ਮਾਰਦੇ ਵੀ ਡੰਡ ਗੰਡੋਏ ਦਾ ਭੜਕ ਪਈ ਹੈ ਤੇ ਮਿੱਤਰ ਨਾਗਾ ਚੋਂ ਖੜਪੇ ਸੱਪ ਵੀ ਲੰਗਿਆਣੇ ਵਾਲਾ ਜੋ ਸੱਚ ਕਹਿ ਗਿਆ ਅੱਜ ਦੇਖਾਂਗੇ
ਵੱਧ ਦੇਖਾਂਗੇ ਕੱਪਰ ਬੱਚੇ ਜੋ ਕੱਪ ਜੇ ਕੌਣ ਲੈ ਗਿਆ ਨਜ਼ਾਰਾ ਕਹਿੰਦੇ ਖੇਡ ਵਾਲੀ ਬਣਦਾ ਦੁਨੀਆਂ ਤੱਕਦੀ ਹੈ ਔਰ ਲੋਕੀ ਕਹਿੰਦੇ ਢਗੋ ਢਗੀ ਜੁੜ ਕੇ ਬਹਿ ਗਏ ਗਰਾਊਂਡ ਨੰਬਰ 2 ਦੇ ਨੇੜੇ ਆ ਵੀ ਆਹ ਮੈਚ ਦੇ ਫਾਈਨਲ ਤੋਂ ਵੀ ਪਹਿਲਾਂ ਦਾ ਫਾਈਨਲ ਲੱਗ ਗਿਆ ਔਰ ਲੋਕੀ ਤੱਕਦੇ ਆ ਕੈਰੀ ਵਾਲਾ ਡਾਕਟਰ ਆ ਗਿਆ ਰਮਣਾ ਬੰਗੀ ਰਮਣਾ ਜੀ ਕਰਾਓ ਮੈਂਫਰੀ ਜਿਵੇਂ ਕਹਿ ਦਈਏ ਵੀ ਰੈਤ ਨਾ ਕਰਿਆ ਕਰੋ ਵਧੀਆ ਲੱਗਿਆ ਬਾਈ ਇੱਕ ਵਾਰੀ ਨਾ ਦੋਨਾਂ ਟੀਮਾਂ ਦੇ